ਗੁਰੂ ਨਾਨਕ ਪਾਤਸ਼ਾਹ ਨੂੰ ਸੰਦੇਸ਼ਾ ਆ ਗਿਆ ਕਿ ਜਿਸ ਕੰਮ ਦੇ ਵਾਸਤੇ ਆਪ ਨੂੰ ਭੇਜਿਆ, ਦੁਨੀਆਂ ਦੇ ਵਿੱਚ ਬੇਅੰਤ ਅਗਿਆਨ ਦੇ ਭਰਮ ਦੇ ਬੱਦਲ ਛਾਏ ਹੋਏ ਨੇ, ਕਿਸੇ ਜਗਿਆਸੂ ਨੂੰ ਕੋਈ ਰਸਤਾ ਨਹੀਂ ਲੱਭ ਰਿਹਾ, ਇੰਨੇ ਜ਼ਿਆਦਾ ਮਤ ਮਤਾਂਤਰ ਹੋ ਗਏ ਨੇ ਕਿ ਆਦਮੀ ਭੁੱਲ ਬਣਾਈਆਂ ਵਿੱਚ ਪੈ ਕੇ ਦੁਖੀ ਹੋ ਰਿਹਾ। ਕੋਈ ਕਿਸੇ ਦੀ ਪੂਜਾ ਕਰ ਰਿਹਾ, ਕੋਈ ਕਿਸੇ ਦੀ ਕਰ ਰਿਹਾ, ਅਤੇ ਜੋ ਸਾਰਿਆਂ ਦਾ ਕਰਤਾ ਧਰਤਾ ਅਕਾਲ ਪੁਰਖ ਵਾਹਿਗੁਰੂ ਕਰੋੜਾਂ ਬ੍ਰਹਮੰਡਾਂ ਦਾ ਮਾਲਕ ਹੈ, ਉਹਦੇ ਵੱਲੋਂ ਸਾਰਿਆਂ ਦਾ ਧਿਆਨ ਮੁੱਕ ਗਿਆ। ਕਿਸੇ ਨੂੰ ਨਹੀਂ ਪਤਾ ਲੱਗਦਾ ਵੀ ਪਰਮੇਸ਼ੁਰ ਕੌਣ ਹੈ, ਕਿੱਥੇ ਰਹਿੰਦਾ, ਕਿਵੇਂ ਉਹਦੀ ਪ੍ਰਾਪਤੀ ਹੁੰਦੀ ਹੈ। ਸੋ ਉਸ ਵੇਲੇ ਮਹਾਰਾਜ ਜੀ ਨੇ ਵੈਂਈ ਨਦੀ ਦੇ ਅੰਦਰ ਚੁੱਭੀ ਮਾਰੀ, ਸਾਰਿਆਂ ਨੂੰ ਵਿਦਾ ਕਰ ਦਿੱਤਾ, ਕੌਤਕ ਰਚ ਲਿਆ। ਉਸ ਵੇਲੇ ਭਾਈ ਮਨਸੁਖ ਨੈਣਾਂ ਵਿੱਚ ਜਲ ਹੈ, ਬਹੁਤ ਵਿਰਾਗ ਹੈ, ਵਿਰੋਹ ਹੈ, ਕਿਉਂਕਿ ਵਿਛੋੜਾ ਬਹੁਤ ਔਖਾ ਹੋਇਆ ਕਰਦਾ ਹੈ। ਸਾਧ ਸਿੰਘ ਜਿਹਦਾ ਸੱਚਾ ਪਿਆਰ ਹੁੰਦਾ ਹੈ ਉਹਨੂੰ ਵਿਛੜਨਾ ਬਹੁਤ ਔਖਾ ਹੋ ਜਾਇਆ ਕਰਦਾ, ਜੀ ਨਹੀਂ ਕਰਦਾ। ਇੱਕ ਪਾਸੇ ਪਿਆਰ ਹੈ, ਇੱਕ ਪਾਸੇ ਹੁਕਮ ਹੈ। ਹੁਕਮ ਮੰਨਣ ਦੇ ਵਿੱਚ ਕਲਿਆਣ ਹੈ, ਪਿਆਰ ਨੂੰ ਆਪਣੇ ਅੰਦਰੇ ਸਮਾ ਜਾਣ ਦੇ ਵਿੱਚ ਬਿਹਤਰੀ ਹੈ। ਸੋ ਹੁਕਮ ਦੇ ਅਧੀਨ ਮਹਾਰਾਜ ਜੀ ਦੇ ਪਾਸੋਂ ਵਿਦਾ ਹੁੰਦਾ ਹੈ ਅਤੇ ਨਾਲ ਅਰਦਾਸ ਕਰਦਾ ਹੈ, ਇਸ ਤਰ੍ਹਾਂ ਨਾਲ ਪੜ੍ਹੋ ਸਾਰੇ। ਨਾ ਵਿਸਰੋ ਮਹਾਰਾਜੀਏ ਤੇ ਨਾ ਵਿਸਰੋ, ਨਾ ਵਿਸਰੋ ਮਹਾਰਾਜੀਏ ਤੇ ਨਾ ਵਿਸਰੋ, ਛਡਾਵੋ ਇਸ ਪੀਤਰ ਤੇ ਇਨਕੋ ਡਾਰੋ, ਆਪਣਾ ਨਿਕਟ ਬੁਲਾਵੋ, ਇਹ ਪੀਤਰ ਤੇ ਇਨਕੋ ਡਾਰੋ, ਆਪਣ ਨਿਕਟ ਬੁਲਾਵੋ, ਆਪਣੀ ਵਿਦ ਆਪ ਜਨਾਵੋ, ਹਰ ਜਨ ਮੰਗਲ ਗਾਵੋ, ਵਿਸਰ ਨਾਹੀ ਕਬਹੂ ਹੀਏ ਤੇ ਇਹ ਵਿਦ ਮਨ ਮੈਂ ਪਾਵੋ, ਗੁਰਪੁਰਾ ਪੇਟਿਓ ਬੁਢਪਾਗੀ ਜਨ ਨਾਨਕ ਕਥੈ ਨਾ ਤਾਵੋ, ਨਾ ਵਿਸਰੋ ਮਹਾਰਾਜੀਏ ਤੇ ਨਾ ਵਿਸਰੋ, ਨਾ ਵਿਸਰੋ ਮਹਾਰਾਜੀਏ ਤੇ ਨਾ ਵਿਸਰੋ, ਕਰਦਾ।
ਤਿੰਨ ਸਾਲ ਗੁਰੂ ਨਾਨਕ ਪਾਤਸ਼ਾਹ ਦੇ ਪਾਸ ਰਹਿ ਕੇ ਆਪਣੇ ਕਾਰਜ ਵਿੱਚ ਫੇਰ ਜਾ ਲੱਗਦਾ ਹੈ। ਮਹਾਰਾਜ ਕਹਿਣ ਲੱਗੇ ਭਾਈ ਮਨਸੁਖ, ਜੋ ਸਿੱਖ ਗੁਰੂ ਦੇ ਨਾਲ ਜੁੜ ਗਿਆ, ਗੁਰੂ ਉਸ ਤੋਂ ਕਦੇ ਵਿਛੜਿਆ ਨਹੀਂ ਕਰਦਾ, ਹਰ ਵਕਤ ਉਹਦੀ ਸੰਭਾਲ ਕਰਦਾ। ਸਤਿਗੁਰ ਸੇਕੀ ਕਰੇ ਬ੍ਰਿਤਪਾਲ, ਸੇਵਕੋ ਗੁਰਸਾਹ ਦੇ, ਦਿਆਲ ਰਹਿੰਦਾ, ਬੰਦਗੀ ਕਰੀ, ਆਪ ਬੰਦਗੀ ਕਰੀ, ਜਿੱਥੇ ਜਾਏਗਾ ਉਹ ਸਾਂ ਉਹਨਾਂ ਨੂੰ ਵੀ ਬੰਦਗੀ ਕਰਨ ਲਈ, ਕਿਉਂਕਿ ਬੰਦਗੀ ਕਰਨ ਵਾਲੇ ਪੁਰਸ਼ ਜੇ ਇੱਕ ਥਾਂ 'ਤੇ ਇਕੱਠੇ ਰਹਿਣ ਤਾਂ ਉਹਨਾਂ ਵਾਤਾਵਰਨ ਤਾਂ ਸ਼ੁੱਧ ਹੋ ਜਾਇਆ ਕਰਦਾ। ਜੇ ਦੂਰ ਦਰਾਜ ਚਲੇ ਜਾਣ ਤਾਂ ਜਿੱਥੇ ਜਾਣਗੇ ਉੱਥੇ ਹੀ ਸੰਗਤਾਂ ਬਣਾਇਆ ਕਰਦੇ। ਗੁਰੂ ਨਾਨਕ ਪਾਤਸ਼ਾਹ ਇੱਕ ਨਗਰ 'ਚ ਗਏ, ਨਗਰ ਵਾਲਿਆਂ ਨੇ ਬੈਠਣ ਨਾ ਦਿੱਤਾ, ਕੋਈ ਥਾਂ ਨਾ ਦਿੱਤੀ, ਜਲ ਪਾਣੀ ਨਾ ਦਿੱਤਾ, ਅਤੇ ਇੱਥੇ ਤੱਕ ਕਿਹਾ ਕਿ ਤੁਸੀਂ ਇੱਥੇ ਠਹਿਰ ਨਹੀਂ ਸਕਦੇ, ਦਰਖਤ ਥੱਲੇ ਵੀ ਨਹੀਂ ਬੈਠ ਸਕਦੇ, ਛੇਤੀ ਚਲੇ ਜਾਓ ਇੱਥੋਂ। ਗੁਰੂ ਨਾਨਕ ਕਹਿਣ ਲੱਗੇ ਭਾਈ ਤੁਸੀਂ ਵੱਸਦੇ ਰਹੋ। ਅੱਗੇ ਚਲੇ ਗਏ ਅਤੇ ਉੱਥੇ ਗਏ, ਬੜੀ ਸੇਵਾ ਹੋਈ, ਇੱਕ ਤੋਂ ਇੱਕ ਚੜ ਕੇ ਸੇਵਾ ਕਰਦਾ, ਬੰਦਗੀ ਕਰਦੇ ਨੇ, ਨਾਮ ਜਪਦੇ। ਜਦੋਂ ਆਪ ਚੱਲਣ ਲੱਗੇ ਤਾਂ ਅਸੀਸ ਦਿੱਤੀ ਕਿ ਤੁਸੀਂ ਭਾਈ ਉਜੜ ਜਾਓ। ਮਰਦਾਨਾ ਹੈਰਾਨ ਹੋ ਗਿਆ, ਪਾਤਸ਼ਾਹ ਮੇਰੀ ਸਮਝ ਤੋਂ ਬਾਹਰ ਦੀ ਬਾਤ ਹੋ ਗਈ, ਜਿਨ੍ਹਾਂ ਨੇ ਬੈਠਣ ਨਹੀਂ ਦਿੱਤਾ ਉਹਨਾਂ ਨੂੰ ਆਪ ਜੀ ਨੇ ਅਸੀਸ ਦਿੱਤੀ ਕਿ ਵੱਸਦੇ ਰਹੋ, ਜਿਨ੍ਹਾਂ ਨੇ ਤਨ ਮਨ ਧਨ ਨਾਲ ਸੇਵਾ ਕੀਤੀ ਉਹਨਾਂ ਨੂੰ ਆਪ ਨੇ ਇਹ ਕਹਿ ਦਿੱਤਾ ਸਹਿਸ ਵਾ ਕੇ ਉਜੜ ਜਾ। ਕਹਿੰਦੇ ਮਰਦਾਨੇ ਆ, ਜਿੱਥੇ ਅਸੀਂ ਕਿਹਾ ਵੱਸਦੇ ਰਹੋ ਉਹ ਬਦਬੂਦਾਰ ਜੀਵਨ ਸਨ, ਬਹੁਤ ਬੁਰੇ ਜੀਵਨ ਸਨ, ਪਰਮੇਸ਼ੁਰ ਤੋਂ ਭੁੱਲੇ ਹੋਏ, ਨਾਸਤਕ, ਸਾਕਤ, ਬੇਮੁੱਖ, ਮਨਮੁੱਖ, ਦੁਨੀਆ ਭਰ ਦੀਆਂ ਬੁਰਿਆਈਆਂ ਉਹਨਾਂ ਦੇ ਵਿੱਚ ਸਮਾਈਆਂ ਹੋਈਆਂ। ਉਹ ਇਸ ਤਰ੍ਹਾਂ ਸਮਝ ਲਿਆ ਜਿਵੇਂ ਛੂਤ ਦੀ ਬਿਮਾਰੀ ਨੂੰ ਅਸੀਂ ਇੱਕ ਥਾਂ 'ਤੇ ਬੰਦ ਕਰ ਦਈਏ। ਉਹ ਛੂਤ ਦੀ ਬਿਮਾਰੀ ਸੀ, ਜਿੱਥੇ ਇਹਨਾਂ ਨੇ ਜਾਣਾ ਸੀ ਉੱਥੇ ਨਾਸਤਿਕਤਾ ਫੈਲਾਉਣੀ ਸੀ, ਬਦਅਮਨੀ ਫੈਲਾਉਣੀ ਸੀ, ਬੇਮਰਿਆਦਾ ਫੈਲਾਉਣੀ ਸੀ। ਤਾਂ ਅਸੀਂ ਇਸ ਕਰਕੇ ਕਿਹਾ ਵੀ ਤੁਸੀਂ ਇੱਥੇ ਹੀ ਸੀਮਤ ਰਹੋ, ਬੰਦ ਰਹੋ ਇੱਥੇ। ਮਰਦਾਨਿਆਂ, ਜਿੱਥੇ ਆਪਾਂ ਹੁਣ ਜਿੱਥੋਂ ਹੁਣ ਤੁਰੇ ਹਾਂ, ਇਹ ਇੱਕ ਇੱਕ ਬੰਦੇ ਦੇ ਵਿੱਚ ਤਾਕਤ ਹੈ, ਜਿੱਥੇ ਜਾਏਗਾ ਉੱਥੋਂ ਆਪਣੀਆਂ ਸੰਗਤਾਂ ਬਣਾ ਲਏਗਾ, ਆਪਣਾ ਆਲਾ ਦੁਆਲਾ ਕਾਇਮ ਕਰ ਲਏਗਾ, ਸੱਚ ਦਾ ਢੰਡੋਰਾ ਦੇਵੇਗਾ, ਸੱਚ ਦੀ ਸੋਝੀ ਦੇਵੇਗਾ। ਸੋ ਮਰਦਾਨਿਆਂ, ਐਸੇ ਬੰਦਿਆਂ ਦਾ ਇੱਕ ਥਾਂ ਰਹਿਣਾ ਠੀਕ ਨਹੀਂ ਹੁੰਦਾ, ਇਹ ਦੂਰ ਦਰਾਜ ਥਾਈ ਫੈਲ ਜਾਣ, ਇਸ ਕਰਕੇ ਅਸੀਂ ਇਹ ਜੋ ਉੱਜੜ ਜਾਓ ਕਿ ਹੈ ਇੱਕ ਵਰ ਦਿੱਤਾ ਇਹਨਾਂ ਨੂੰ। ਸੋ ਇਸ ਤਰ੍ਹਾਂ ਦੇ ਨਾਲ ਚੰਗੇ ਬੰਦੇ ਮਹਾਰਾਜ ਕਹਿਣ ਲੱਗੇ ਭਾਈ ਮਨਸੁਖ, ਜਿੱਥੇ ਜਾਵੇਂ ਉੱਥੇ ਸੰਗਤਾਂ ਤਿਆਰ ਕਰੀ, ਆਪ ਬੰਦਗੀ ਕਰੀ, ਗੁਰੂ ਘਰ ਦੀ ਰੀਤ ਜੋ ਵੀ ਹੈ ਉਸ ਨੂੰ ਪ੍ਰਚਲਿਤ ਕਰੀ, ਅਤੇ ਪਰਮੇਸ਼ੁਰ ਦਾ ਗਿਆਨ ਕਰਾਈ ਭੁੱਲਿਆਂ ਭਟਕਿਆਂ। ਸੋ ਇਸ ਤਰ੍ਹਾਂ ਦੇ ਨਾਲ ਭਾਈ ਮਨਸੁਖ ਜਾ ਕੇ ਆਪਣੇ ਕਾਰੋਬਾਰ 'ਚ ਰੁੱਝ ਗਿਆ। ਬਹੁਤ ਟਾਈਮ ਲੰਘ ਗਿਆ, ਗੁਰੂ ਮਹਾਰਾਜ ਪਹਿਲੀ ਉਦਾਸੀ ਤੋਂ ਵਾਪਸ ਆ ਗਏ, ਕਿੰਨੇ ਸਾਲ ਲੰਘੇ, ਅਤੇ ਉਸ ਤੋਂ ਬਾਅਦ ਇੱਕ ਦਿਨ ਆਪ ਸਹਿਸ ਵਾ ਬਰਾਜੇ ਹੋਏ ਨੇ। ਦੁਨੀਆਂ ਨੂੰ ਭੁਲੇਖਾ ਹੁੰਦਾ ਹੈ ਕਿ ਸੰਤ ਸੁੱਤੇ ਪਏ ਨੇ, ਜੋ ਪੂਰਨ ਮਹਾਤਮਾ ਨੇ ਉਹ ਸੌਂਦੇ ਨਹੀਂ ਹੋਇਆ ਕਦੇ। ਇੱਕ ਵਾਰੀ ਮਹਾਰਾਜ ਜੀ ਦੇ ਪਾਸ ਐਸਾ ਵਚਨ ਚੱਲਿਆ, ਮਹਾਰਾਜ ਜੀ ਨੇ ਕੁਦਰਤੀ ਫਰਮਾਨ ਕਰ ਦਿੱਤਾ, ਕਹਿੰਦੇ ਭਾਈ ਅਸੀਂ ਰਾਤ ਨੂੰ ਸੌਂਦੇ ਨਹੀਂ ਹੁੰਦੇ, ਕਿਉਂਕਿ ਮੈਂ ਤੈਅ ਤੱਕ ਜਾਂਦਾ ਹੁੰਦਾ। ਮੈਂ ਕਿਹਾ ਮਹਾਰਾਜ ਤੁਸੀਂ ਮੰਜੇ 'ਤੇ ਤਾਂ ਪਹਿੰਦੇ ਹੋ। ਕਹਿੰਦੇ ਮੰਜੇ 'ਤੇ ਸਰੀਰ ਹੁੰਦਾ ਸਾਡਾ, ਅਸੀਂ ਨਹੀਂ ਹੁੰਦੇ। ਤੁਸੀਂ ਕਿੱਥੇ ਹੁੰਦੇ ਹੋ ਮਹਾਰਾਜ? ਕਹਿੰਦੇ ਦੂਰ ਦਰਾਜ, ਜਿੱਥੇ ਕੋਈ ਯਾਦ ਕਰਦਾ, ਕਿਸੇ ਨੇ ਸੁਪਨੇ 'ਚ ਦਰਸ਼ਨ ਦਿੰਦੇ ਹਾਂ, ਕਿਸੇ ਦੇ ਜਾ ਕੇ ਕਾਰਜ ਸਿੱਧ ਕਰਦੇ ਹਾਂ, ਕਿਸੇ ਨੂੰ ਕਿਸੇ ਤਰ੍ਹਾਂ ਜਿਹੀ ਜਿਹਾ ਭਾਵਨਾ ਹੁੰਦੀਆਂ। ਕਹਿੰਦੇ ਸਾਨੂੰ ਜਾਗਦਿਆਂ ਦੇ ਨਾਲੋਂ ਜਦੋਂ ਅਸੀਂ ਆਰਾਮ ਕਰਕੇ ਸਰੀਰ 'ਚੋਂ ਨਿਕਲਦੇ ਹਾਂ ਉਸ ਵੇਲੇ ਬਹੁਤਾ ਕੰਮ ਹੁੰਦਾ। ਤੀਸਰਾ ਸਵਾਲ ਮੈਂ ਫੇਰ ਕਰਦਾ, ਮੈਂ ਕਿਹਾ ਮਹਾਰਾਜ ਸਰੀਰ ਫਿਰ ਜਿਉਂਦਾ ਕਿਵੇਂ ਰਹਿੰਦਾ ਜਾਂ ਤੁਸੀਂ ਛੱਡ ਕੇ ਚਲੇ ਗਏ? ਤਾਂ ਉਹਨਾਂ ਨੇ ਬੜੇ ਭੇਤ ਦੀ ਗੱਲ ਦੱਸੀ। ਉਹ ਕਹਿੰਦੇ ਕਿ ਸਿਲਵਰ ਕੋਡ ਹੁੰਦੀ ਹੈ, ਇੱਕ ਤਾਰ ਹੁੰਦੀ ਹੈ ਰੋਸ਼ਨੀ ਦੀ, ਉਹ ਰੋਸ਼ਨੀ ਦੀ ਤਾਰ ਦੇ ਨਾਲ ਸਰੀਰ ਜਿਹੜਾ ਹੈ ਉਹਦੇ ਨਾਲ ਕਨੈਕਸ਼ਨ ਲੱਗਿਆ ਰਹਿੰਦਾ। ਇਸ ਕਰਕੇ ਸੰਤਾਂ ਮਹਾਂਪੁਰਸ਼ਾਂ ਨੂੰ ਕਦੇ ਆਵਾਜ਼ ਮਾਰ ਕੇ ਜਗਾਉਣਾ ਨਹੀਂ ਚਾਹੀਦਾ। ਹੌਲੀ ਹੌਲੀ ਕੋਈ ਚੀਜ਼ ਐਸਾ ਇੰਤਜ਼ਾਮ ਹੋਵੇ ਜਿਹਦੇ ਨਾਲ ਆਹਿਸਤਾ ਆਹਿਸਤਾ ਉਹ ਜਾਗ ਪੈਣ, ਸਰੀਰ ਵਿੱਚ ਆ ਜਾਣ। ਜੇ ਉਹ ਸਿਲਵਰ ਕੋਡ ਟੁੱਟ ਜਾਵੇ ਤਾਂ ਫਿਰ ਉਹ ਬਾਹਰ ਰਹਿ ਜਾਇਆ ਕਰਦੇ। ਸੋ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇਖਣ ਵਾਸਤੇ ਬਿਰਾਜਮਾਨ ਨੇ।
ਤਾਂ ਉਸ ਵੇਲੇ ਮਾਤਾ ਤ੍ਰਿਪਤਾ ਜੀ ਨੇ ਤੁਲਸਾਂ ਦਾਸੀ ਨੂੰ ਕਿਹਾ ਕਿ ਤੁਲਸਾਂ ਜਾ, ਮੈਂ ਪ੍ਰਸ਼ਾਦਾ ਲਾ ਰਿਹਾ ਹੈ। ਅਤੇ ਨਾਨਕ ਜੀ ਨੂੰ ਬੁਲਾ ਕੇ ਲਿਆ ਅਤੇ ਉਹ ਸਾਹਮਣੇ ਚਾਰਪਾਈ ਦੇ ਉੱਤੇ ਬਰਾਜੇ ਹੋਏ। ਸੋ ਉੱਥੇ ਚਲੀ ਗਈ, ਜਾ ਕੇ ਦੇਖਿਆ, ਹੌਂਸਲਾ ਨਾ ਪਿਆ। ਗੁਰੂ ਨਾਨਕ ਦੇ ਦਰਸ਼ਨ ਕੀਤੇ ਹੋਏ ਸੀ, ਜਿਸਨੇ ਵੀ ਗੁਰੂ ਨਾਨਕ ਦੇ ਦਰਸ਼ਨ ਕਰ ਲਏ ਉਹਦਾ ਆਪਣੇ ਆਪ ਉਸ ਨੂੰ ਗਿਆਨ ਹੋ ਜਾਂਦਾ ਸੀ, ਕਿਉਂਕਿ ਪ੍ਰਭਾਵ ਇੰਨਾ ਸੀ। ਆਪ ਅਕਾਲ ਪੁਰਖ ਗੁਰੂ ਰੂਪ ਧਾਰ ਕੇ ਗੁਰੂ ਨਾਨਕ ਰੂਪ ਵਿੱਚ ਪ੍ਰਗਟ ਹੋਏ ਹੋਏ ਸੀ। ਸੋ ਇਹ ਗੱਲ ਨਾ ਚੰਗੀ ਸਮਝ ਕੇ ਉਸ ਨੇ ਚਰਨਾਂ ਦੇ ਅੰਗੂਠੇ ਦੇ ਨਾਲ ਆਪਣਾ ਮਸਤਕ ਲਾ ਦਿੱਤਾ, ਵੀ ਇਸ ਤਰ੍ਹਾਂ ਦੀ ਟੱਚ ਨਾ ਛੋਹ ਨਾਲ ਜਾਗ ਪਏ। ਮਸਤਕ ਲੱਗਣ ਦੀ ਦੇਰ ਸੀ, ਸਾਧ ਸਿੰਘ ਜੀ ਉਸੇ ਵੇਲੇ ਜੋ ਬੱਜਰ ਕਪਾਟ ਹੁੰਦੇ ਨੇ ਤੜਕ ਦੇ ਕੇ ਖੁੱਲ੍ਹ ਗਏ। ਖੁੱਲ੍ਹਦੀ ਸਾਰ ਅਗਮ ਨਿਗਮ ਦੀ ਸੋਝੀ ਹੋ ਗਈ। ਕੀ ਦੇਖਦੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਸਰੀਰ ਵਿੱਚ ਨਹੀਂ ਹੈ, ਗਏ ਹੋਏ ਨੇ। ਗਏ ਕਿੱਥੇ ਨੇ? ਉੱਧਰ ਮਨ ਸੁੱਖ ਜਹਾਜ਼ ਲਈ ਜਾ ਰਿਹਾ ਹੈ, ਮਾਲ ਭਰਿਆ ਹੋਇਆ, ਅਤੇ ਲੰਕਾ ਦੇ ਸਮੁੰਦਰਾਂ 'ਚ ਗਿਆ ਹੋਇਆ ਸਿੰਗਲਾ ਦੀਪ ਦੇ, ਅਤੇ ਉੱਥੇ ਜਾ ਕੇ ਇਹੋ ਜਿਹਾ ਜਵਾਰ ਭਾਟਾ ਆਇਆ, ਇਹੋ ਜਿਹਾ ਛੱਲਾਂ ਉੱਠਣੀਆਂ ਸ਼ੁਰੂ ਹੋ ਗਈਆਂ ਕਿ ਪੈਰ ਪੈਰ ਜਹਾਜ਼ ਬਰੇਤੇ ਵੱਲ ਨੂੰ ਵੱਧਦਾ ਜਾਂਦਾ। ਸਾਮਲਾ ਜ਼ੋਰ ਲਾ ਰਹੇ ਨੇ, ਕੁਛ ਨਹੀਂ ਬਣਦਾ। ਉਸ ਵੇਲੇ ਉਹਨਾਂ ਨੇ ਕਿਹਾ ਕਿ ਸ਼ਾਹ ਜੀ, ਗੁਰੂ ਪੀਰ ਦਾ ਧਿਆਨ ਕਰੋ, ਇਸ ਵੇਲੇ ਕੋਈ ਨਹੀਂ ਬਚਾ ਸਕਦਾ। ਜੇ ਬਰੇਤੇ 'ਤੇ ਜਹਾਜ਼ ਚੜ੍ਹ ਗਿਆ, ਮਹੀਨਿਆਂ ਵਧੀ ਸਾਨੂੰ ਇਹਨਾਂ ਜੰਗਲਾਂ 'ਚ ਭੁੱਖੇ 'ਤੇ ਆਏ ਬੈਠਣਾ ਪਏਗਾ। ਉਸ ਵੇਲੇ ਭਾਈ ਮਨ ਸੁੱਖ ਨੇਤਰ ਬੰਦ ਕਰਦਾ, ਗੁਰੂ ਨਾਨਕ ਦੇ ਚਰਨਾਂ 'ਚ ਤਾਂ ਹਰ ਵਕਤ ਹੀ ਰਹਿੰਦਾ ਸੀ। ਉਸ ਵੇਲੇ ਸਾਵਧਾਨ ਹੋ ਕੇ ਗੁਰੂ ਦੇ ਪਾਸ ਇਸ ਤਰ੍ਹਾਂ ਨਾਲ ਅਰਦਾਸ ਕਰਦਾ, ਬੇੜੇ ਡੁੱਬਦੇ ਨੂੰ ਪਾਰ ਲੰਘਾ ਦੇ, ਪੈਜ ਰੱਖੀ ਮੇਰੀ ਮਾਲਕਾ, ਡੁੱਬਦੇ ਨੂੰ ਪਾਰ ਲੰਘਾ ਦੇ, ਪੈਜ ਰੱਖੀ ਮੇਰੀ ਮਾਲਕਾ।
ਅਨੰਤ ਰਾਵਣ ਹਾਰੇ। ਪ੍ਰਭ ਜੀਓ ਖਸਮਾਨਾ ਕਰ ਪਿਆਰੇ, ਬੁਰੇ ਭਲੇ ਹਮ ਸੁਣੀ ਪਕਾਰ ਸਮਰੱਥ ਸਵਾਮੀ, ਬੰਧਨ ਕਾਠ ਸਵਾਰੇ, ਪਹਿਰ ਸਿਰ ਸਿਰ ਪਹਿਰ ਸਿਰ ਪਉ ਸੇਵਕ ਜਨ ਮੇਲੇ, ਨਾਨਕ ਪ੍ਰਗਟ ਪਹਾਰੇ। ਪ੍ਰਗਟ ਹੋ ਕੇ ਮਹਾਰਾਜ ਜੀ ਨੇ ਬੇੜੇ ਨੂੰ ਬੰਨੇ ਲਾ ਦਿੱਤਾ, ਜੋ ਉਥਲ ਪਥਲ ਸਮੁੰਦਰ 'ਚ ਹੋ ਰਹੀ ਸੀ ਸੁਸਾਈਡ ਹੋ ਗਈ। ਬੇੜਾ ਟਿੱਗ ਗਿਆ, ਸਮੁੰਦਰ ਟਿੱਗ ਗਿਆ ਅਤੇ ਆਪਣੇ ਚਾਲੇ ਸੰਗਲਾਦੀਪ ਨੂੰ ਚੱਲ ਪਏ। ਇੱਧਰ ਇਹ ਕਾਫੀ ਦੇਰ ਖੜੀ ਕੌਤਕ ਦੇਖਦੀ ਰਹੀ। ਆਵਾਜ਼ ਆਈ, ਤੁਲਸਾਂ ਜਗਾਇਆ ਨਹੀਂ ਨਾਨਕ ਜੀ ਨੂੰ। ਕਹਿੰਦੇ ਮਾਂ ਜੀ ਮੈਂ ਕਿਸ ਤਰ੍ਹਾਂ ਜਗਾਵਾਂ, ਕਿਉਂ? ਕਹਿੰਦੇ ਇਹ ਤਾਂ ਸਮੁੰਦਰ ਦੇ ਅੰਦਰ ਕਿਸੇ ਗੁਰਸਿੱਖ ਦਾ, ਜਿਸ ਦਾ ਨਾਮ ਮਨਸੁੱਖ ਹੈ, ਉਹਦਾ ਬੇੜਾ ਪਾਰ ਲੰਘਾ ਰਹੇ ਸੀ, ਜਹਾਜ਼ ਡੁੱਬ ਰਿਹਾ ਸੀ, ਮੈਂ ਕਿਸ ਤਰ੍ਹਾਂ ਜਗਾ ਦਿੰਦੀ। ਆਪ ਗਈ, ਜਾ ਕੇ ਆਵਾਜ਼ ਦਿੱਤੀ, ਥੋੜ੍ਹਾ ਗੁੱਸਾ ਆ ਗਿਆ, ਬੇਟਾ ਨਾਨਕ ਹੁਣ ਤਾਂ ਘਰ ਦੇ ਜਿਹੜੇ ਦਾਸ ਦਾਸੀਆਂ ਨੇ ਉਹ ਵੀ ਮਖੌਲ ਕਰਨ ਲੱਗ ਗਏ, ਪਹਿਲਾਂ ਤਾਂ ਭਾਈਚਾਰਾ ਕਰਦਾ ਸੀ। ਕਹਿੰਦੇ ਮਾਤਾ ਕੀ ਮਖੌਲ ਕਰਿਆ ਤੁਹਾਨੂੰ ਕਿਸੇ ਨੇ? ਆਹ ਤੁਲਸਾਂ ਦਾਸੀ ਨੇ ਆਹ ਗੱਲ ਕਹੀ। ਕਹਿੰਦੇ ਲੈ ਇਹ ਤਾਂ ਮਸਤਾਨੀ ਹੈ। ਬੇਬੇ ਜੀ ਨੇ ਹੱਥ ਬੰਨ ਲਏ, ਵੀਰ ਜੀ ਧਿਆਨ ਦੇਵੋ, ਗਰੀਬਣੀ ਹੈ। ਕਹਿੰਦੇ ਵੀ ਬੇਬੇ ਕਮਲੀ ਨਹੀਂ ਹੋਏਗੀ, ਅਜਰ ਨੂੰ ਜਰ ਜਾਏਗੀ, ਕਿਉਂਕਿ ਇਹਦੇ ਤਿਰਭਵਨ ਦਾ ਗਿਆਨ ਹੋ ਗਿਆ, ਇਸ ਨੂੰ ਬੱਜਰ ਕਪਾਟ ਖੁੱਲ ਚੁੱਕੇ ਨੇ। ਠੀਕ ਹੈ, ਅਸੀਂ ਸਿੱਖ ਦਾ ਵਿਹੜਾ ਨੰਘਾ ਰਹੇ ਸੀ, ਪਰ ਇਹ ਗੱਲ ਪ੍ਰਗਟ ਨਹੀਂ ਸੀ ਕਰਨੀ ਚਾਹੀਦੀ। ਸੋ ਇਸ ਤਰ੍ਹਾਂ ਕੰਢੇ ਜਾ ਲੱਗਿਆ, ਜਾ ਕੇ ਸੋਹਣੇ ਥਾਂ ਦੇ ਉੱਤੇ ਜਿੱਥੇ ਮਾਰਕੀਟ ਸੀ, ਉੱਥੇ ਆਪਣੇ ਜਹਾਜ਼ ਦਾ ਸਮਾਨ ਲਾ ਲਿਆ ਅਤੇ ਉਸੇ ਤਰ੍ਹਾਂ ਦੇ ਨਾਲ ਸਮਾਨ ਵਿਕਣੇ ਸ਼ੁਰੂ ਹੋ ਗਏ। ਆਪ ਨੇ ਇੱਕ ਥਾਂ ਨਵੇਕਲੇ ਡੇਰਾ ਕਰਕੇ ਗੁਰਸਿੱਖੀ ਦੀ ਮਰਿਆਦਾ ਦੇ ਮੁਤਾਬਕ ਅੰਮ੍ਰਿਤ ਵੇਲੇ ਜਾਗਣਾ, ਪਹਿਰ ਰਾਤ ਰਹਿੰਦੀ ਇਸ਼ਨਾਨ ਕਰਨਾ, ਚੌਂਕੜਾ ਮਾਰ ਕੇ ਬੈਠ ਜਾਣਾ, ਢਾਈ ਘੰਟੇ ਪ੍ਰਭੂ ਦਾ ਸਿਮਰਨ ਕਰਨਾ। ਉਸ ਤੋਂ ਬਾਅਦ ਜੋ ਬਾਣੀ ਇਕੱਠੀ ਕਰਕੇ ਲੈ ਗਿਆ ਸੀ ਉਹ ਸਾਰੀ ਬਾਣੀ ਗਾ ਕੇ ਪੜ੍ਹਨੀ ਜਾਂ ਵੈਸੇ ਪੜ੍ਹਨੀ, ਉਸ ਤੋਂ ਬਾਅਦ ਕੋਈ ਕਥਾ ਹੋਣੀ, ਉਧਰਲੇ ਲੋਕਾਂ ਨੇ ਆ ਕੇ ਬੈਠ ਜਾਣਾ ਅਤੇ ਉਸ ਦੀ ਬੋਲੀ ਦੇ ਅੰਦਰ ਉਸਨੇ ਗੁਰੂ ਨਾਨਕ ਸਿਧਾਂਤ ਨੂੰ ਸਮਝਾਉਣਾ। ਤਾਂ ਇਸ ਤਰ੍ਹਾਂ ਫਿਰ ਉਸ ਤੋਂ ਬਾਅਦ ਪ੍ਰਸ਼ਾਦ ਵਰਤਾਉਣਾ, ਦੇਗ ਵਰਤਾਉਣ ਤੋਂ ਬਾਅਦ ਫਿਰ ਇਸਨੇ ਕੰਮ ਕਾਰ ਆਪਣਾ ਸ਼ੁਰੂ ਕਰਨਾ ਅਤੇ ਸ਼ਾਮ ਦੇ ਮੌਕੇ ਫਿਰ ਇਸ ਤਰ੍ਹਾਂ ਹਰੀ ਜਸ ਕਰਨਾ, ਆਰਤੀ ਪੜ੍ਹਨੀ, ਕੀਰਤਨ ਸੋਹਲਾ ਪੜ੍ਹ ਕੇ ਫਿਰ ਬਰਾਜਣਾ। ਰੋਜ਼ ਦਾ ਨਿਤਨੇਮ ਇਸ ਦਾ ਸੀ, ਕਿਉਂਕਿ ਅੰਮ੍ਰਿਤ ਵੇਲਾ ਗੁਰੂ ਮਹਾਰਾਜ ਨੇ ਬਹੁਤ ਸ੍ਰੇਸ਼ਟ ਰੂਹਾਨੀ ਸਫ਼ਰ ਵਾਸਤੇ ਬਹੁਤ ਮਦਦਗਾਰ ਗਿਣਿਆ। ਜਿਹੜਾ ਅੰਮ੍ਰਿਤ ਵੇਲਾ ਖੁੰਝਾ ਦੇਵੇ ਉਹ ਤਾਂ ਦਿਨ ਵਿੱਚ ਨਹੀਂ ਫਿਰ ਨਾਮ ਜਪ ਹੁੰਦਾ, ਕਹੀ ਜਾਵੇ ਜਿੰਨਾ ਜੀ ਕਰਦਾ, ਹੱਠ ਕਰੀ ਜਾਵੇ ਜਿੰਨਾ ਕਰਨਾ, ਲੇਕਿਨ ਨਾਮ ਜਪਣ ਦਾ ਵੇਲਾ ਅੰਮ੍ਰਿਤ ਵੇਲਾ ਹੀ ਹੁੰਦਾ। ਇਸ ਤਰ੍ਹਾਂ ਨਾਲ ਫਰਮਾਨ ਕਰਦੇ ਹਾਂ, ਅੰਮ੍ਰਿਤ ਵੇਲੇ ਆਹ
ਉੱਠਣਾ, ਇਸ਼ਨਾਨ ਕਰਨਾ, ਫਿਰ ਪ੍ਰਭੂ ਦੀ ਯਾਦ ਵਿੱਚ ਕਿਸ ਤਰ੍ਹਾਂ ਬੈਠਣਾ। ਸਾਉਣ ਦੇ ਮਹੀਨੇ ਪਪੀਹਾ ਬੋਲਿਆ ਕਰਦਾ, ਉਹ ਸਵਾਂਤੀ ਬੂੰਦ ਦੀ ਉਡੀਕ ਵਿੱਚ ਹੁੰਦਾ। ਜੇ ਸਾਵਣ ਸਾਵਣ 'ਚ ਮਿਲ ਜਾਵੇ ਤਾਂ ਪਿਆਸ ਤੋਂ ਵੱਧ ਜਾਂਦਾ, ਜੇ ਨਾ ਮਿਲੇ ਤਾਂ ਉਹਦਾ ਦਰਦ ਉਹੀ ਜਾਣਦਾ। ਸੋ ਮਹਾਰਾਜ ਕਹਿੰਦੇ ਆ ਕਿ ਇਸੇ ਤਰ੍ਹਾਂ ਜਿਹੜਾ ਜਗਿਆਸੂ ਹੈ ਉਹ ਪਪੀਹੇ ਵਾਂਗੂ ਅੰਮ੍ਰਿਤ ਵੇਲੇ ਪੁਕਾਰ ਕਰਦਾ, ਵਾਹਿਗੁਰੂ ਤੋਂ ਉਸਦੇ ਨਾਮ ਦੀ ਸਵਾਂਤੀ ਬੂੰਦ ਮੰਗਦਾ। ਭਾਗਾਂ ਵਾਲੇ ਨੇ ਜਿਹਨੂੰ ਇਹ ਨਾਮ ਅੰਮ੍ਰਿਤ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ। ਅੰਮ੍ਰਿਤ ਬੰਬੀਹਾ ਅੰਮ੍ਰਿਤ ਵੇਲੇ ਬੋਲਿਆ ਜਾਂ ਬੋਲਿਆ ਫਿਰ ਕਹਾਂ ਸੁਨਮ ਸੁਨ ਤਾਂ ਨਹੀਂ ਹੈ। ਮਹਾਰਾਜ ਕਹਿੰਦੇ ਤਾਂ ਦਰ ਸੁਣੀ ਪੁਕਾਰ, ਪੁਕਾਰ ਸੁਣੀ ਗਈ ਉਸ ਦੀ। ਉਸ ਵੇਲੇ ਮੇਘੇ ਨੂੰ ਫਰਮਾਨ ਹੋਆ ਵਰਸੋ ਕਿਰਪਾ ਤਾਰ, ਜਾਓ ਨਾਮ ਦੀ ਝੜੀ ਲਾ ਦਿਓ, ਚਿਮ ਚਿਮ ਵਰਸੇ ਅੰਮ੍ਰਿਤ ਤਾਰ। ਅੰਮ੍ਰਿਤ ਦੀ ਧਾਰ ਚਿਮ ਚਿਮ ਵਰਸਣੀ ਸ਼ੁਰੂ ਹੋ ਜਾਂਦੀ ਹੈ। ਹਾਂ ਤਿੰਨ ਕੇ ਬਲਿਹਾਰ ਨੇ ਜਿਹਨੇ ਸੱਚ ਰੱਖਿਆ ਉਰਧਾਰ, ਨਾਨਕ ਨਾਮ ਹੈ ਸਭ ਹਰਿਆਵਲੀ, ਗੁਰ ਕਾ ਸ਼ਬਦ ਵਿਚਾਰ। ਸੋ ਇਸ ਤਰ੍ਹਾਂ ਦੇ ਨਾਲ ਅੰਮ੍ਰਿਤ ਵੇਲੇ ਜਾਗਦਾ, ਆਪ ਨਾਮ ਜਪਦਾ। ਜਿੰਨੇ ਇੱਕ ਗੁਰਸਿੱਖੀ ਦਾ ਮੰਡਲ ਤਿਆਰ ਕੀਤਾ ਹੈ ਉਹ ਸਾਰੇ ਅੰਮ੍ਰਿਤ ਵੇਲੇ ਇਕੱਠੇ ਹੋ ਜਾਂਦੇ, ਨਾਮ ਜਪਣ ਦੀ ਵਿਧੀ ਦੱਸੀ ਹੋਈ ਹੈ, ਇਕੱਠੇ ਹੋ ਕੇ ਨਾਮ ਜਪਦੇ ਹੈ। ਫਿਰ ਦਿਨ ਚੜ੍ਹ ਜਾਂਦਾ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਤਿਆਰ। ਫਿਰ ਪਰਮੇਸ਼ੁਰ ਦੇ ਧਿਆਨ ਵਿੱਚ ਰਹਿੰਦਾ, ਹੱਥਾਂ ਨਾਲ ਕੰਮ ਕਰਦਾ ਅਤੇ ਚਿੱਤ ਗੁਰੂ ਨਾਨਕ ਦੇ ਚਰਨਾਂ ਤੋਂ ਇੱਕ ਸੈਕਿੰਟ ਵਾਸਤੇ ਵੀ ਨਹੀਂ ਵਿਛੜਦਾ, ਕਿਉਂਕਿ ਪੂਰਾ ਸਤਿਗੁਰੂ ਮਿਲ ਗਿਆ, ਗਿਆਨ ਕਰਾਤਾ। ਸੋ ਇਸ ਤੋਂ ਬਾਅਦ ਕਾਫੀ ਸਮਾਂ ਲੰਘ ਗਿਆ ਅਤੇ ਅੱਜ ਅਸ਼ਟਮੀ ਆ ਗਈ, ਦਾ ਇਕਾਦਸ਼ੀ ਆ ਗਈ। ਬਹੁਤ ਸਾਰੇ ਵਰਤ ਰੱਖੇ ਜਾਂਦੇ ਨੇ ਭਾਰਤ ਵਰਸ਼ ਦੇ ਅੰਦਰ ਅਤੇ ਉਹਨਾਂ ਦੇ ਨਾਲ ਬੜੇ ਸਖਤ ਹੁਕਮ ਨੇ। ਇਕਾਦਸ਼ੀ ਦਾ ਵਰਤ ਇਹ ਹੁੰਦਾ ਕਿ ਉਸ ਵੇਲੇ ਜੇ ਕੋਈ ਅੰਨ ਖਾ ਲਵੇ ਤਾਂ ਉਹਨੂੰ ਇੰਨਾ ਦੋਸ਼ ਲੱਗਦਾ ਕਿ ਉਹਨੂੰ ਜਮਾਂ ਦੇ ਚੱਕਰ ਪੈਣਾ ਪੈਂਦਾ ਅਤੇ ਬਹੁਤ ਦੁੱਖ ਹੁੰਦੇ ਨੇ, ਦਰਿੱਦਰ ਉਹਦੇ ਉੱਤੇ ਆ ਕੇ ਛਾ ਜਾਂਦੇ ਨੇ। ਸੋ ਰਾਜੇ ਨੂੰ ਜਿਸ ਤਰ੍ਹਾਂ ਦੇ ਨਾਲ ਸਮਝਾਇਆ ਹੋਇਆ ਸੀ ਉਸੇ ਤਰ੍ਹਾਂ ਦੇ ਨਾਲ ਉਸਨੇ ਐਲਾਨ ਕਰ ਦਿੱਤਾ ਦਸਵੀਂ ਵਾਲੇ ਦਿਨ ਕਿ ਕੱਲ੍ਹ ਨੂੰ ਇਕਾਦਸ਼ੀ ਹੈ, ਕੋਈ ਬੰਦਾ ਚੁੱਲ੍ਹੇ ਵਿੱਚ ਅੱਗ ਨਹੀਂ ਜਾਲੇਗਾ, ਸਭ ਨੇ ਵਰਤ ਰੱਖਣਾ ਅਤੇ ਦਸਵੀਂ ਦਾ ਪ੍ਰਸ਼ਾਦਾ ਛਕਿਆ ਹੋਇਆ ਦੁਆਦਸ਼ੀ ਵਾਲੇ ਦਿਨ ਇੱਕ ਦਿਨ ਛੱਡ ਕੇ ਵਰਤ ਉਪਾਰਨ ਕਰਨ ਤੋਂ ਪਹਿਲਾਂ ਸਾਰਿਆਂ ਨੇ ਮੰਦਰ ਜਾਣਾ, ਉੱਥੇ ਸਾਲਗ੍ਰਾਮ ਦੀ ਪੂਜਾ ਕਰਨੀ ਹੈ ਅਤੇ ਉਹ ਚਰਨਾਮ੍ਰਿਤ ਲੈਣਾ, ਉਸ ਤੋਂ ਬਾਅਦ ਫਿਰ ਜਾ ਕੇ ਉਹ ਚਰਨਾਮ੍ਰਿਤ ਦੇ ਨਾਲ ਵਰਤ ਉਪਾਰਨ ਕਰਨਾ। ਇਸ ਨੇ ਵੀ ਸੁਣਿਆ ਸਾਲਗ੍ਰਾਮ ਦੀ ਪੂਜਾ ਅਤੇ ਤੁਲਸੀ ਦੀ ਪੂਜਾ, ਗੁਰੂ ਨਾਨਕ ਦਾ ਸਿਧਾਂਤ ਹੋਰ ਸੀ, ਉਹ ਜਿਉਂਦੇ ਸਾਲਗ੍ਰਾਮ ਨੂੰ ਮੰਨਦੇ ਸੀ ਅਤੇ ਨਰੋਆ ਵਰਤ ਰੱਖਦੇ ਸੀ, ਇੱਕ ਦਿਨ ਨਹੀਂ ਸੀ ਰਖਾਉਂਦੇ, ਗੁਰਸਿੱਖਾਂ ਤੋਂ ਹਰ ਵਕਤ ਵਰਤ ਰਖਾਉਂਦੇ ਸੀ। ਸੋ ਉਸ ਵੇਲੇ ਆਪ ਜੀ ਨੇ ਆਪਣੇ ਨਿਤਨੇਮ ਦੇ ਹਿਸਾਬ ਨਾਲ ਦੇਗ ਤਿਆਰ ਕੀਤੀ, ਉਸੇ ਤਰ੍ਹਾਂ ਕੜਾ ਪ੍ਰਸ਼ਾਦ ਵਰਤਾਇਆ ਗਿਆ, ਰੌਲਾ ਪੈ ਗਿਆ ਵੀ ਧੂੰਆਂ ਨਿਕਲਿਆ ਇੱਥੇ, ਦਿਨ ਹੋਇਆ, ਲੰਗਰ ਤਿਆਰ ਹੋਇਆ, ਜਿੰਨੇ ਲੋੜਵੰਦ ਸੀ ਸਭ ਨੂੰ ਪ੍ਰਸ਼ਾਦਾ ਛਕਾਇਆ, ਸ਼ਾਮ ਹੋਇਆ ਫਿਰ ਲੰਗਰ ਤਿਆਰ ਹੋਇਆ, ਫਿਰ ਲੋੜਵੰਦਾਂ ਨੂੰ ਪ੍ਰਸ਼ਾਦਾ ਛਕਾਇਆ, ਰੌਲਾ ਪੈ ਗਿਆ, ਇਕੱਲਾ ਇਕੱਲਾ ਆ ਕੇ ਉਹਦੇ ਨਾਲ ਗੱਲ ਕਰਦਾ, ਪਰਦੇਸੀ ਤੂੰ ਇਹ ਆ ਕੇ ਕੀ ਕੀਤਾ ਇੱਥੇ, ਰਾਜੇ ਦਾ ਹੁਕਮ ਸੀ ਕਿ ਅੱਗ ਨਹੀਂ ਜਲਣੀ, ਤੈਂ ਦਿਨ ਵਿੱਚ ਤਿੰਨ ਵਾਰੀ ਅੱਗ ਚਾਲੀ ਹੈ, ਇਹ ਤੂੰ ਕੀ ਕਰਿਆ, ਮਾੜਾ ਕੰਮ ਕਰਿਆ, ਸਾਡੇ ਦੇਸ਼ ਦਾ ਜੋ ਰਿਵਾਜ਼ ਸੀ ਉਸ ਨੂੰ ਤੋੜ ਦਿੱਤਾ। ਬੜੀ ਦਲੇਰੀ ਸੀ ਮਨਸੁਖ ਦੇ ਅੰਦਰ, ਬਹੁਤ ਸੋਝੀ ਸੀ, ਪੂਰਾ ਗਿਆਨ ਸੀ, ਵਿਸ਼ਵਾਸ ਸੀ ਗੁਰੂ ਦਾ, ਕਹਿਣ ਲੱਗਿਆ ਅਸੀਂ ਤਾਂ ਕੁਛ ਨਹੀਂ ਕਰਿਆ, ਆਪਣਾ ਜਿਸ ਤਰ੍ਹਾਂ ਦੇ ਨਾਲ ਸਾਡੇ ਗੁਰੂ ਨੇ ਦੱਸਿਆ ਸੀ ਉਸੇ ਤਰ੍ਹਾਂ ਨਾਲ ਕਰਿਆ। ਸੋ ਉਸ ਵੇਲੇ ਰਾਜੇ ਦੇ ਸ਼ਿਕਾਇਤ ਹੋ ਗਈ, ਰਾਜੇ ਨੇ ਕਿਹਾ ਹੈ ਇਸ ਜਜ਼ੀਰੇ ਦੇ ਉੱਤੇ ਵੀ ਐਸਾ ਕੋਈ ਬੰਦਾ ਆ ਗਿਆ, ਕਿਉਂਕਿ ਭਾਰਤ ਵਰਸ਼ ਵਿੱਚ ਤਾਂ ਅਸੀਂ ਸੁਣਿਆ ਹੈ ਕਿ ਯਵਨਾਂ ਦਾ ਰਾਜ ਹੋ ਗਿਆ ਇਸਲਾਮ ਵਾਲਿਆਂ ਦਾ ਅਤੇ ਉਹਨਾਂ ਨੇ ਮੰਦਰਾਂ ਦੀ ਮਰਿਆਦਾ ਤੋੜ ਦਿੱਤੀ, ਜ਼ੋਰ ਦੇ ਨਾਲ ਇਸਲਾਮ ਦੇ ਵਿੱਚ ਲਿਆਉਣੇ ਸ਼ੁਰੂ ਕਰ ਦਿੱਤਾ ਇਸ ਜਨਤਾ ਨੂੰ, ਅਤੇ ਬੜਾ ਔਖਾ ਹੋ ਗਿਆ ਕਰਮ ਧਰਮ ਪਾਲਣਾ ਮੇਰੇ ਜਜ਼ੀਰੇ ਦੇ, ਮੇਰੇ ਰਾਜ ਦੇ ਅੰਦਰ ਤਾਂ ਸਾਰੇ ਹਿੰਦੂ ਧਰਮ ਨੂੰ ਸ਼ੈਵ ਧਰਮ ਨੂੰ ਮੰਨਣ ਵਾਲੇ ਨੇ, ਬੋਧੀ ਨੇ, ਇੱਥੇ ਤਾਂ ਇਹ ਗੱਲ ਹੋਣੀ ਨਹੀਂ ਚਾਹੀਦੀ, ਕੌਣ ਐਸਾ ਪੁਰਸ਼ ਹੈ ਜਿਸ ਨੇ ਮੇਰੇ ਹੁਕਮ ਦੀ ਉਲੰਘਣਾ ਕੀਤੀ ਹੈ, ਹਾਜ਼ਰ ਕਰੋ। ਸੋ ਭਾਈ ਮਨਸੁਖ ਜੀ ਨੂੰ ਹਾਜ਼ਰ ਕੀਤਾ ਗਿਆ, ਬਹੁਤ ਐਸਾ ਚਿਹਰਾ ਮੋਹਰਾ ਸੀ, ਇੰਨਾ ਪ੍ਰਭਾਵ ਸੀ, ਜਲਾਲ ਸੀ
ਕਿ ਸ਼ਿਵਨਾਮ ਨੇ ਜਦੋਂ ਦਰਸ਼ਨ ਕੀਤੇ ਉਸੇ ਵੇਲੇ ਅੰਦਰੋਂ ਠਰ ਗਿਆ। ਇੱਕ ਕੰਬਣੀ ਆਈ, ਪਵਿੱਤਰਤਾ ਜੋ ਉਸਦੀ ਸੀ ਉਸਦੇ ਅੱਗੇ ਬੋਲ ਨਾ ਸਕਿਆ। ਬਿਠਾ ਲਿਆ, ਕਹਿਣ ਲੱਗੇ ਪਰਦੇਸੀ ਕੀ ਨਾਂ ਹੈ ਤੇਰਾ? ਕਹਿਣ ਲੱਗੇ ਮੇਰਾ ਨਾਂ ਮਨਸੁਖ। ਤੈਨੂੰ ਨਹੀਂ ਪਤਾ ਵੀ ਮੈਂ ਕੱਲ੍ਹ ਕੀ ਐਲਾਨ ਕਰਾਇਆ ਸੀ, ਪਰਸੋਂ ਕੀ ਕਰਾਇਆ ਸੀ, ਅਤੇ ਤੂੰ ਕੱਲ੍ਹ ਚੁੱਲ੍ਹੇ 'ਚ ਅੱਗ ਜਾਲੀ ਆ, ਇੱਕ ਵਾਰੀ ਨਹੀਂ ਤਿੰਨ ਵਾਰੀ, ਨਾ ਤੂੰ ਮੰਦਰ ਆਇਆ, ਨਾ ਤਾਂ ਸਾਲਗ੍ਰਾਮ ਦੀ ਪੂਜਾ ਕੀਤੀ ਹੈ, ਨਾ ਸਾਲਗ੍ਰਾਮ ਦਾ ਤੈਂ ਚਰਨਾ ਮਿਰਤ ਲਿਆ, ਨਾ ਤੁਲਸੀ ਪੂਜਾ ਕੀਤੀ ਹੈ, ਅਤੇ ਇਹ ਤੂੰ ਐਡੀ ਬੇਮਰਿਆਦਾ ਗੱਲ ਕੀਤੀ ਹੈ, ਤੂੰ ਹਿੰਦੂ ਹੈ ਕਿ ਤੇਰਾ ਧਰਮ ਹੋਰ? ਉਹ ਕਹਿਣ ਲੱਗਿਆ ਜਨਮ ਮੇਰਾ ਹਿੰਦੂ ਦਾ, ਲੇਕਿਨ ਮੈਨੂੰ ਪੂਰਾ ਮਿਲ ਗਿਆ। ਰਾਜਨ, ਦੋ ਰਸਤੇ ਹੋਇਆ ਕਰਦੇ ਨੇ, ਇੱਕ ਕੀੜੀ ਦਾ ਰਸਤਾ ਹੋਇਆ ਕਰਦਾ, ਇੱਕ ਵਿਹੰਗਮ ਰਸਤਾ ਹੁੰਦਾ, ਜਾਂ ਪੰਛੀ ਦਾ ਰਸਤਾ ਹੋਇਆ ਕਰਦਾ ਅਤੇ ਦਰਖਤ ਨੂੰ ਫਲ ਲੱਗਿਆ ਹੋਵੇ। ਕੀੜੀ ਜੋ ਹੈ ਹੌਲੀ ਹੌਲੀ ਜਾਂਦੀ ਹੈ, ਪਤਾ ਨਹੀਂ ਪਹੁੰਚ ਜਾਵੇ ਜਾਂ ਨਾ ਪਹੁੰਚ ਜਾਵੇ, ਦੂਰੀ ਦੇ ਉੱਤੇ ਦਰਖਤ ਹੈ। ਲੇਕਿਨ ਜੋ ਪੰਛੀ ਹੈ ਉਹ ਇੱਕਦਮ ਅਡਾਰੀ ਮਾਰ ਕੇ ਬੈਠ ਜਾਂਦਾ। ਕਹਿਣ ਲੱਗੇ ਜੇ ਜਿੰਨੇ ਵੀ ਇਹ ਚੀਜ਼ਾਂ ਨੇ, ਜਿੰਨੀਆਂ ਵੀ ਤੁਸੀਂ ਕਰਦੇ ਹੋ, ਇਹ ਕਲਯੁੱਗ ਦੇ ਅੰਦਰ ਫਲਦਾਇਕ ਨਹੀਂ ਹੈਗੀਆਂ। ਤੀਰਥ ਵਰ ਤਰ ਦਾਨ ਕਰ, ਮਨਵੇਂ ਧਰੇ ਗਵਾਨ, ਨਾਨਕ ਨੇਫਲ ਜਾਤ ਤੇ ਜਿਉਂ ਕੁੰਚੇ ਰਿਸ਼ਨ। ਵਰਤ ਰੱਖਣੇ, ਤੀਰਥ ਕਰਨੇ, ਦਾਨ ਕਰਨੇ, ਇਹ ਜਿੰਨੇ ਕਰਮ ਹੈ, ਕਰਮਾਂ ਦੇ ਉੱਤੇ ਜੇ ਕੋਈ ਕਹੇ ਵੀ ਮੈਨੂੰ ਪਰਮੇਸ਼ਰ ਮਿਲ ਜਾਏਗਾ, ਨਹੀਂ ਮਿਲਿਆ ਕਰਦਾ। ਮਹਾਰਾਜ ਨੇ ਫੋਕਟ ਕਰਮ ਕਿਹਾ, ਹੈ ਚੰਗੇ ਪਰ ਤਾਂ ਚੰਗੇ ਨੇ ਜੇ ਨਾਲ ਨਾਮ ਹੋਵੇ। ਜੇ ਨਾਮ ਨਹੀਂ ਹੈ ਤਾਂ 0000 ਲਾਈ ਜਾਓ ਜਿੰਨੇ ਲਾਉਣੇ ਨੇ, ਜੇ ਨਾਮ ਦਾ ਏਕ ਲਾ ਦਿਓ ਤਾਂ ਰਕਮ ਦਾ ਮੁੱਲ ਪੈ ਜਾਂਦਾ, ਨਹੀਂ ਪੈਂਦਾ ਨਹੀਂ ਹੈ। ਕਹਿਣ ਲੱਗੇ ਸਾਰੇ ਜਿੰਨੇ ਕਰਮ ਨੇ ਇਹ ਕਲਰ ਸਿੰਜਣਾ ਹੋਇਆ ਕਰਦਾ, ਅਤੇ ਪਰਮੇਸ਼ਰ ਦਾ ਨਾਮ ਹੈ ਜਿਹੜਾ ਪਾਰ ਲੰਘਾਉਂਦਾ। ਸੋ ਅਸਲੀ ਸਾਰਗ ਨਾਮ ਨੂੰ ਜਾਣਨ ਦਾ ਯਤਨ ਕਰੋ। ਅਤੇ ਆਪਨੇ ਫਰਮਾਨ ਕੀਤਾ, ਕਿਉਂ ਜਨਮ ਗਵਾਉਂਦੇ ਹੋ? ਇਹ ਸਮਾਂ ਨਹੀਂ ਰਿਹਾ, ਹੁਣ ਤਾਂ ਪਰਮੇਸ਼ਰ ਦੇ ਨਾਮ ਜਪਣ ਦਾ ਸਮਾਂ ਹੈ। ਇਸ ਤਰ੍ਹਾਂ ਬੜੋ ਪਿਆਰ ਨਾਲ ਕਲਰ ਸਿੰਜ ਕੇ ਕਿਉਂ ਜਨਮ ਗਵਾਉਂਦਾ, ਰਾਮ ਨਾਮ ਜਪ ਲੈ ਰਾਮ ਨਾਮ ਜਪ
ਵਿਚਾਰ ਦੀ ਬਾਤ ਆਪ ਧਿਆਨ ਨਾਲ ਸਰਵਣ ਕਰੋ, ਫਿਰ ਆਪ ਨੂੰ ਸਾਰਾ ਜਵਾਬ ਆ ਜਾਏ। ਕਹਿੰਦੇ ਸਾਲਗ ਰਾਮ ਵਿ ਪੂਜ ਮਨਾਵੋ ਸੁਕਿਰਤ ਤੁਲਸੀ ਮਾਲ। ਠੀਕ ਹੈ, ਤੁਸੀਂ ਪੂਜਾ ਕਰਦੇ ਹੋ ਸਾਲਗ ਰਾਮ ਦੀ ਇੱਕ ਪੱਥਰ ਨੂੰ ਪ੍ਰਤੀਕ ਜਾਣ ਕੇ, ਲੇਕਿਨ ਅਸੀਂ ਉਹ ਸਾਲਗ ਰਾਮ ਨੂੰ ਪਰਿਪੂਰਨ ਜਾਣਦੇ ਹਾਂ, ਘੱਟ ਘੱਟ 'ਚ ਵਿਆਪਕ ਸਭ ਦੇ ਨਾਲ, ਅੰਦਰ ਬਾਹਰ ਸਭ ਦੇ ਜਾਣਨ ਵਾਲਾ, ਕਰੋੜਾਂ ਬ੍ਰਹਮੰਡਾਂ ਦਾ ਮਾਲਕ। ਅਤੇ ਦੂਸਰਾ, ਰਾਮ ਨਾਮ ਜਪ ਬੇੜਾ ਬੰਧੋ, ਦਿਆ ਕਰੋ ਦਿਆਲ, ਕਾਹੇ ਕਲਰਾ ਸਿੰਚੋ ਜਨਮ ਗਵਾਓ। ਕਿਉਂ ਕਲਰ ਨੂੰ ਸਿੰਜੀ ਜਾਂਦੇ ਹੋ, ਕਿਉਂ ਜਨਮ ਨੂੰ ਬਰਬਾਦ ਕਰੀ ਜਾਂਦੇ ਹੋ? ਕਾਚੀ ਟਹਿਕ ਦਿਵਾਲ, ਕਾਚੀ ਟਹਿਕ ਦਿਵਾਲਾ, ਇਹ ਤਾਂ ਕੱਚੀ ਕੰਧ ਜਿਹੜੀ ਹੈ, ਮੀਂਹ ਪੈਣ ਲੱਗ ਜਾਣਾ ਇਹ ਢਹਿ ਜਾਣੀ ਆ ਭਾਈ, ਕਾਹੇ ਗੱਚ ਲਾਵੋ, ਉਹਨੂੰ ਕਿਉਂ ਗਾਰਾ ਲਾਈ ਜਾਂਦਾ? ਕਰ ਹਰ ਟਮਾਟ ਮਾਲ ਟਿੰਡ ਪਰੋ, ਤਿਸ ਪੀਤਰ ਮੰਨ ਜਾਓ, ਜਿਵੇਂ ਹਲਟ ਚੱਲਦਾ। ਇਸ ਤਰ੍ਹਾਂ ਦੇ ਸਹਿਜ ਦੇ ਨਾਲ, ਸਵਾਸ ਦੇ ਨਾਲ ਅੰਦਰ ਨੂੰ ਜਾਂਦਾ ਵਾਹੇ, ਬਾਹਰ ਨੂੰ ਆਉਂਦਾ ਗੁਰੂ, ਅੰਦਰ ਨੂੰ ਜਾਂਦਾ ਵਾਹੇ, ਬਾਹਰ ਨੂੰ ਆਉਂਦਾ ਗੁਰੂ। ਕਹਿੰਦੇ ਐਂ ਟਿੰਡਾਂ ਭਰੋ ਨਾਮ ਦੇ ਨਾਲ, ਮਨ ਨੂੰ ਇਹਦੇ ਵਿੱਚ ਲਾਓ, ਕਾਮ ਕ੍ਰੋਧ ਦੋਏ ਕਰੋ ਵਸੋਲੇ। ਕਾਮ ਅਤੇ ਕ੍ਰੋਧ ਨੂੰ ਆ ਵਸੋਲੇ ਨੇ ਜਿਹੜੇ ਖੁਰਪੇ ਨੇ, ਇਹਨਾਂ ਦੇ ਨਾਲ ਇਹਨੂੰ ਕੱਟ ਦਿਉ, ਗੋਡੋ ਧਰਤੀ ਭਾਈ, ਇਹਨਾਂ ਨੂੰ ਕੱਟ ਦਿਉ। ਇਹਦੀ ਥਾਂ ਦੇ ਉੱਤੇ ਜਤ, ਖਿਮਾ, ਸੰਤੋਖ, ਵਿਵੇਕ, ਨਿਮਰਤਾ ਅਤੇ ਇਹ ਚੀਜ਼ਾਂ ਥਾਂ ਲੈਣਗੀਆਂ। ਅਤੇ ਪੰਜ ਵਿਸ਼ੇ, ਪੰਜ ਚੋਰ, ਪੰਜ ਹੰਕਾਰ, ਨਿੰਦਿਆ, ਚੁਗਲੀ, ਈਰਖਾ, ਆਸਾ, ਅੰਦੇਸ਼ਾ, ਤ੍ਰਿਸ਼ਨਾ, ਨਾਸਤਿਕਤਾ, ਬੈਰ ਭਾਵ, ਇਹ ਨਦੀਨ ਉੱਗਿਆ ਹੋਇਆ ਇਹ ਸਰੀਰ ਦੇ ਅੰਦਰ। ਜਿਵੇਂ ਕਿਸਾਨ ਖੁਰਪਾ ਲੈ ਕੇ ਮੱਕੀ ਦੇ ਵਿੱਚੋਂ ਕੱਢ ਦਿੰਦਾ ਸਾਰੀਆਂ ਚੀਜ਼ਾਂ, ਇਕੱਲੀ ਮੱਖੀ ਰੱਖਦਾ ਹੈ, ਜਾਂ ਕਪਾਹ ਦੇ ਵਿੱਚੋਂ ਕੱਢ ਦਿੰਦਾ, ਜਾਂ ਹੋਰ ਸਬਜ਼ੀਆਂ ਦੇ ਵਿੱਚੋਂ, ਨਦੀਨ ਨਹੀਂ ਹੋਣ ਦਿੰਦਾ। ਕਹਿੰਦੇ ਇਸ ਤਰ੍ਹਾਂ ਦੇ ਨਾਲ ਵਸੋਲੇ ਲੈ ਕੇ ਇਹਨੂੰ ਗੋਡੋ ਭਾਈ, ਜਿਉਂ ਗੋਡੋ ਤਿਉਂ ਤੁਮ ਸੁੱਖ ਪਾਓ। ਜਿੰਨਾ ਗੁਡਾਈ ਕਰੇ ਜਾਓਗੇ, ਇੱਕ ਵਾਰੀ, ਦੋ ਵਾਰੀ, ਚਾਰ ਵਾਰੀ ਗੁੱਡੋਂਗੇ, ਓਨੀ ਉਹ ਗਿੱਲੇ ਦੇ ਵਿੱਚ ਬਹੁਤੀ ਰਹੀ ਜਾਏਗੀ। ਜਿੰਨੀ ਗੁਡਾਈ ਕਰਕੇ ਤੁਸੀਂ ਬੈਰ ਭਾਵ, ਪੰਜ ਚੋਰ, ਪੰਜ ਵਿਸ਼ੇ, ਪੰਜ ਹੰਕਾਰ, ਸ਼ਬਦ ਸਪਰਸ ਰੂਪ ਰਸ ਗੰਧ ਰਾਜਮਾਲ ਰੂਪ ਜਾਤ ਜੋਵਨ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਨਿੰਦਿਆ ਚੁਗਲੀ ਈਰਖਾ ਵਖੀਲੀ, ਇਹਨਾਂ ਦੀਆਂ ਜੜ੍ਹਾਂ ਕੱਟੋਗੇ, ਵਾਰ ਵਾਰ ਜੜ੍ਹਾਂ ਕੱਟੋਗੇ, ਕਹਿੰਦੇ ਇੰਨਾ ਹੀ ਸੁੱਖ ਤੁਹਾਨੂੰ ਪ੍ਰਾਪਤ ਹੋਏਗਾ। ਅਤੇ ਫਿਰ ਫਰਕ ਕੀ ਪਏਗਾ? ਕਹਿੰਦੇ ਜੀਵਨ ਬਦਲ ਜਾਏਗਾ ਰਾਜਨ। ਜਿਹੜਾ ਸਧਾਰਨ ਮਨੁੱਖ ਹੈ, ਜਿਸਨੂੰ ਕੋਈ ਨਹੀਂ ਜਾਣਦਾ, ਕਹਿੰਦੇ ਉਹਦਾ ਮਾਣ ਹੋਣ ਲੱਗ ਜਾਏ, ਜਿਹਨੂੰ ਕੋਈ ਖੜਨ ਨਹੀਂ ਦਿੰਦਾ ਉਹਨੂੰ ਸਾਰੇ ਆਦਰ ਦੇਣ ਲੱਗ ਜਾਣਗੇ, ਕਿਉਂਕਿ ਉਹਦਾ ਜੀਵਨ ਪੱਕਾ ਹੋ ਜਾਏ। ਬਗਲੇ ਥੇ ਫੁਨ ਹੰਸਲਾ ਹੋਵੇ, ਕਹਿੰਦੇ ਬਗਲਾ ਫਿਰ ਹੰਸ ਬਣ ਜਾਏਗਾ। ਜੇ ਤੂੰ ਕਰੇ ਦਿਆਲਾ, ਪਣਵਤ ਨਾਨਕ ਦਾਸਨ ਦਾਸਾ, ਦਇਆ ਕਰੋ ਦਿਆਲਾ। ਕਹਿਣ ਲੱਗੇ ਰਹੇ ਰਾਜਨ, ਇਹ ਅਸੀਂ ਵਰਤ ਰੱਖਦੇ ਹਾਂ, ਇਸ ਤਰ੍ਹਾਂ ਦੇ ਨਾਲ ਅਸੀਂ ਸਾਲਗ ਰਾਮ ਨੂੰ ਪੂਜ ਕੇ ਮਨਾਉਂਦੇ ਹਾਂ। ਜੇ ਪੂਰੇ ਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ ਤਾਂ ਜਨਮ ਦੇ ਲੈਣਾ ਹੀ ਤਿਰਗ ਹੈ, ਕਿਉਂਕਿ ਮੰਤਰ ਨਹੀਂ ਪ੍ਰਾਪਤ ਹੋਇਆ। ਗੁਰਮੰਤਰ ਹੀਣ ਇਸ ਜੋ ਪ੍ਰਾਣੀ, ਤਿਰਗੰਧ ਜਨਮ ਪ੍ਰਿਸ਼ਨ। ਜਿਹਨੂੰ ਪੂਰੇ ਗੁਰੂ ਨੇ ਮੰਤਰ ਨਹੀਂ ਦਿੱਤਾ, ਕਹਿੰਦੇ ਉਹਦਾ ਜਨਮ ਤਰਕਾਰ ਯੋਗ ਅਤੇ ਪ੍ਰਿਸ਼ਟਿਆ ਹੋਇਆ। ਕੁਕਰੈ ਸੁਕਰੈ ਗਰਦਭੈ ਕਾਕੈ ਸਰਪਨੈ ਤੁਲ ਖਲੈ, ਭਾਵੇਂ ਉਹ ਰਾਜ ਗੱਦੀ 'ਤੇ ਬੈਠਾ, ਚਾਹੇ ਉਹ ਸਭ ਤੋਂ ਵੱਡਾ ਪੈਸੇ ਵਾਲਾ, ਕਰੋੜਾਂ ਅਰਬਾਂ ਖਰਬਾਂ ਦਾ ਮਾਲਕ ਹੈ। ਮਹਾਰਾਜ ਕਹਿੰਦੇ ਫੇਰ ਕੀ ਹੋ ਗਿਆ ਭਾਈ ਖਰਬਾਂ ਦਾ ਮਾਲਕ? ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਹੈ, ਨਾਲ ਚਲੈ ਸਭ ਕੋਈ, ਚੰਗਾ ਨਾਂ ਰਖਾਏ ਕਹਿ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੇ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰਹੇ। ਆ ਜਿਹੜੇ ਕੀੜਿਆਂ 'ਚ ਕੀੜੇ ਪੈਂਦੇ ਨੇ, ਰੱਬ ਦੇ ਘਰ ਦੇ ਵਿੱਚ ਉਹਦੀ ਇੰਨੀ ਵੀ ਮਹਾਨਤਾ ਨਹੀਂ। ਇੱਥੇ ਕੱਲ੍ਹ ਅਖਬਾਰ 'ਚ ਗਿਣਦੇ ਸੀ ਵੀ ਹਿੰਦੁਸਤਾਨ ਦੇ ਅੰਦਰ
ਇਹ ਬਿਰਲੇ ਦਾ ਸੱਤਵਾਂ ਨੰਬਰ ਹੈ ਪੈਸੇ ਦੇ ਵਿੱਚ, ਸੱਤਵਾਂ ਦੇਸ਼ ਹੈ ਪੈਸੇ 'ਚ। ਅਮਰੀਕਾ 'ਚ ਬਹੁਤੇ ਨੇ, 52 ਨੇ, 100 ਡੇਢ ਸਵਾ ਕੁ ਸੌ ਗਿਣਿਆ ਉਹਨਾਂ ਨੇ ਮਿਲੀਨੀਅਰ, ਕਰੋੜਾ ਅਰਬਾਪਤੀ। ਕਹਿੰਦੇ ਕੋਈ ਬਾਤ ਨਹੀਂ, ਅਰਬਾਪਤੀ ਹੋਵੇ ਖਰਬਾਪਤੀ ਹੋਵੇ, ਰੱਬ ਦੀ ਦਰਗਾਹ 'ਚ ਤਾਂ ਕੁਛ ਵੀ ਨਹੀਂ, ਜੇ ਉਹਦੇ ਕੋਲ ਪਰਮੇਸ਼ਰ ਦਾ ਨਾਮ ਨਹੀਂ, ਉਹ ਨਿਰਧਨ ਹੈ। ਸੋ ਕਹਿਣ ਲੱਗਿਆ ਭਾਈ ਮਨਸੁਖ ਜੀ, ਕਹਿਣ ਲੱਗੇ ਰਾਜਨ, ਸਤਿਗੁਰੂ ਜਿੰਨਾ ਚਿਰ ਪ੍ਰਾਪਤ ਨਹੀਂ ਹੁੰਦਾ ਨਾਮ ਨਹੀਂ ਪ੍ਰਾਪਤ ਹੁੰਦਾ, ਜਿੰਨਾ ਚਿਰ ਨਾਮ ਨਹੀਂ ਪ੍ਰਾਪਤ ਹੁੰਦਾ ਉਨ੍ਹਾਂ ਚਿਰ ਕੋਈ ਮੁੱਲ ਨਹੀਂ ਹੈ ਬੰਦੇ ਦਾ। ਕੁੱਕਰ ਹੈ, ਸੂਕਰ ਹੈ, ਗਰਦਬ ਹੈ, ਕੱਕ ਹੈ, ਸਰਪਣ ਹੈ, ਕੁੱਤਿਆਂ ਬਿੱਲੀਆਂ ਸੱਪਾਂ ਸੂਰਾਂ ਗਧਿਆਂ ਅਤੇ ਕਾਵਾਂ ਵਰਗਾ ਉਹਦੀ ਹੋਇਆ ਕਰਦੀ, ਅਤੇ ਬਰੜਾਉਂਦਾ ਸੰਸਾਰ ਦੇ ਅੰਦਰ, ਬਰੜਾ ਬੜਾ ਕੇ ਸੁਪਨੇ ਦੇਖ ਰਿਹਾ, ਸੁੱਤਾ ਪਿਆ। ਤੇਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ, ਇੱਕ ਦੋ ਚਾਰ ਨਹੀਂ ਸੁੱਤੇ ਪਏ, ਅਤੇ ਸਾਰਾ ਹੀ ਸੰਸਾਰ ਸੁੱਤਾ ਪਿਆ। ਸਾਰੇ ਸੰਸਾਰ ਰਜੋ ਗੁਣ, ਤਮੋ ਗੁਣ, ਸਤੋ ਗੁਣ ਦੇ ਅੰਦਰ ਖੇਲ ਰਿਹਾ। ਗੁਰੂ ਜਗਾਉਂਦੇ ਨੇ, ਜਾਗ ਲਿਓ ਰੇ ਮਨ, ਜਾਗ ਲਿਓ, ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗੀ, ਸੋ ਵੀ ਸੰਗ ਨਾ ਹੋਇਆ। ਮਾਤ ਪਿਤਾ ਸੁਤ ਬੰਧ ਜਨ, ਹਿਤ ਜਾਣ ਸਿਓ ਕੀ ਨਾ, ਜੀਓ ਛੁੱਟਿਓ ਜਬ ਦੇ ਤੇ ਡਾਰ ਅਗਨ ਮੇ ਦੀ। ਵਾਰ ਵਾਰ ਜਗਾਉਂਦਾ ਗੁਰੂ, ਲੇਕਿਨ ਕੀ ਮਜਾਲ ਹੈ ਕਿ ਇੰਨੀ ਗਾੜੀ ਨੀਂਦ 'ਚ ਸੌਂ ਗਿਆ ਇਹ, ਕਿ ਇਸ ਨੂੰ ਜਾਗ ਨਹੀਂ ਆਉਂਦੀ। ਕੋਈ ਤਮੋ ਗੁਣ ਵਿੱਚ ਸੁੱਤਿਆ ਪਿਆ, ਕੋਈ ਰਜੋ ਗੁਣ ਵਿੱਚ ਸੁੱਤਾ ਪਿਆ, ਕੋਈ ਸਤੋ ਗੁਣ 'ਚ ਸੁੱਤਾ ਪਿਆ। ਮਹਾਰਾਜ ਕਹਿੰਦੇ ਸਾਰਾ ਸੰਸਾਰ ਜਿਹੜਾ ਹੈ ਇਹ ਤਿੰਨਾਂ ਗੁਣਾਂ ਦੇ ਅੰਦਰ ਹੈ, ਤੁਰਿਆ ਅਤੀਤ, ਜਿੱਥੇ ਜਾ ਕੇ ਪਰਮੇਸ਼ੁਰ ਹਾਜ਼ਰ ਨਜ਼ਰ ਦਿਖਦਾ, ਜਿੱਥੇ ਦਾ ਕੇ ਦੂਆ ਦਿਸਦਾ ਹੀ ਨਹੀਂ ਹੈ, ਵਾਹਿਗੁਰੂ ਇਹ ਦ੍ਰਿਸ਼ਟੀ ਆਉਂਦਾ ਸਾਰਿਆਂ ਦੇ ਅੰਦਰ, ਉੱਥੇ ਕਹਿੰਦੇ ਕੋਈ ਬਿਰਲਾ ਹੀ ਪਹੁੰਚਦਾ। ਤਿੰਨ ਵਿਆਪੇ ਜਗਤ ਕੋ ਤੁਰਿਆ ਪਾਵੇ ਕੋਏ, ਤਿੰਨ ਵਿਆਪੇ ਜਗਤ ਕੋ ਤੁਰਿਆ ਪਾਵੇ ਕੋਏ, ਜਗਤ ਕੋ ਤੁਰਿਆ ਪਾਵੇ ਕੋਏ, ਨਾਨਕ ਸੰਤ ਨਿਰਮਲ ਪਏ ਜਿਨ ਮਨ ਵਸਿਆ। ਰਾਜਨ, ਇਹ ਜਿੰਨੇ ਕਰਮ ਧਰਮ ਵਰਤ ਨੇ ਆਦਿ ਨੇ, ਖਟ ਕਰਮ ਨੇ,
ਇਹ ਸਾਰੇ ਤਿੰਨਾਂ ਗੁਣਾਂ ਦੀ ਖੇਲ ਹੈ। ਕੀ ਰਾਜਾ, ਕੀ ਪਰਜਾ, ਕੀ ਪੜ੍ਹਿਆ ਹੋਇਆ, ਕੀ ਅਨਪੜ੍ਹ, ਕੀ ਕਥਾ ਵਾਚ, ਕੀ ਸੁਣਨ ਵਾਲਾ, ਕੋਈ ਬਿਰਲਾ ਹੈ ਜਿਸ ਦੇ ਮਨ ਵਿੱਚ ਇਹ ਪੱਕਾ ਭਰੋਸਾ 24 ਘੰਟੇ ਰਹਿੰਦਾ ਹੈ ਕਿ ਆਹ ਜਿਹੜੀ ਸ੍ਰਿਸ਼ਟੀ ਹੈ ਇਹ ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਨਹੀਂ ਹੈ, ਜਿਹਨੂੰ ਇਹ ਹਰ ਵਕਤ ਯਾਦ ਰਹਿੰਦਾ, ਜਿਹਨੂੰ ਹਰ ਵਕਤ ਯਾਦ ਰਹਿੰਦਾ ਹੈ ਉਹਨੂੰ ਨਾਮ ਦੀ ਪ੍ਰਾਪਤੀ ਹੋਇਆ ਕਰਦੀ। ਬਾਕੀਆਂ ਦਾ ਤਰੱਦਦ ਹੈ, ਮਿਹਨਤ ਹੈ ਕਿ ਅਸੀਂ ਇਸ ਆਤਮਿਕ ਸਥਿਤੀ ਦੇ ਵਿੱਚ ਪਹੁੰਚ ਜਾਈਏ। ਕਹਿੰਦੇ ਉਹ ਕੋਈ ਬਿਰਲਾ ਹੈ ਤੁਰੀ ਅਵਸਥਾ ਦਾ, ਬਾਕੀ ਤਾਂ ਸਾਰਾ ਸੰਸਾਰ ਤਿੰਨਾਂ ਹੀ ਗੁਣਾਂ 'ਚ ਰਹਿੰਦਾ ਹੈ। ਤ੍ਰਿਤੀਆ ਤ੍ਰੈਗੁਣ ਵਿਖੇ ਫਲ, ਇਹਦਾ ਫਲ ਕੀ ਹੁੰਦਾ ਹੈ, ਬਿਓ ਪੋਇਜ਼ਨ ਇਕੱਠੀ ਕਰਦਾ ਤਿੰਨਾਂ ਗੁਣਾਂ 'ਚ। ਕਬ ਉੱਤਮ ਕਬ ਨੀਚ, ਕਦੇ ਬਹੁਤ ਵਧੀਆ ਬਣ ਜਾਂਦਾ, ਕਦੇ ਨੀਵਾਂ ਫਿਰ ਹੋ ਕੇ ਰੋਣਾ ਸ਼ੁਰੂ ਕਰ ਦਿੰਦਾ, ਕਦੇ ਭਜਨ ਕਰਨ ਨੂੰ ਜੀ ਕਰਦਾ, ਕਦੇ ਕਹਿੰਦਾ ਮੇਰਾ ਜੀ ਇਹ ਨਹੀਂ ਕਰਦਾ। ਵਿਓ ਦੇ ਫਲ ਇਕੱਠੇ ਕਰੀ ਜਾਂਦਾ, ਨਰਕ ਸੁਰਗ ਭਰਮ ਤੋਂ ਕਣੋ। ਕਹਿੰਦੇ ਫਿਰ ਇਹਦਾ ਫਲ ਕੀ ਹੁੰਦਾ ਹੈ ਜਿਹੜੇ ਫਲ ਇਕੱਠੇ ਕਰਦਾ? ਕਹਿੰਦੇ ਫਿਰ ਕਦੇ ਜੰਮ ਪਿਆ, ਕਦੇ ਮਰ ਪਿਆ, ਕਦੇ ਨਰਕ 'ਚ ਚਲਿਆ ਗਿਆ, ਕਦੇ ਪੁੰਨ ਕਰੇ ਸਰਗ ਸੁਰਗ 'ਚ ਚਲਿਆ ਗਿਆ। ਸਦਾ ਸੰਘਾਰਾ ਮੀਚ, ਹਰਖ ਸੋਗ ਸਹਿਸਾ ਸੰਸਾਰ, ਹਾਂ ਹਾਂ ਕਰਤ ਵਿਹਾ। ਕਦੇ ਹਰਖ 'ਚ ਖੁਸ਼ੀ 'ਚ ਆ ਜਾਂਦਾ, ਕਦੇ ਸੋਗ ਵਿੱਚ ਆ ਜਾਂਦਾ, ਅਤੇ ਹਾਂ ਹਾਂ ਮੈਂ ਕਰਦਾ, ਮੈਂ ਆਹ ਕਰਿਆ, ਮੈਂ ਆਹ ਕਰਿਆ, ਕਿਸੇ ਨੂੰ ਛੇੜ ਕੇ ਦੇਖ ਲਓ, ਮੈਂ ਨਹੀਂ ਇਹਦੀ ਮੁੱਕਦੀ, ਮੈਂ ਐਂ ਗੱਲ ਕਹੀ ਤਾਂ ਇਹ ਹੋਈ, ਮੈਂ ਉਹਨੂੰ ਸਮਝਾਈ ਗੱਲ ਤਾਂ ਸਮਝ। ਕਹਿੰਦੇ ਐਂ ਲੰਘ ਰਿਹਾ ਜਿਨ ਕੀ ਹੈ ਤੁਸੀਂ ਨਾ ਜਾਣਨੀ। ਜਿਹਨੇ ਵਾਹਿਗੁਰੂ ਨੇ ਸਭ ਕੁਛ ਕਰਿਆ ਹੋਇਆ ਉਹਨੂੰ ਬਿਲਕੁਲ ਜਾਣਨ ਦੀ ਕੋਸ਼ਿਸ਼ ਨਹੀਂ ਕਰਦਾ। ਚਿਤਵੇ ਅਨਕੋ ਪਾਏ ਆਦ ਵਿਆਦ ਉਪਾਦ ਰਸ ਕਬੂ ਨਾ ਟੁੱਟੈ ਤਾਂ। ਕਰਮਾਂ ਦੇ ਨਾਲ ਆਦੀ ਵਿਆਦੀ ਉਪਾਧੀ ਤਿੰਨ ਤਾਪ ਕਦੇ ਨਹੀਂ ਟੁੱਟਦੇ। ਪਾਰ ਬ੍ਰਹਮ ਪੂਰਨ ਤਨੀ ਨਹਿ ਬੂਝੈ ਪ੍ਰਤਾਪ, ਮੋਹ ਭਰਮ ਬੂਢਤ ਕਣੋ। ਮੋਹ ਦੇ ਵਿੱਚ, ਪੰਜ ਭਰਮਾਂ ਦੇ ਵਿੱਚ ਡੁੱਬਿਆ ਪਿਆ। ਮਹਾਂਨਰਕ ਮੈਂ ਵਾਸ, ਮਹਾਂਨਰਕਾਂ 'ਚ ਦੁੱਖਾਂ ਦੇ ਵਿੱਚ ਇਸ ਨੂੰ ਵਾਸ ਮਿਲਿਆ ਹੋਇਆ। ਕਰ ਕਿਰਪਾ ਪ੍ਰਭ ਰਾਖ ਲੈ ਨਾਨਕ ਤੇਰੀ ਆਸ। ਕਹਿਣ ਲੱਗੇ ਰਾਜਨ ਸੁਪਨਾ ਸੰਸਾਰ ਲੈ ਰਿਹਾ, ਇੱਕ ਦੋ ਚਾਰ ਨਹੀਂ, ਸਾਰਾ ਹੀ ਸੰਸਾਰ ਸੁਪਨੇ ਦੇ ਅੰਦਰ ਸੁੱਤਾ ਪਿਆ, ਤਿੰਨਾਂ ਗੁਣਾਂ ਦੀ ਨੀਂਦ ਚੜ੍ਹੀ ਹੋਈ। ਅਤੇ ਨੀਂਦ ਚੜ੍ਹ ਕੇ ਇਸ ਨੇ ਪਰਮੇਸ਼ਰ ਜਿਹੜਾ ਹਾਜ਼ਰ ਨਾਜ਼ਰ ਹੈ, ਹਰ ਵਕਤ ਨਾਲ ਰਹਿੰਦਾ, ਜਿਸਨੇ ਸਭ ਕੁਛ ਬਣਾਇਆ, ਇੱਕ ਸਕਿੰਟ ਵਾਸਤੇ ਵੀ ਇਹਦੇ ਮਨ ਵਿੱਚ ਨਹੀਂ ਆਉਂਦਾ। ਜੇ ਕਿਤੇ ਇੱਕ ਸਕਿੰਟ ਵਾਸਤੇ ਆ ਜਾਵੇ, ਏਕ ਚਿੱਤ ਜੇ ਇੱਕ ਛਿਨ ਤਿਆਇਓ, ਕਾਲ ਫਾਸ ਕੇ ਬੀਜ ਨਾ ਆਇਓ। ਉਹ ਕਦੇ ਵੀ ਕਾਲ ਫਾਸਟ ਨਹੀਂ ਆਏਗਾ ਐਸਾ ਪਰਮੇਸ਼ਰ ਦਾ ਨਾਮ। ਬਾਕੀ ਸੰਸਾਰ ਜਿਹੜਾ ਹੈ ਇਹ ਤਾਂ ਸੁਪਨੇ ਦੇ ਅੰਦਰ ਸੁਪਨੇ ਲੈ ਰਿਹਾ। ਲਾਲਿਆ ਮੂਰਖਾ ਚਿੱਤ ਨਾਲ ਸੁਪਨੇ ਦੇ, ਲਾਲਿਆ ਮੂਰਖਾ ਨਾਲ ਸੁਪਨੇ ਦੇ, ਲਾਲਿਆ ਮੂਰਖਾ ਚਿੱਤ ਨਾਲ ਸੁਪਨੇ।
ਛੇਤੀ ਚਿੱਤ ਮੂਰਖ ਲਾਇਆ। ਤਿੰਨਾਂ ਗੁਣਾਂ 'ਚ ਸੁਪਨੇ ਲੈ ਰਿਹਾ, ਅਧਿਆਸ ਹੋਇਆ ਹੋਇਆ, ਆਪਣੇ ਆਤਮ ਪਦਾਰਥ ਨੂੰ ਨਹੀਂ ਜਾਣਦਾ, ਆਪਣੇ ਸਰੂਪ ਨੂੰ ਭੁੱਲਿਆ ਬੈਠਾ ਕਿ ਮੈਂ ਕੌਣ। ਸਾਢੇ ਤਿੰਨ ਹੱਥ ਦੀ ਦੇਹ ਆਪਣੇ ਆਪ ਨੂੰ ਵਾਰ 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 ਕਹੀ ਜਾਂਦੀ। ਦੇਹ ਦੇ ਸੰਬੰਧੀਆਂ ਨੂੰ ਆਪਣੇ ਸੰਬੰਧੀ ਕਹਿੰਦਾ, ਪੁੱਤਰ ਦਾ ਸੰਬੰਧ ਦੇਹ ਨਾਲ ਹੈ, ਇਸਤਰੀ ਦਾ ਸੰਬੰਧ ਦੇਹ ਨਾਲ ਹੈ, ਪ੍ਰੋਪਰਟੀ ਦਾ ਸੰਬੰਧ ਦੇਹ ਨਾਲ ਹੈ, ਆਤਮਾ ਦੇ ਨਾਲ ਤਾਂ ਕੋਈ ਸੰਬੰਧ ਨਹੀਂ ਹੈ ਕਿਸੇ ਦਾ, ਕਿਉਂਕਿ ਉਹ ਤਾਂ ਪਰਿਪੂਰਨ ਹੈ, ਸਭ ਕੁਛ ਉਸਦੇ ਪਾਸ ਹੈ, ਉਸ ਤੋਂ ਬਾਹਰ ਕੋਈ ਨਹੀਂ, ਸਭ ਚੀਜ਼ਾਂ ਉਹਦੇ ਵਿੱਚ ਨੇ, ਉਹਦਾ ਆਪਣਾ ਆਪ ਹੀ ਹੈ, ਆਤਮ ਪਸਾਰਾ ਕਰਨਹਾਰਾ ਪ੍ਰਭ ਇਹਨਾਂ ਨੇ ਜਾਣੀ। ਸੋ ਸੁਪਨੇ ਦੇ ਵਿੱਚ ਇਹ ਮੈਂ ਕਰਕੇ ਮਹਾਰਾਜ ਕਹਿੰਦੇ ਸੁਪਨੇ ਛੇਤੀ ਚਿੱਤ ਮੂਰਖ ਲਾਇਆ। ਇਹੋ ਜਿਹਾ ਮੂਰਖ, ਪੜ੍ਹਿਆ ਲਿਖਿਆ ਜੀ, ਕਹਿੰਦੇ ਪੜ੍ਹਿਆ ਲਿਖਿਆ ਤਾਂ ਨਹੀਂ ਇਹਦੇ 'ਚ ਹਿਸਾਬ ਹੈ, ਇਹਦੇ 'ਚ ਤਾਂ ਇਹ ਹੈ ਕਿ ਆਤਮ ਬੋਧ ਕਿਸ ਨੂੰ ਹੋਇਆ ਕਿ ਕਿਸ ਨੂੰ ਨਹੀਂ ਹੋਇਆ। ਜਿਹਨੂੰ ਆਤਮ ਬੋਧ ਹੋ ਗਿਆ ਅਤੇ ਸਾਰੇ ਪਰਿਪੂਰਨ ਪਰਮੇਸ਼ਰ ਜਾਣ ਲਿਆ, ਉਹ ਤਾਂ ਭਾਈ ਪੜ੍ਹਿਆ ਹੋਇਆ, ਸੋ ਪੜ੍ਹਿਆ ਸੋ ਪੰਡਿਤ ਵੀਨਾ, ਰਾਮ ਨਾਮ ਗੱਲ ਹਾਰ। ਬਾਕੀ ਜਿਹਨੂੰ ਇਹ ਬੋਧ ਨਹੀਂ ਹੋਇਆ, ਚਾਹੇ ਉਹ ਕਿੱਦਾਂ ਹੀ ਪੜ੍ਹਿਆ ਹੋਇਆ, ਕਿੱਡਾ ਹੀ ਅਮੀਰ ਹੈ, ਕਿੱਡੀ ਉਹ ਬੜੀ ਪਦਵੀ ਹੈ, ਕਹਿੰਦੇ ਸਭ ਸੁੱਤੇ ਪਏ ਨੇ, ਬਰੜਾ ਰਹੇ ਨੇ, ਇੱਕ ਦੂਏ ਨੂੰ ਦੁਖੀ ਕਰ ਰਹੇ ਨੇ, ਦੁੱਖ ਪਾ ਰਹੇ ਨੇ। ਇੱਕ ਰਾਜਾ ਬੜਾ ਯੁੱਧ ਕੀਤਾ, ਉਸਨੇ 4-5 ਦਿਨ ਲਗਾਤਾਰ ਬਗੈਰ ਸੌਣ ਤੋਂ ਲੜਾਈ ਲੜਦਾ ਰਿਹਾ। ਜਿੱਤ ਹੋਈ, ਖੁਸ਼ੀਆਂ ਮਨਾਈਆਂ ਗਈਆਂ, ਰਾਜੇ ਨੇ ਵਜ਼ੀਰ ਨੂੰ ਬੁਲਾਇਆ, ਸਭਾ ਨੂੰ ਬੁਲਾਇਆ, ਕਹਿਣ ਲੱਗਿਆ ਦੇਖੋ ਬਈ, ਮੈਨੂੰ ਤਾਂ ਨੀਂਦ ਆ ਰਹੀ ਹੈ ਅਤੇ ਮੈਨੂੰ ਜਗਾਉਣਾ ਨਹੀਂ ਹੈ ਕਿਸੇ ਨੇ ਵੀ, ਜੇ ਕਿਸੇ ਨੇ ਜਗਾਇਆ ਤਾਂ ਮੈਂ ਉਹਦਾ ਸਿਰ ਕਟਾ ਦਾਂਗਾ। ਬੈੱਡਰੂਮ ਚਲਿਆ ਗਿਆ, ਬੰਦੋਬਸਤ ਹੋ ਗਿਆ ਕਿ ਕੋਈ ਚਿੜੀ ਜਨੌਰ ਉਹਦੇ ਕੋਲ ਜਾ ਕੇ ਉਹਦੀ ਨੀਂਦ ਨੂੰ ਭੰਗ ਨਾ ਕਰੇ। ਪਹਿਲਾਂ ਤਾਂ ਰਾਜਿਆਂ ਨੂੰ ਨੀਂਦ ਮਸਾਂ ਹੀ ਆਉਂਦੀ ਹੁੰਦੀ ਹੈ, ਅਮੀਰ ਆਦਮੀ ਨੂੰ ਨੀਂਦ ਮਸਾਂ ਆਉਂਦੀ ਹੈ, ਕਾਰੋਬਾਰੀ ਬੰਦੇ ਨੂੰ ਨੀਂਦ ਕੈਪਸੂਲ ਖਾ ਕੇ, ਦਵਾਈਆਂ ਖਾ ਕੇ ਫਿਰ ਕਿਤੇ ਆ ਜਾਵੇ ਤਾਂ ਆ ਜਾਵੇ, ਨਹੀਂ ਆਇਆ ਨਹੀਂ ਕਰਦੀ। ਸੋ ਇਹਨੂੰ ਨੀਂਦ ਆ ਗਈ ਗਾੜੀ, ਇੱਕ ਦਿਨ ਲੰਘ ਗਿਆ, ਦੂਸਰੇ ਦਿਨ ਇਹਦੇ ਰਾਜਕੁਮਾਰ ਬਿਮਾਰ ਹੋ ਕੇ ਅਚਾਨਕ ਇਹ ਸਰੀਰ ਛੱਡਤਾ। ਉਸ ਵੇਲੇ ਬੜਾ ਫਿਕਰ ਹੋਇਆ ਵੀ ਹੁਣ ਕੀ ਕਰਿਆ ਜਾਵੇ, ਰਾਜਾ ਅੰਦਰ ਸੌਂ ਗਿਆ ਅਤੇ ਪਹੁੰਚ ਕੋਈ ਨਹੀਂ ਸਕਦਾ, ਵੀ ਹੁਣ ਉਹਨੂੰ ਖਬਰ ਕਿਵੇਂ ਕਰੀ ਜਾਵੇ। ਇੱਕ ਦਿਨ ਸਲਾਹ ਕਰਦਿਆਂ ਨੂੰ ਲੰਘੇ, ਦੂਸਰਾ ਦਿਨ ਫਿਰ ਆ ਗਿਆ, ਫਿਰ ਸਲਾਹ ਕਰੀ, ਅਖੀਰ ਚੌਥਾ ਦਿਨ ਆ ਗਿਆ, ਕਹਿਣ ਲੱਗੇ ਜਾਗਿਆ ਹੀ ਨਹੀਂ, ਇੰਨਾ ਮਹਾਰਾਜ ਗਾੜੀ ਨੀਂਦ ਸੌਂ ਗਿਆ। ਉਸ ਵੇਲੇ ਸਾਰਿਆਂ ਨੇ ਪ੍ਰਾਈਮ ਮਿਨਿਸਟਰ ਨੂੰ ਕਿਹਾ ਕਿ ਮਹਾਰਾਜ ਬੇਨਤੀ ਕਰ ਲਵਾਂਗੇ, ਬਖਸ਼ਾ ਲਵਾਂਗੇ ਬਾਦਸ਼ਾਹ 'ਤੇ, ਸਾਰੀ ਪਰਜਾ ਇਕੱਠੇ ਹੋ ਕੇ ਵੀ ਆਹ ਦੇਖੋ ਕੀ ਹੋ ਗਿਆ, 3 ਦਿਨ ਹੋ ਗਏ ਲਾਜਪਾਈ ਨੂੰ, ਕਿਵੇਂ ਰਾਣੀਆਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਮਹਾਰਾਣੀ ਦਾ, ਕਿਰਪਾ ਕਰੋ ਉਸ ਨੂੰ ਜਗਾਉਣ ਦਾ ਪ੍ਰਬੰਧ ਕਰੋ। ਚੌਥੇ ਦਿਨ ਵਜ਼ੀਰ ਗਿਆ ਅਤੇ ਉਸ ਨੂੰ ਬੜੀ ਮੁਸ਼ਕਿਲ ਨਾਲ ਹਲਾ ਹਲਾ ਕੇ ਜਗਾਇਆ। ਜਦੋਂ ਜਗਾਇਆ ਉਸ ਵੇਲੇ ਰਾਜਾ ਰੋਣ ਲੱਗ ਗਿਆ, ਬੜਾ ਰੋਇਆ, ਕਹਿੰਦੇ ਮਹਾਰਾਜ ਆਪ ਕਿਉਂ ਰੋਂਦੇ ਹੋ? ਕਹਿਣ ਲੱਗੇ ਤੁਸੀਂ ਬਹੁਤ ਮਾੜਾ ਕੰਮ ਕਰਿਆ ਅਤੇ ਮੇਰਾ ਹੁਕਮ ਤੁਹਾਨੂੰ ਭੁੱਲ ਗਿਆ ਸੀ ਕਿ ਮੈਂ ਸੀਸ ਕਲਮ ਕਰਾ ਦਾਂਗਾ ਜਿਹੜਾ ਮੈਨੂੰ ਜਗਾਇਆ। ਕਹਿੰਦੇ ਮਹਾਰਾਜ ਪਹਿਲਾਂ ਬੇਨਤੀ ਸੁਣ ਲਓ, ਉਹ ਇਹ ਹੈ ਕਿ ਆਪਦਾ ਰਾਜਕੁਮਾਰ ਅੱਜ ਚੌਥਾ ਦਿਨ ਹੈ ਕਿ ਉਹ ਚੜ੍ਹਾਈ ਕਰ ਗਏ, ਲਾਸ਼ ਉਸ ਦੀ ਪਈ ਹੈ, ਘਰ ਦੇ ਅੰਦਰ ਕੁਰਹਾਮ ਮੱਚਿਆ ਹੋਇਆ, ਰੋਟੀ ਨਹੀਂ ਪੱਕ ਰਹੀ, ਚੁੱਲ੍ਹੇ ਠੰਡੇ ਨੇ, ਕੋਈ ਖਾ ਨਹੀਂ ਰਿਹਾ, ਕੋਈ ਪੀ ਨਹੀਂ ਰਿਹਾ, ਪਰਜਾ 'ਚ ਬਹੁਤ ਬੇਚੈਨੀ ਹੈ। ਕਹਿੰਦਾ ਤੁਸੀਂ ਇੱਕ ਦੀ ਗੱਲ ਕਰਦੇ ਹੋ, ਉਹਨੂੰ ਸੁਪਨਾ ਆਉਣਾ ਸ਼ੁਰੂ ਹੋਇਆ ਸੀ ਕਿ ਇੱਕ ਪਦਮਣੀਆਂ ਰਾਣੀਆਂ, ਸਵਰਗ ਦੀਆਂ ਪੱਛਰਾਵਾਂ, ਉਹ ਰਾਜੇ ਪਾਸ ਆ ਗਈਆਂ ਅਤੇ ਉਹਦੇ ਨਾਲ ਸ਼ਾਦੀ ਕਰ ਲਈ, ਬਹੁਤ ਕਲੋਲ ਕਰਦੇ ਨੇ, 4 ਪੁੱਤਰ ਹੋਏ, 4 ਪੁੱਤਰਾਂ ਨੂੰ ਬੜਾ ਪਿਆਰ ਕਰਦਾ, ਕਦੇ ਇੱਕ ਨਾਲ ਪਿਆਰ ਕਰਦਾ, ਕਦੇ ਦੂਜੇ ਨਾਲ ਕਰਦਾ, ਬੇਖਟਕਾ ਹੈ, ਬਹੁਤ ਵੱਡਾ ਸਾਰੀ ਸ੍ਰਿਸ਼ਟੀ ਦਾ ਰਾਜ ਮਿਲਿਆ ਹੋਇਆ, ਤਾਜ ਸਿਰ ਦੇ ਉੱਤੇ ਹੈ, 1000 ਰਾਜੇ ਉਹਦੀ ਕਚਹਿਰੀ 'ਚ ਬੈਠ ਕੇ ਉਹਦੇ ਅੰਦਰ ਚੁ ਸਾਹਮਣੇ ਝੁੱਕ ਝੁੱਕ ਕੇ ਸਲਾਮਾਂ ਕਰਦੇ ਨੇ, ਦੁਆ ਸਲੂਟ ਕਰਦੇ ਨੇ। ਉਸ ਵੇਲੇ ਜਦੋਂ ਇਹ ਕਚਹਿਰੀ 'ਚ ਬੈਠਾ ਹੈ, ਰਾਜ ਦਰਬਾਰ 'ਚ ਬੈਠਾ ਹੈ ਅਤੇ ਰਾਜੇ ਆ ਕੇ ਆਪਣੀਆਂ ਭੇਟਾਂ ਧਰ ਰਹੇ ਨੇ, ਉਸ ਵੇਲੇ ਵਜ਼ੀਰ ਨੇ ਜਗਾਤਾ, ਕਹਿਣ ਲੱਗਿਆ ਵਜ਼ੀਰ ਸਾਹਿਬ ਕਿੰਨਾ ਮਾੜਾ ਕੰਮ ਕਰਿਆ, ਰੋਵਾਂ ਨਾ ਤਾਂ ਮੈਂ ਕੀ ਕਰਾਂ, ਮੇਰੇ 4 ਰਾਜਕੁਮਾਰ, ਕਿੱਡਾ ਬੜਾ ਸਮਾਜ, ਤੈਂ ਮੈਨੂੰ ਜਗਾ ਕੇ ਖਤਮ ਕਰ ਦਿੱਤਾ। ਕਿਉਂਕਿ ਇਹਨੂੰ ਅਧਿਆਸ ਕਹਿੰਦੇ ਨੇ, ਸੁਪਨੇ ਦਾ ਅਧਿਆਸ ਪੱਕ ਜਾਣਾ, ਰਾਜੇ ਜਨਕ ਨੂੰ ਪੱਕ ਗਿਆ ਸੀ, ਹੋਰ ਬਹੁਤ ਸਾਰਿਆਂ ਨੂੰ ਪੱਕਿਆ ਹੈ। ਸੋ ਮਹਾਰਾਜ ਕਹਿੰਦੇ ਇਸ ਤਰ੍ਹਾਂ ਇਹ ਅਰਬਾਂ ਖਰਬਾਂ ਸਾਲਾਂ ਦਾ ਇੱਕ ਸੁਪਨੇ 'ਚ ਪਿਆ ਹੋਇਆ ਹੈ ਜੀਵ, ਇਹ ਆਪਣੇ ਆਪ ਨੂੰ
ਸਾਢੇ ਤਿੰਨ ਹੱਥ ਦੀ ਦੇਹ ਹੀ ਸਮਝੀ ਜਾਂਦਾ, ਚਾਹੇ ਜਾਨਵਰ ਬਣ ਜਾਵੇ, ਉਸ ਵੇਲੇ ਤਾਂ ਗਿਆਨ ਹੀ ਨਹੀਂ ਹੁੰਦਾ। ਜਦ ਮਨੁੱਖ ਬਣਦਾ ਹੈ, ਇਹ ਪੰਜਾਂ ਤੱਤਾਂ ਦੀ ਦੇਹ ਨੂੰ ਆਪਣਾ ਆਪ ਸਮਝਦਾ, ਅਤੇ ਇਹਦੇ ਵਿੱਚ ਜਿਹੜਾ ਪਰਿਵਾਰ ਦਾ ਸੁਪਨਾ ਆ ਰਿਹਾ, ਕਾਰੋਬਾਰ ਦਾ ਸੁਪਨਾ ਆ ਰਿਹਾ, ਇਹਦੇ 'ਚ ਦੁਖੀ ਹੁੰਦਾ, ਕਦੇ ਸੁਖੀ ਹੁੰਦਾ, ਕਦੇ ਹੱਸਦਾ, ਕਦੇ ਰੋਂਦਾ, ਕਿਸੇ ਨਾਲ ਵੈਰ ਕਰਦਾ, ਕਿਸੇ ਨਾਲ ਮਿੱਤਰਤਾ ਕਰਦਾ, ਕਰਮ ਬੀਜਦਾ, ਫਿਰ ਫਲ ਭੋਗਦਾ। ਮਹਾਰਾਜ ਕਹਿੰਦੇ ਤੂੰ ਮੂਰਖ ਹੈ, ਫੂਲ ਹੈ ਤੂੰ, ਸੁਪਨੇ ਸੇਤੀ ਚਿੱਤ ਮੂਰਖ ਲਾਇਆ, ਬਿਸਰੇ ਰਾਜ ਰਸ ਭੋਗ ਜਾਗਤ ਭੁਲ ਭੁਖਲਾਇਆ, ਆਰ ਜਾ ਗਈ ਵਿਹਾਏ ਤੰਦੇ ਤਾਇਆ, ਪੂਰਨ ਪਏ ਨਾ ਕਾਮ ਜਾਂ ਮੋਇਆ ਮਾਇਆ, ਕਿਆ ਵਿਚਾਰਾ ਜੰਤ ਜਾਂ ਆਪ ਲਾਇਆ। ਸੋ ਇਸ ਤਰ੍ਹਾਂ ਦੇ ਨਾਲ ਕਹਿਣ ਲੱਗੇ ਰਾਜਨ, ਮਨਸੁਖ ਨੇ ਕਿਹਾ ਰਾਜਨ ਸ਼ਿਵਨਾਵ, ਪ੍ਰਭੂ ਦੀ ਭਗਤੀ ਕਰ, ਤਿੰਨਾਂ ਗੁਣਾਂ ਦੇ ਅੰਦਰ ਸਾਰਾ ਹੀ ਸੰਸਾਰ ਗਲਤ ਹੋਇਆ ਹੋਇਆ, ਕਿਉਂਕਿ ਵਿਕਾਰ ਇਹਦੇ ਮਨ ਵਿੱਚ ਸਮਾ ਗਏ, ਇਹ ਮਾਇਆ ਦੇ ਵਿੱਚ ਭੁੱਲ ਗਿਆ, ਫੋਕਟ ਕਰਮਾਂ 'ਚ ਪਿਆ, ਸੰਸਾਰ ਇਹਨੂੰ ਰਸਮ ਜਾਣ ਕੇ ਵਰਤ ਰੱਖਦਾ, ਰਸਮ ਜਾਣ ਕੇ ਪੂਜਾ ਕਰਦਾ, ਰਸਮ ਜਾਣ ਕੇ ਤਰਪਣ ਕਰਦਾ, ਰਸ ਜਾਣ ਕੇ ਤਿਲਕ ਲਾਉਂਦਾ, ਰਸਮ ਜਾਣ ਕੇ ਜੰਝੂ ਪਾਉਂਦਾ, ਹੋਰ ਧਾਰਮਿਕ ਮਰਿਆਦਾ ਜਿੰਨੀਆਂ ਨੇ ਚਿੰਨ੍ਹ ਧਾਰਨ ਕਰਦਾ, ਇਹ ਸਾਰੇ ਰਸਮ ਧਾਰ ਕੇ ਕਰਦਾ, ਇਹਨਾਂ ਨੂੰ ਅਪਣਾ ਰਿਹਾ, ਅਤੇ ਪਰਮੇਸ਼ਰ ਜਿਹੜਾ ਇਹਦੇ ਅੰਗ ਸੰਗ ਰਹਿੰਦਾ ਹੈ, ਉਹਦੇ ਨਾਲ ਤਾਂ ਪ੍ਰੀਤ ਨਹੀਂ ਪਾਈ। ਸੰਗ ਸਹਾਈ ਸੋ ਆਵੇ ਨਾ ਚੀਤ, ਜਿਹੜਾ ਹਰ ਵਕਤ ਨਾਲ ਰਹਿੰਦਾ ਹੈ, ਸੁੱਤੇ ਨਾਲ, ਜਾਗਦੇ ਨਾਲ, ਜਹਾਜ਼ਾਂ ਚੜ ਜਾਓ, ਕਿਤੇ ਚਲੇ ਜਾਓ, ਪਾਣੀ ਦੇ ਥੱਲੇ ਚਲੇ ਜਾਓ, ਨਾਲ ਰਹਿਣਾ। ਮਹਾਰਾਜ ਕਹਿੰਦੇ ਉਹਦੇ ਨਾਲ ਤਾਂ ਪ੍ਰੀਤ ਨਹੀਂ ਕਰਦਾ, ਜੋ ਵੈਰ ਆਈ ਤਾਂ ਸਿਉ ਪ੍ਰੀਤ। ਜਿਹੜੇ ਵੈਰ ਕਰਨ ਵਾਲੇ ਕਾਮ ਕ੍ਰੋਧ ਲੋਭ ਮੋਹ ਹੰਕਾਰ, ਸ਼ਬਦ ਸਪਰਸ਼ ਰੂਪ ਰਸਗੰਧ, ਰਾਜਮਾਲ ਰੂਪ ਜਾਤ ਜੋਵਨ, ਪੰਜੇ ਠੱਗ, ਈਰਖਾ ਨਿੰਦਿਆ ਚੁਗਲੀ ਵਕੀਲੀ, ਝੂਠ ਛਲ ਕਪਟ, ਇਹਨਾਂ ਨੂੰ ਬੜਾ ਚੰਗਾ ਸਮਝਦਾ, ਸਮਝਾਉਂਦੇ ਨੇ ਮਹਾਰਾਜ, ਨਾ ਪ੍ਰੇਮੀਆਂ, ਪਰ ਕਾ ਬੁਰਾ ਨਾ ਰੱਖੋ ਚੂ ਚੀਤ, ਤੁਮ ਕੋ ਦੁੱਖ ਨਾ ਪਾਈ, ਨਾ ਰੱਖ ਅੰਦਰ ਕਿਸੇ ਦਾ ਵੈਰ, ਤੈਨੂੰ ਦੁੱਖ ਨਹੀਂ ਹੋਏਗਾ, ਜੇ ਰੱਖੇਗਾ ਤੇਰਾ ਅੰਦਰ ਆਪਣਾ ਆਪ ਹੀ ਡੈਮੇਜ ਹੋਣਾ ਸ਼ੁਰੂ ਹੋ ਜਾਏਗਾ। ਇਹ ਸਰੀਰ ਦੇ ਅੰਦਰ 126 ਬਿਲੀਅਨ ਸੈੱਲ ਨੇ, 1 ਖਰਬ 26 ਅਰਬ ਸੈੱਲ ਨੇ, ਇੱਕ ਖਿਆਲ ਦੇ ਨਾਲ ਲੱਖਾਂ ਮਰ ਜਾਂਦੇ ਨੇ, ਇੱਕ ਚੰਗੇ ਖਿਆਲ ਦੇ ਨਾਲ ਲੱਖਾਂ ਮਰੇ ਹੋਏ ਜਿਉਂਦੇ ਹੋ ਜਾਂਦੇ। ਕਹਿੰਦੇ ਰੋਗੀ ਹੋ ਜਾਂਦਾ ਪਰਮੇਸ਼ੁਰ 'ਤੇ ਭੁੱਲਿਆਂ ਵਿਆਪਣ ਸਭੇ ਰੋਗ, ਜਦੋਂ ਰੱਬ ਨੂੰ ਭੁੱਲ ਗਿਆ ਰੋਗ ਵਿਆਪਣੇ ਸ਼ੁਰੂ ਹੋ ਜਾਂਦੇ ਆ, ਖਸਮ ਵਿਸਾਰ ਕੀਏ ਰਸ ਭੋਗ, ਤਾਂ ਤੁਹਾਨੂੰ ਉੱਠ ਖਲੋਏ ਰੋ। ਸੋ ਇਹਦੇ ਨਾਲ ਪਰਮੇਸ਼ੁਰ ਨਾਲੋਂ ਟੁੱਟ ਕੇ ਦੁਖੀ ਹੋ ਰਿਹਾ, ਜਨਮ ਮਰਨ ਦੇ ਚੱਕਰ 'ਚ ਪਿਆ, ਕਦੇ ਕੁਛ ਬਣਦਾ ਕਦੇ ਕੁਛ ਬਣਦਾ, ਹਲਟ ਦੀਆਂ ਟਿੰਡਾਂ ਮੰਗਣ ਘੁੰਮਦਾ ਫਿਰਦਾ, ਅਤੇ ਕਿਤੇ ਇਸ ਨੂੰ ਟਿਕਾਣਾ ਨਹੀਂ ਮਿਲਦਾ, ਪੂਰਨ ਗੁਰੂ ਇਸ ਨੂੰ ਮਿਲਦਾ ਨਹੀਂ, ਅਤੇ ਇਹਦਾ ਘੁੰਮਣਾ ਹਟਦਾ ਨਹੀਂ, ਰਚਣਹਾਰ ਇਹਨੂੰ ਸਦਾ ਹੀ ਭੁੱਲਿਆ ਰਹਿੰਦਾ। ਬਾਹਰਲੇ ਚਿੰਨ੍ਹ ਧਾਰ ਕੇ ਉਹਦੇ ਵਿੱਚ ਸੰਤੁਸ਼ਟ ਹੋ ਰਿਹਾ ਵੀ ਆਹ ਪੂਜਾ ਕਰਕੇ ਮੇਰਾ ਆਧਾਰ ਹੋ ਜਾਏਗਾ, ਲੇਕਿਨ ਜਿੰਨਾ ਚਿਰ ਆਦਮੀ ਦੇ ਅੰਦਰ ਭਰਮ ਹੈ, ਭਰਮ ਦਾ ਨਾਸ਼ ਨਹੀਂ ਹੁੰਦਾ, ਗਿਆਨ ਨਹੀਂ ਹੁੰਦਾ, ਓਨੀ ਦੇਰ ਤੱਕ ਇਹ ਗੱਲ ਹੋਇਆ ਨਹੀਂ ਕਰਦੀ। ਇਸ ਤਰ੍ਹਾਂ ਨਾਲ ਫਰਮਾਨ ਕਰਦੇ ਨੇ, ਪੜ੍ਹੋ ਪਿਆਰ ਨਾਲ, ਰਾਚੇ ਮਾਇਆ ਸੰਗ ਮਨ ਵਿੱਚ ਵਸ ਗਏ ਪੰਜ ਵਿਕਾਰ, ਰਾਚੇ ਮਾਇਆ ਸੰਗ ਮਨ ਵਿੱਚ ਵਸ ਗਏ ਪੰਜ ਵਿਕਾਰ, ਪੰਜ ਵਿਕਾਰ
ਪੰਜ ਵਿਕਾਰ ਮਨ ਵਿੱਚ ਵਸ ਗਏ ਪੰਜ ਵਿਕਾਰ ਜੋ ਆਪ ਫਰਮਾਨ ਕਰਦੇ ਹੋ ਕਿ ਆ ਕੇ ਵਰਤ ਰੱਖ ਕੇ ਦੂਸਰੇ ਦਿਨ ਉਪਾਰਨ ਕਰੋ, ਸਾਲਗ੍ਰਾਮ ਦੀ ਪੂਜਾ ਕਰੋ ਅਤੇ ਫਿਰ ਤੁਲਸੀ ਦੀ ਪੂਜਾ ਕਰੋ ਅਤੇ ਫਿਰ ਚਰਨਾ ਮ੍ਰਿਤ ਲੈ ਕੇ ਵਰਤ ਉਪਾਰਨ ਕਰੋ, ਕਹਿੰਦੇ ਅੰਦਰੇ ਬਹੁਤ ਰੌਲਾ ਘਚੌਲਾ ਮੱਚਿਆ ਹੋਇਆ। ਜੇ ਤਾਂ ਅੰਦਰੋਂ ਸਾਫ਼ ਕਰ ਸਕਦੇ ਨੇ ਇਹ ਚੀਜ਼ਾਂ ਫਿਰ ਤਾਂ ਠੀਕ ਹੈ। ਕਿੰਨਾ ਆਦਮੀ ਘੇਰਿਆ ਹੋਇਆ ਹੈ, ਇਹਨੂੰ ਇਹ ਚੀਜ਼ਾਂ ਤਾਂ ਦੂਰ ਨਹੀਂ ਕਰ ਸਕਦੀਆਂ। ਤੁਹਾਡੇ ਮੈਂ ਦੇਖੇ ਨੇ ਬੰਦੇ ਉਮਰਾਂ ਹੀ ਲੰਘ ਗਈਆਂ ਉਹਨਾਂ ਦੀਆਂ ਵਰਤ ਰੱਖਦੀਆਂ ਦੀਆਂ, ਉਮਰਾਂ ਹੀ ਲੰਘ ਗਈਆਂ ਪੂਜਾ ਕਰਦੀਆਂ, ਅਤੇ ਉਵੇਂ ਝੂਠ ਬੋਲਦੇ ਨੇ, ਉਵੇਂ ਈਰਖਾ ਕਰਦੇ ਨੇ, ਉਹ ਫਿਰ ਨਿੰਦਿਆ ਕਰਦੇ ਨੇ। ਉਹੋ ਜਿਹਾ ਹੀ ਕ੍ਰੋਧ ਹੈ ਉਹਨਾਂ ਦੇ ਅੰਦਰ, ਮੈਨੂੰ ਕਿਹੋ ਜਿਹੀਆਂ ਬੋਲੀਆਂ ਮਾਰਦੇ ਸੀ। ਜੇ ਉਹਨਾਂ ਦਾ ਮਨ ਸ਼ੁੱਧ ਹੁੰਦਾ ਤਾਂ ਮੈਨੂੰ ਪਿਆਰ ਨਾਲ ਬੋਲਦੇ। ਕਿੰਨੀਆਂ ਬੁਲੀ ਬੁਰੀਆਂ ਗੱਲਾਂ ਕਹਿੰਦੇ ਸੀ, ਪਰਦੇਸੀ ਸੀ ਮੈਂ ਰਾਜਨ। ਜੇ ਅਸਰ ਹੁੰਦਾ ਇਹਨਾਂ ਚੀਜ਼ਾਂ ਦਾ ਤਾਂ ਉਹਨਾਂ ਦੀ ਜ਼ਬਾਨ ਮਿੱਠੀ ਹੋ ਜਾਂਦੀ, ਉਹਨਾਂ ਨੂੰ ਪ੍ਰਭੂ ਨਜ਼ਰ ਆਉਂਦਾ ਮੇਰੇ ਅੰਦਰ। ਪਰ ਇਹ ਤਾਂ ਗੱਲ ਹੋਈ ਨਾ, ਪੰਜ ਵਿਕਾਰ ਮਨਵੇਂ ਵਸੇ ਰਾਚੇ ਮਾਇਆ ਸਰ। ਇਹ ਸਾਰਾ ਹੀ ਸੰਸਾਰ ਮਾਇਆ ਦੇ ਇਲਿਊਜ਼ਨ, ਇਗਨੋਰੈਂਸ, ਭੁੱਲ, ਈਗੋ ਦੇ ਅੰਦਰ ਰਚਿਆ ਪਿਆ, ਅਤੇ ਪੰਜ ਵਿਕਾਰ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਪੰਜ ਨਸ਼ੇ ਵਿਸ਼ੇ ਨੇ ਇਹਦੇ ਅੰਦਰ, ਸ਼ਬਦ, ਸਪਰਸ਼, ਰੂਪ, ਰਸ, ਗੰਧ। ਪੰਜ ਅਭਿਮਾਨ ਨੇ ਰਾਜਮਾਲ, ਰੂਪ, ਜਾਤ, ਜੋਬਨ, ਪੰਜੇ ਠੱਗ, ਅਤੇ ਇਹਦੇ ਅੰਦਰ ਨਿੰਦਿਆ, ਚੁਗਲੀ, ਈਰਖਾ, ਵਕੀਲੀ, ਆਸਾ, ਤ੍ਰਿਸ਼ਨਾ, ਬੈਰ ਭਾਵ, ਇਹ ਦੂਰ ਹੋ ਜਾਂਦੇ ਨੇ ਪੂਜਾ ਕਰਕੇ। ਕਹਿੰਦੇ ਰਾਜੇ ਨੇ ਇਹਦੇ ਨਾਲ ਦੂਰ ਨਹੀਂ ਹੁੰਦੇ, ਜਿੰਨਾ ਚਿਰ ਪੂਰਾ ਸਤਿਗੁਰੂ ਨਹੀਂ ਮਿਲਦਾ ਉਹਨਾਂ ਚਿਰ ਇਹ ਚੀਜ਼ਾਂ ਹਟਦੀਆਂ ਹੀ ਨਹੀਂ, ਚਾਹੇ ਕਿੰਨੇ ਹੀ ਜਨਮ ਲੱਗਿਆ ਜਾਏ। ਸਾਧ ਸੰਗ ਹੋਏ ਨਿਰਮਲ, ਸਾਧੂ ਮਿਲ ਜਾਵੇ ਗੁਰੂ ਨਾਨਕ ਪਾਤਸ਼ਾਹ ਵਰਗਾ, ਹਰ ਕੋਈ ਸੰਤ ਨਹੀਂ ਹੁੰਦਾ। ਸਾਧ ਸੰਗ ਬੜੀ ਭਾਰੀ ਭੁੱਲ ਹੈ, ਹਰ ਬੰਦੇ ਨੂੰ ਸੰਤ ਸੰਤ ਲਾਉਣਾ ਸ਼ੁਰੂ ਕਰ ਦਿੰਦੇ ਨੇ, ਬਿਲਕੁਲ ਨਾ ਕਿਸੇ ਨੂੰ ਸੰਤ ਕਿਹਾ ਕਰੋ। ਸਿੱਖ ਵੀ ਬਣ ਜਾਵੇ ਤਾਂ ਵੀ ਬਹੁਤ ਵੱਡੀ ਬਾਤ ਹੈ, ਸਿੱਖ ਬਣਨਾ ਵੀ ਔਖਾ ਹੈ। ਸੰਤ ਤਾਂ ਗੁਰੂ ਨਾਨਕ ਪਾਤਸ਼ਾਹ ਸੀ ਜਾਂ ਗੁਰੂ ਗ੍ਰੰਥ ਸਾਹਿਬ ਹੈ ਆਪਣੇ ਆਪ, ਉਹ ਮਿਲ ਜਾਣ, ਕਹਿੰਦੇ ਨਿਰਮਲਾ ਹੋ ਜਾਂਦਾ ਨਾਨਕ ਪ੍ਰਭ ਕਹਿ ਰੰਗ। ਫਿਰ ਕੀ ਹੁੰਦਾ, ਵਾਹਿਗੁਰੂ ਦਾ ਪਿਆਰ ਪੈਦਾ ਹੋ ਜਾਂਦਾ ਹਿਰਦੇ ਦੇ ਅੰਦਰ। ਪੂਰਾ ਗੁਰੂ ਮਿਲੇ ਤਾਂ ਵਾਹਿਗੁਰੂ ਨਾਲ ਪਿਆਰ ਹੁੰਦਾ, ਨਾ ਜਾਪੇ ਨਾ ਬੁੱਝੀਏ ਨਾ ਕੁਛ ਕਰਦੇ ਵਿਚਾਰ, ਸਵਾਦ ਮੋਹ ਰਸ ਵੇਧਿਓ ਅਗਿਆਨ ਰਚਿਓ ਸੰਸਾਰ, ਨਾ ਤਾਂ ਇਹ ਦੇਖਦਾ ਅਤੇ ਨਾ ਇਹ ਬੁੱਝਣ ਦੀ ਕੋਸ਼ਿਸ਼ ਕਰਦਾ, ਨਾ ਵਿਚਾਰ ਕਰਦਾ। ਗੁਰੂ ਗ੍ਰੰਥ ਸਾਹਿਬ ਦੀ ਤਾਂ ਵਿਚਾਰ ਕੋਈ ਕਰਦਾ ਹੀ ਨਹੀਂ ਹੈ, ਕੋਈ ਬਿਰਲਾ ਪੁਰਖ ਹੈ ਲੱਖਾਂ 'ਚ ਇੱਕ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਇੱਕ ਇੱਕ ਤੁਕ ਨੂੰ ਹਿਰਦੇ 'ਚ ਸੰਭਾਲਣ ਦਾ ਯਤਨ ਕਰਦਾ। ਬਾਕੀ ਤਾਂ ਰੁਟੀਨ ਬਣਾ ਤਾ, ਪੜ੍ਹੀ ਜਾਂਦੇ ਨੇ, ਕੈ ਪਾਠ ਕਰਦਾ। ਸੁਖਨੀ ਸਾਹਿਬ ਦੇ ਕਹਿੰਦਾ ਜੀ ਮੈਂ ਦੋ ਕਰਦਾ, ਨਿੰਦਿਆ ਛੱਡਤੀ, ਅਸ਼ਟਪਦੀ ਪੜ੍ਹਦਾ ਰੋਜ਼ ਨਿੰਦਿਆ ਦੀ, ਈਰਖਾ ਛੱਡਤੀ, ਤਾਂ ਲੋਭ ਛੱਡਤਾ, ਬੇਈਮਾਨੀ ਛੱਡਤੀ, ਠੱਗੀ ਛੱਡਤੀ, ਮਿਲਾਵਟ ਛੱਡਤੀ, ਉਹਦਾ ਉਵੇਂ ਜਿਵੇਂ ਨੇ ਤੇਰੇ ਅੰਦਰ ਪੜ੍ਹੀ ਜਾਂਦਾ, ਪੜ੍ਹਿਆ ਨਾ ਹੀ ਭੇਦ ਬੁੱਝਿਆ ਪਾਵਣਾ। ਇਹ ਤਾਂ ਬੁੱਝਣੀ ਪੈਣੀ ਹੈ ਗੱਲ, ਅੰਦਰਲੇ ਪਾਸੇ ਵਿਚਾਰ ਕਰਨੀ ਪੈਣੀ ਹੈ। ਜਿਹੜਾ ਇੱਕ ਇੱਕ ਤੁੱਕ ਵਿਚਾਰਦਾ ਹੈ ਉਹ ਦੋ ਚਾਰ ਤੁਕਾਂ ਵਾਲਾ ਹੀ ਤਰ ਜਾਂਦਾ, ਜਿਹੜਾ ਨਹੀਂ ਵਿਚਾਰਦਾ। ਪੜ੍ਹਨਾ ਗੁਣਨਾ ਸੰਸਾਰ ਕੀ ਕਾਰ ਹੈ, ਮਹਾਰਾਜ ਕਹਿੰਦੇ ਸੰਸਾਰ ਪੜ੍ਹਦਾ ਹੀ ਹੈ। ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭਿਅੰਗਮ ਸਾਧੇ, ਪੰਜ ਜਣਾ ਸੋ ਸੰਗ ਨਾ ਛੁੱਟ ਕੇ ਵੱਧ ਕਹਮ ਵੱਧ ਵਾਧੇ। ਪਿਆਰੇ ਇਹਨ ਵਿਧ ਮਿਲ ਨਾ ਜਾਈ, ਮੈਂ ਕੀ ਹੈ ਕਰਮਾਂ ਨੇਕਾ, ਹਾਰ ਪਰਿਓ ਸਵਾਮੀ ਕੇ ਦੁਆਰੇ, ਦੀਜੈ ਬੁੱਧ ਵਿਵੇਕ। ਵਿਚਾਰ ਵਾਲੀ ਬੁੱਧੀ ਦੇ ਪਾਤਸ਼ਾਹ ਮੈਨੂੰ, ਵਿਚਾਰ ਆਵੇ। ਮਹਾਰਾਜ ਕਹਿੰਦੇ ਵਿਚਾਰਦਾ ਕੋਈ ਨਾ ਜਾਪੇ ਨਾ ਬੁੱਝੀਏ ਨਾ ਕੁਛ ਕਰਤ ਵਿਚਾਰ, ਸਵਾਦ ਮੋਹ ਰਸ ਵੇਧਿਓ। ਸਵਾਦਾਂ ਦੇ ਵਿੱਚ ਵਿਧਿਆ ਪਿਆ, ਅਗਿਆਨ ਰਚਿਓ ਸੰਸਾਰ,
ਸੰਸਾਰ ਦੇ ਵਿੱਚ ਆ ਕੇ ਅਗਿਆਨ ਨਾਲ ਰਚਿਆ ਹੋਇਆ, ਜੋ ਵਾਹਿਗੁਰੂ ਕਿਤੇ ਵੀ ਥਾਂ ਐਸਾ ਨਹੀਂ ਜਿੱਥੇ ਉਹ ਨਹੀਂ, ਉਹਨੂੰ ਤਾਂ ਕਹਿੰਦਾ ਹੈ ਨਹੀਂ। ਜਿਹੜੀਆਂ ਚੀਜ਼ਾਂ ਦਾ ਕੋਈ ਵਜੂਦ ਨਹੀਂ, ਛਿਨ ਭੰਗਰ ਨੇ, ਸਦਾ ਰਹਿਣ ਵਾਲੀਆਂ, ਉਹ ਕਹਿੰਦਾ ਰਹਿੰਦੀਆਂ। ਵਿਚਾਰ ਕਰਕੇ ਦੇਖ ਲਓ, ਮਹਾਰਾਜ ਕਹਿੰਦੇ ਫਰੀਦਾ ਕਿੱਥੇ ਤੈਂਡੇ ਮਾਪਿਆਂ, ਜਿੰਨੀ ਤੂੰ ਜਾਣਿਓ ਏ ਤੈਂ ਪਾਸੋਂ ਇਹ ਲੱਦ ਗਏ, ਤੂੰ ਅਜੇ ਨਾ ਪਤੀਣਿਓ ਏ। ਜੇ ਉਹ ਸੱਚੇ ਹੁੰਦੇ ਮਾਂ ਬਾਪ, ਫਿਰ ਭਾਈ ਸੰਸਾਰ ਤੋਂ ਕਿਉਂ ਜਾਂਦੇ? ਉਹ ਜੇ ਛਿਨ ਭੰਗਰ ਸੀ, ਥੋੜ੍ਹੀ ਦੇਰ ਹੋਏ, ਫਿਰ ਉਹ ਤੋਂ ਬਾਅਦ ਖਤਮ ਹੋ ਗਏ, ਨਾ ਮੁੜ ਕੇ ਮਿਲਣਾ, ਨਾ ਕਰੋੜ ਸਾਲ, ਨਾ ਅਰਬ ਸਾਲ, ਨਾ ਖਰਬ ਸਾਲ, ਮੇਲ ਹੀ ਨਹੀਂ ਜਿਹੜੀ ਚੀਜ਼ ਦਾ ਹੋਣਾ, ਫਿਰ ਉਹਦੇ 'ਚ ਕੀ ਰਚਣਾ? ਕਹਿੰਦੇ ਝੂਠੀਆਂ ਚੀਜ਼ਾਂ ਨਾਲ ਰਚਿਆ ਪਿਆ। ਰਚਨਹਾਰ ਨਹਿ ਸਿਮਰਿਓ ਮਾਨਾ ਵਿਚਾਰ ਵਿਵੇਕ, ਜਿਹੜਾ ਰਚਨਹਾਰ ਕਦੇ ਨਹੀਂ ਜਾਂਦਾ, ਸਦਾ ਕਾਇਮ ਰਹਿੰਦਾ, ਕਹਿੰਦੇ ਉਹਦਾ ਤਾਂ ਧਿਆਨ ਨਹੀਂ, ਕਦੇ ਯਾਦ ਨਹੀਂ ਉਸਨੂੰ ਕਰਦਾ ਅਤੇ ਨਾ ਵਿਚਾਰ ਕਰਦਾ, ਨਾ ਵਿਵੇਕ ਬਿਰਤੀ ਚਾਹੁੰਦਾ। ਭਾਉ ਭਗਤ ਭਗਵਾਨ ਸਿੰਘ ਮਾਇਆ ਲਿਪਤ ਨਰੰਜ, ਮਾਇਆ ਦੇ ਨਾਲ ਲਿਪਤ ਹੋਇਆ ਪਿਆ, ਉਹਦੇ 'ਚ ਲਿਪਤ ਹੋਇਆ ਹੋਇਆ ਭੋਰਾ, ਜਿੰਨਾ ਵੀ ਨਾ ਭਾਉ 'ਚ ਪਿਆਰ ਚਾਹੁੰਦਾ, ਨਾ ਭਗਤੀ ਚਾਹੁੰਦਾ, ਨਾ ਵਾਹਿਗੁਰੂ ਨੂੰ ਆਪਣੇ ਨਾਲ ਸਮਝਦਾ। ਨਾਨਕ ਵਿਰਲੇ ਪਾਈਏ ਜੋ ਨਾ ਰਚੇ ਪ੍ਰਪੰਚ, ਕਹਿੰਦੇ ਵਿਰਲੇ ਵਿਰਲੇ ਪੁਰਖ ਤੁਹਾਨੂੰ ਮਿਲਣਗੇ ਉਂਗਲੀਆਂ 'ਤੇ ਗਿਣਨ ਵਾਲੇ, ਲੱਖਾਂ 'ਚੋਂ ਇੱਕ ਨਾ, ਕਹਿੰਦੇ ਲੱਖਾਂ 'ਚ, 10 ਲੱਖ 'ਚੋਂ ਇੱਕ ਮਹਾਰਾਜ, ਕਹਿੰਦੇ ਨਾ 10 ਲੱਖ 'ਚੋਂ ਨਹੀਂ। ਜਤਾ ਆਬਾਦੀ ਬਹੁਤ ਥੋੜ੍ਹੀ ਸੀ ਜਾਂ ਮਹਾਰਾਜ ਜੀ ਨੇ ਗੱਲ ਕਹੀ ਹੈ, ਹੁਣ ਤਾਂ ਹੋਰ ਵੀ ਜ਼ਿਆਦਾ ਵਧੇਗਾ। ਕਹਿੰਦੇ ਫਿਰ ਮਹਾਰਾਜ 50 ਲੱਖ 'ਚੋਂ ਇੱਕ ਬੰਦਾ ਹੈ? ਮਹਾਰਾਜ ਕਹਿੰਦੇ ਨਹੀਂ। ਕਹਿੰਦੇ ਫਿਰ ਇਹੋ ਜਿਹਾ ਮਹਾਰਾਜ ਬੰਦਾ ਹੈ ਵੀ? ਕਹਿੰਦੇ ਹੈਗਾ ਤਾਂ ਸਹੀ, ਬਿਰਲੇ ਨੇ, ਹੈਨ ਬਿਰਲੇ, ਨਾ ਹੀ ਘਣੇ, ਫੈਲ ਫੱਕੜ ਸੰਸਾਰ, ਕੋਈ ਕੋਈ ਹੈ, ਹੈਨ ਨਾਨਕ ਬਿਰਲੇ ਪਾਇਨ, ਜੋ ਨਾ ਰਚੇ ਪਜ, ਕੋਟਨ ਮੈਂ ਨਾਨਕ ਹੋਊ, ਕਰੋੜਾਂ 'ਚ ਇੱਕ ਅੱਧਾ ਹੈ। ਕਹਿੰਦੇ ਬਾਕੀ ਨਹੀਂ ਹੈ, ਬਾਕੀ ਤਾਂ ਹੈ ਮਾਇਆ ਦੇ ਉਹ ਥਲ ਫਥਲ ਦੇ ਵਿੱਚ ਤੁਰੇ ਹੀ ਜਾ ਰਹੇ ਨੇ, ਭੇਖ ਨੇ ਤਾਂ ਨਹੀਂ ਬਚਾਉਣਾ ਸਾਧ ਸਿੰਘ ਜੀ, ਕੋਈ ਭੇਖ ਤਾਰ ਲੇ, ਇਹ ਗੱਲਾਂ ਨਹੀਂ, ਗੱਲ ਸਮਝਣ ਦਾ ਯਤਨ ਕਰੋ ਵੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਕੀ ਨੇ, ਹੱਠ ਧਰਮੀ ਨਾ ਕਰੋ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ, ਨਾ ਦੇਖੋ ਵੀ ਫਲਾਣੇ ਬੰਦੇ ਨੇ ਐਂ ਲਿਖਿਆ, ਫਲਾਣੇ ਬੰਦੇ ਨੇ, ਕੋਈ ਬੰਦਾ ਪੂਰਨ ਨਹੀਂ ਹੁੰਦਾ, ਗੁਰੂ ਇਹ ਪੂਰਨ ਹੈ, ਹੋਰ ਕੋਈ ਪੂਰਨ ਨਹੀਂ ਹੈ। ਬਾਕੀ ਸਭ ਹੈ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ, ਗੁਰੂ ਅਤੇ ਵਾਹਿਗੁਰੂ ਦੋ ਨੇ ਜਿਹੜੇ ਨਾ, ਇਹ ਨਹੀਂ ਭੁੱਲਿਆ ਕਰਦੇ। ਸੋ ਇਹਨਾਂ ਦੀ ਜੋ ਤਾਲੀਮ ਹੈ, ਗੁਰੂ ਗ੍ਰੰਥ ਸਾਹਿਬ ਨੂੰ ਸਾਡੇ ਗੁਰੂ ਬਣਾ ਕੇ, ਗੁਰੂ ਦਸਵੇਂ ਪਾਤਸ਼ਾਹ, ਬਈ ਪ੍ਰੇਮੀਓ ਜੇ ਤੁਸੀਂ ਲੰਘਣਾ ਇਹ 1430 ਪੰਨੇ ਤੋਂ ਬਾਹਰ ਨਾ ਜਾਇਓ ਬਿਲਕੁਲ, ਮਨ ਦੀ ਮਤ ਨਾ ਕਰਿਓ, ਲਿਖਿਆ ਪੜਿਆ ਕਿਸੇ ਦਾ ਮੰਨਿਆ ਨੂੰ, ਦੇਖੋ ਵੀ ਗੁਰੂ ਗ੍ਰੰਥ ਸਾਹਿਬ ਵੀ ਐਂ ਕਹਿੰਦੇ ਨੇ, ਮੇਰਾ ਸਤਿਗੁਰੂ ਇਸ ਤਰ੍ਹਾਂ ਕਹਿੰਦਾ ਹੈ, ਕਿ ਜਿਹੜੀਆਂ ਮੈਂ ਗੱਲਾਂ ਸੁਣਦਾ ਕਿ ਹੋਰ ਤਰ੍ਹਾਂ ਕਹਿੰਦਾ, ਕਹਿੰਦੇ ਫਿਰ ਤਾਂ ਤੁਸੀਂ ਰੁਲ ਜਾਓਗੇ। ਜੇ ਤੁਸੀਂ ਗੁਰੂ ਦੇ ਸ਼ਬਦ ਨੂੰ ਮੰਨੋਗੇ ਫਿਰ ਬਚ ਜਾਓਗੇ। ਨਾਨਕ ਬਿਰਲੇ ਪਾਈਆ ਜੋ ਨਾ ਰਚੇ ਪ੍ਰਪੰਚ, ਬਿਰਲੇ ਬਿਰਲੇ ਨੇ ਜਿਹੜੇ ਇਸ ਪ੍ਰਪੰਚ ਦੇ ਵਿੱਚ ਰਚਿਆ ਨਹੀਂ ਕਰਦੇ, ਬਾਕੀ ਉਹ ਮਾਇਆ ਦੇ ਜਾਲ 'ਚੋਂ ਨਿਕਲ ਜਾਂਦੇ। ਪਰ ਰਾਜਨ ਕਹਿੰਦੇ ਉਹ ਨੇ ਜਿਨ੍ਹਾਂ ਨੂੰ ਪੂਰਾ ਗੁਰੂ ਮਿਲਿਆ, ਕਹਿਣ ਲੱਗੇ ਅੰਦਰ ਬਾਹਰ ਸਾਰੇ ਵਾਹਿਗੁਰੂ ਹੈ, ਠਾਕਰ ਅਤੇ ਸਾਲਗਰਾਮ ਇੱਕ ਥਾਂ ਨਹੀਂ ਹੈਗਾ ਵੀ ਉੱਥੇ ਹੀ ਜਾ ਕੇ ਉਹਦੀ ਪੂਜਾ ਕਰੋ, ਅਸੀਂ ਤਾਂ ਰੋਜ਼ ਉਹਦੀ ਪੂਜਾ ਕਰਦੇ ਹਾਂ ਇਸ ਤਰ੍ਹਾਂ ਸਮਝ ਕੇ। ਅੰਦਰ ਬਾਹਰ ਹਰੀ ਦਾ ਵਾਸਾ ਕਰ ਲੈ ਪਛਾਣ ਉਹ ਮਨਾ, ਅੰਦਰ ਬਾਹਰ ਹਰੀ ਦਾ ਵਾਸਾ ਕਰ ਲੈ ਪਛਾਣ। ਅੰਦਰ ਬਾਹਰ
ਸ਼ਿਵ ਨਾਭ, ਸਾਡੇ ਗੁਰੂ ਨੇ ਦੱਸਿਆ ਸਾਨੂੰ ਕਿ ਅੰਦਰ ਵੀ ਬਾਹਰ ਵੀ ਜਿੱਧਰ ਦੇਖਦੇ ਹਾਂ ਪਰਮੇਸ਼ੁਰ ਏ ਪਰਮੇਸ਼ੁਰ ਹੈ, ਸਾਲਗ੍ਰਾਮ ਏ ਸਾਲਗ੍ਰਾਮ ਹੈ, ਦੂਜਾ ਹੈ ਨਹੀਂ ਕੋਈ। ਆਠ ਪਹਿਰ ਮਨ ਹਰ ਜਪੈ ਸਫਲ ਜਨਮ ਪ੍ਰਵਾਨ, ਅੰਤਰ ਬਾਹਰ ਸਦਾ ਸੰਗ ਕਰਨਾ ਹਰ ਪਛਾਣ। ਪਛਾਣ ਕਰ ਲੈ ਕਹਿੰਦੇ, ਹੁਣ ਅਸੀਂ ਤਾਂ ਨਹੀਂ ਪਛਾਣ ਕਰਦੇ, ਨਾ ਸਾਨੂੰ ਪਤਾ ਲੱਗੇ, ਸਾਨੂੰ ਤਾਂ ਉਹੀ ਦਿੰਦੇ। ਮਰਦਾਨਾ ਕਹਿਣ ਲੱਗਿਆ, ਪਾਤਸ਼ਾਹ ਜਦ ਮੈਂ ਤੁਹਾਡੇ ਬਚਨ ਸੁਣਦਾ ਐਸੇ, ਉਸ ਵੇਲੇ ਇੱਕ ਵਾਰੀ ਤਾਂ ਮੇਰੇ ਮਨ ਦੇ ਉੱਤੇ ਅਸਰ ਹੋ ਜਾਂਦਾ ਵੀ ਜਿੱਧਰ ਮੈਂ ਦੇਖਦਾ ਮੈਨੂੰ ਝਲਕਾਰੇ ਜਿਹੇ ਵੱਜਣ ਲੱਗ ਜਾਂਦੇ ਨੇ ਨਿਰੰਕਾਰ ਦੇ। ਇਹ ਦਰਖਤ ਦਰਖਤ ਨਹੀਂ ਦਿੰਦੇ, ਇਹਨਾਂ ਦੇ ਪਿੱਛੇ ਜੋ ਦਰਖਤਾਂ ਨੂੰ ਕਾਇਮ ਰੱਖਣ ਵਾਲੀ ਜੋਤ ਹੈ ਪਰਿਪੂਰਨ, ਉਹਦਾ ਝਲਕਾਰਾ ਜਿਹਾ ਵੱਜਣ ਲੱਗ ਜਾਂਦਾ ਪੱਤੇ ਪੱਤੇ 'ਚ, ਕਣ ਕਣ ਦੇ ਵਿੱਚ, ਅਸਮਾਨ ਦੇ ਅੰਦਰ, ਪਾਣੀਆਂ ਦੇ ਅੰਦਰ, ਜਿੱਧਰ ਮੈਂ ਦੇਖਦਾ ਉੱਧਰ ਇਸ ਤਰ੍ਹਾਂ ਦੇ ਝਲਕਾਰੇ ਵੱਜਦੇ ਆ। ਪਾਤਸ਼ਾਹ ਜਦ ਫਿਰ ਮੈਂ ਕੀਰਤਨ ਬੰਦ ਕਰ ਦਿੰਦਾ, ਥੋੜ੍ਹਾ ਜਿਹਾ ਚਿਰ ਲੰਘ ਜਾਂਦਾ, ਫਿਰ ਮੈਨੂੰ ਦਰਖਤ ਦਰਖਤ ਦਿੰਦੇ ਨੇ, ਜਾਨਵਰ ਜਾਨਵਰ ਦਿੰਦੇ, ਤੁਹਾਨੂੰ ਕਿਵੇਂ ਦਿਸੀ ਜਾਂਦੇ ਨੇ ਹਰ ਵਕਤ? ਮਹਾਰਾਜ ਕਹਿੰਦੇ, ਮਰਦਾਨਿਆ ਉਹ ਅੱਖਾਂ ਹੋਰ ਨੇ ਅੰਦਰ, ਆਹ ਅੱਖ ਮੈਟਰ ਦੀ ਬਣੀ ਹੋਈ ਹੈ, ਲੇਕਿਨ ਇਹਦੇ ਰਾਹੀਂ ਵੀ ਦਿਸ ਜਾਂਦਾ ਜੇ ਅੰਦਰਲੀ ਅੱਖ ਖੁੱਲ੍ਹ ਜਾਵੇ। ਇਹ ਨੇਤਰੋ ਮੇਰੇ ਉਹ ਹਰ ਤੋਂ ਮੈਂ ਜੋਤ ਤਰੀ, ਹਰ ਬਿਨਾਂ ਵਰਨਾ ਦੇਖੋ ਕੋਈ, ਹਰ ਬਿਨਾਂ ਵਰਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਮਹਾਰਾਜ ਕਹਿੰਦੇ ਇਹਨਾਂ ਅੱਖਾਂ ਨਾਲ ਇਹ ਦੇਖ ਲਿਆ, ਇਹਨਾਂ ਨਾਲ ਵੀ ਦੀਂਦਾ ਅੰਦਰਲੀਆਂ ਜਾਂ ਅੰਦਰਲੀਆਂ ਨਾਲ ਦਿਸ ਗਿਆ, ਸਭ ਮੈਂ ਏਕੋ ਵਰਤਦਾ ਜਿਨ ਆਪੇ ਰਚਨ ਰਚਾਈ, ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਏ। ਫਿਰ ਭੁਲੇਖਾ ਨਹੀਂ ਖਾਂਦਾ, ਪਰ ਇਹ ਪੂਰਾ ਗੁਰੂ ਮਿਲੇ ਤਾਂ ਦਿਖਦਾ ਨਹੀਂ। ਸੋ ਇਸ ਤਰ੍ਹਾਂ ਦੇ ਨਾਲ ਕਹਿਣ ਲੱਗੇ ਰਾਜਨ, ਇਹ ਜਿਹੜਾ ਪਰਮੇਸ਼ੁਰ ਘੱਟ ਘੱਟ 'ਚ ਵਿਆਪਕ ਹੈ ਉਹਨੂੰ ਨਹੀਂ ਪਛਾਣਦਾ, ਜਿਹੜੇ ਪਛਾਣਦੇ ਨੇ ਉਹ ਸਫਲ ਨੇ। ਸੋ ਬਾਕੀ ਇਹ ਜਿਹੜੇ ਨੌਵੇਂ ਦੁਆਰੇ ਨੇ, ਇਹਨਾਂ ਦੇ ਦੋਸ਼ ਅਸੀਂ ਨੌਵੀਂ ਦਾ ਵਰਤ ਰੱਖਦੇ ਹਾਂ, ਵਰਤ ਦੱਸਦੇ ਨੇ ਵੀ ਅਸੀਂ ਅੱਠਵੇਂ ਦਾ ਵਰਤ ਐਂ ਰੱਖਦੇ ਹਾਂ, ਤੀਜ ਦਾ ਐਂ ਰੱਖਦੇ ਹਾਂ, ਪੰਜਵੀਂ ਦਾ ਐਂ ਰੱਖਦੇ ਹਾਂ, ਇਕੱਲੀ ਇਕੱਲੀ ਗੱਲ ਸਮਝਾ ਰਹੇ। ਹੁਣ ਕਹਿੰਦੇ ਨੌਵੀਂ ਦਾ ਜਦ ਅਸੀਂ ਵਰਤ ਰੱਖਦੇ ਹਾਂ ਤਾਂ ਅਸੀਂ ਨੌਵਾਂ ਦੁਆਰਿਆਂ ਦੇ ਛਿੱਦਰਾਂ ਨੂੰ ਬੰਦ ਕਰਦੇ ਹਾਂ। ਕਹਿੰਦੇ ਅੱਖਾਂ ਵਿੱਚ ਲੈਂਦੇ ਹੋ? ਕਹਿੰਦੇ ਨਾ, ਅੱਖਾਂ ਨਹੀਂ ਵਿੱਚਦੇ, ਅੱਖਾਂ ਦਾ ਰੁੱਖ ਬਦਲ ਦਿੰਦੇ ਹਾਂ, ਪਰ ਤਰਿਆ ਰੂਪ ਨਾ ਭੇਖਾ ਨੇਤਰ। ਕੰਨਾਂ ਦੇ ਨਾਲ ਸੁਣਦੇ ਹਾਂ ਪਰ ਸੁਣਦੇ ਹਾਂ ਹਰੀ ਦਾ ਜਸ, ਕਰ ਨਾ ਸੁਣਿਆ ਕਾਹੋਂ ਕੀ ਨਿੰਦਾ। ਇਹ ਅਸੀਂ ਠਾਕ ਦਿੰਦੇ ਹਾਂ, ਨਿੰਦਿਆ ਨਹੀਂ ਸੁਣਨੀ, ਝੂਠ ਨਹੀਂ ਬੋਲਣਾ, ਮਾੜੇ ਕੰਮ ਹੱਥਾਂ ਨਾਲ ਨਹੀਂ ਕਰਨੇ, ਮਾੜੇ ਕੰਮ ਦੇ ਵਾਸਤੇ ਪੈਰਾਂ ਨਾਲ ਤੁਰ ਕੇ ਨਹੀਂ ਜਾਣਾ। ਇਹ ਠਾਕ ਦਿੰਦੇ ਹਾਂ ਅਸੀਂ, ਨੌਵੀਂ ਨਵੇਂ ਛਿੱਦਰ ਅਪਵੀਤ, ਹਰਨਾਮ ਨਾ ਜਪੇ ਕਰਤ ਵਿਪਰੀਤ, ਪਰ ਤਿਰਿਆ ਰਵੇਂ ਬਕਾਰ ਬਕੇ ਸਾਧ ਨੇ। ਕਿਉਂਕਿ ਇਹ ਪਵਿੱਤਰ ਤਾਂ ਨੇ ਜਦੋਂ ਪਰ ਤਿਰਿਆ ਨੂੰ ਰਮਦਾ ਹੈ ਅਤੇ ਸਾਧੂ ਦੀ ਨਿੰਦਾ ਕਰਦਾ। ਕਰਨ ਨਾ ਸੁਣੇ ਹਰ ਜਸ ਬਿਨ, ਜਿਹੜੇ ਕੰਨ ਹਰੀ ਦਾ ਜਸ ਸੁਣਨ ਦੀ ਥਾਂ ਦੇ ਉੱਤੇ ਕੱਚ ਪਿੱਚ ਨਿੰਦਿਆ ਚੁਗਲੀ ਸੁਣਦੇ ਨੇ, ਕਹਿੰਦੇ ਉਹ ਅਪਵਿੱਤਰ ਨੇ। ਹਿਰੇ ਪਰਵਦਿਰ ਪਰਦਰਵ ਉਦਰਹਿ ਕੇ ਤਾਈ, ਬਗਾਨੀ ਅਮਾਨਤ ਬਗਾਨਾ ਪੈਸਾ ਰਿਸ਼ਵਤਾਂ ਠੱਗੀਆਂ ਮਿਲਾਵਟਾਂ ਧੋਖੇ ਝੂਠ ਬੋਲ ਬੋਲ ਕੇ ਦੂਏ ਦਾ ਪੈਸਾ ਖਿੱਚਣਾ, ਕਹਿੰਦੇ ਪੇਟ ਭਰਨ ਵਾਸਤੇ ਖਿੱਚਦਾ,
ਅਗਰ ਨਾ ਨਿਵਰੈ ਤ੍ਰਿਸ਼ਨਾ ਨਾ ਬੁਝਾਈ, ਇਹਦੇ ਨਾਲ ਕਹਿੰਦੇ ਤ੍ਰਿਸ਼ਨਾ ਬੁੱਝ ਜਾਏਗੀ। ਲਾਖ ਜੋੜੇ ਲਾਖ ਕਰੋੜੇ ਮਨ ਨਾ ਹੋ ਰਹੇ, ਪਰੇ ਪਰੇ ਹੀ ਕੋ ਬੂਝੀਏ। ਕਹਿੰਦਾ ਲੱਖ ਚਾਹੀਦਾ, ਕਰੋੜ ਹਜ਼ਾਰ ਤਾਂ ਮੈਂ ਲੰਘ ਗਿਆ, ਹਜ਼ਾਰਾਂ 'ਚ ਤਾਂ ਨਹੀਂ ਹੁਣ ਮੇਰਾ ਘਰ ਪੂਰਾ ਹੁੰਦਾ, ਲੱਖ ਚਾਹੀਦਾ। ਲੱਖ ਆ ਗਿਆ, ਕਹਿੰਦਾ ਇੱਕ ਲੱਖ ਨਾਲ ਕੀ ਹੁੰਦਾ, 10 ਲੱਖ ਚਾਹੀਦਾ। 10 ਲੱਖ ਵੀ ਹੋ ਗਿਆ ਪਾਪ ਕਰ ਕਰਕੇ, ਪਾਪਾਂ ਵਾਜੋਂ ਹੋਵੇ ਨਾ ਹੀ ਮੋਇਆ ਸਾਥ ਨਾ ਜਾਈ। ਪਾਪਾਂ ਤੋਂ ਬਿਨਾਂ ਮਾਇਆ ਨਹੀਂ ਇਕੱਠੀ ਹੁੰਦੀ, ਮਰਿਆਂ ਦੇ ਨਾਲ ਨਹੀਂ ਜਾਂਦੀ। ਨਾਲ ਕੀ ਜਾਂਦਾ, ਫਿਰ ਜਿਹੜੇ ਇਹਦੇ ਇਕੱਠੇ ਕਰਨ ਵਾਸਤੇ ਪਾਪ ਕੀਤੇ ਨੇ, ਉਹ ਨਾਲ ਲੱਦੀ ਲੁੱਦਿਆ ਲਈ ਜਾਂਦਾ। ਨੰਗਾ ਦੋਸਤ ਕਚਾਲਿਆ ਤਾਂ ਦਿਸੇ ਖਰਾ ਡਰਾਵਣ, ਪਾਪ ਲੱਦੀ ਜਾਂਦਾ ਹੈ। ਕਹਿੰਦੇ ਪਾਠ ਕਰਦੇ ਹਾਂ ਅਸੀਂ ਜੀ, ਦਾਨ ਕਰਦੇ ਹਾਂ ਭਾਈ, ਚੋਰੀ ਦੇ ਪੈਸੇ ਨਾਲ ਦਾਨ ਕਰਕੇ ਸਾਧਾਂ ਨੂੰ ਵੀ ਚੋਰ ਬਣਾਉਣਾ, ਇਹ ਤਾਂ ਪੁੰਨ ਨਹੀਂ ਲੱਗਣਾ। ਜੇ ਗਰਮ ਕਰਕੇ ਲੋਹੇ ਦੇ ਚਣੇ ਬਣਾ ਕੇ ਖਿਲਾ ਦੇਗਾ, ਉਹਨਾਂ ਦਾ ਮੂੰਹ ਜਲ ਜੂਗਾ। ਇਹ ਤਾਂ ਕਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ। ਮਿਹਨਤ ਕਰਕੇ ਦਸਾਂ ਨੌਂ ਦੀ ਕਮਾਈ ਕਰਕੇ ਜਿਹੜੀ ਦਿੰਦਾ ਹੈ, ਉਹੀ ਲੇਖੇ 'ਚ ਪਿਆ ਕਰ। ਅਗਰ ਨਾ ਨਿਵਰੈ ਤ੍ਰਿਸ਼ਨਾ ਨਾ ਬੁਝੇ, ਤ੍ਰਿਸ਼ਨਾ ਬੁਝਦੀ ਨਹੀਂ ਹੈ, ਕੋਈ ਬਿਰਲਾ ਪੁਰਸ਼ ਹੈ। ਮਹਾਰਾਜ ਕਹਿੰਦੇ ਤ੍ਰਿਸ਼ਨਾ ਦਾ ਇਲਾਜ ਪਰਮੇਸ਼ਰ ਦਾ ਨਾਮ ਹੁੰਦਾ। ਜਿਹਦੇ ਅੰਦਰ ਨਾਮ ਧੁੰਨ ਜਾਗ ਪਈ, ਨਾਮ ਦੀ ਧੁੰਨ ਦੇ ਅੰਦਰ ਜਿਹੜਾ ਮਸਤੀ 'ਚ ਆ ਗਿਆ, ਜਿਹਦੇ ਅੰਦਰ ਅੰਮ੍ਰਿਤ ਨਾਮ ਦੀ ਵਰਖਾ ਹੋਣੀ ਸ਼ੁਰੂ ਹੋ ਗਈ, ਅਤੇ ਰੋਮ ਰੋਮ ਜਿਹਦਾ ਖਿੜ ਗਿਆ, ਉਹ ਨਹੀਂ ਕਰਦਾ ਇਹ ਗੱਲਾਂ, ਕਿਉਂਕਿ ਉਹਦੀ ਲਿਵ ਟੁੱਟਦੀ ਹੈ, ਉਹਦਾ ਰਸ ਜਾਂਦਾ ਹੈ। ਜਦੋਂ ਰਸ ਜਾਂਦਾ ਜਿਹੜੀ ਚੀਜ਼ ਨਾਲ, ਮਹਾਰਾਜ ਕਹਿੰਦੇ ਹਰ ਬਿਨ ਜੀਓ ਜਲ ਵੱਲ ਜਾਓ, ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾਹੀਂ ਥਾਉ। ਨਾਮ ਬਿਸਰਦੀ ਸਾ ਜਿਹੜਾ ਕੌਲ ਫੁੱਲ ਹੈ ਅੰਦਰ, ਉਹ ਜਲਣਾ ਸ਼ੁਰੂ ਹੋ ਜਾਂਦਾ। ਪੈਸਾ ਇਕੱਠਾ ਕਰ ਲਓ, ਦੇਖ ਲਓ ਪੈਸੇ ਵਾਲਿਆਂ ਨਾਲ ਮਿਲ ਕੇ, ਵੀ ਤੁਹਾਨੂੰ ਸ਼ਾਂਤੀ ਹੈ, ਸੁੱਖ ਹੈ ਨਾ, ਕੋਈ ਨਹੀਂ, ਫਰਸਟ੍ਰੇਸ਼ਨ ਹੈ। ਉਹੀ ਡਾਕਟਰਾਂ ਦੇ ਜਾਂਦੇ ਨੇ, ਉਹੀ ਕ੍ਰੋਧ ਹੈ ਅੰਦਰ, ਉਹੀ ਭੱਜ ਦੌੜ ਹੈ। ਜੇ ਮਾਇਆ ਵਿੱਚ ਸ਼ਾਂਤੀ ਹੋਵੇ ਤਾਂ ਆਦਮੀ ਦੇ ਅੰਦਰ ਖੇੜਾ ਹੀ ਖੇੜਾ ਹੋਵੇ। ਨਸ਼ਿਆਂ ਦੇ ਨਾਲ ਖੇੜਾ ਕਰਦੇ ਹਾਂ, ਭੋਗਾਂ ਦੇ ਨਾਲ ਖੇੜਾ ਹਾਸਲ ਕਰਨ ਦਾ ਯਤਨ ਕਰਦੇ ਨੇ, ਲੇਕਿਨ ਇਹਦੇ ਨਾਲ ਤਾਂ ਹੁੰਦਾ ਨਹੀਂ। ਮਹਾਰਾਜ ਕਹਿੰਦੇ ਇਹ ਫਲ ਨਹੀਂ ਲੱਗਦੇ ਭਾਈ, ਜਿੰਨਾ ਚਿਰ ਪੂਰੇ ਸਮਰੱਥ ਗੁਰੂ ਦੀ ਸੇਵਾ ਵਿੱਚ ਨਹੀਂ ਤੂੰ ਆਉਂਦਾ। ਹਰ ਸੇਵਾ ਬਿਨ ਇਹ ਫਲ ਲੱਗ ਗਏ, ਨਾਨਕ ਪ੍ਰਭ ਵਿਸਰਤ ਮਰ ਜਵੇਂ ਭਾਗੇ। ਕਹਿੰਦਾ ਮਰਦਾ ਤੂੰ ਤਾਂ, ਜਮਾਂ ਜਮ ਤੈਨੂੰ ਮਾਰਦੇ ਨੇ ਭਾਗਿਆ। ਬੇਭਾਗ ਬੰਦਿਆ, ਗੁਰੂ ਦੀ ਸਿਕਸ਼ਾ ਸੁਣ ਲੈ, ਲੇਕਿਨ ਸੁਣਦਾ ਨਹੀਂ ਹੈ। ਪਰ ਜਿਨ੍ਹਾਂ ਦੇ ਮੰਦੇ ਦਿੱਤੀਆਂ ਬਾਗਾਂ ਤੋਂ ਨਾ ਜਾਗਦੇ, ਪਰ ਜਿਨ੍ਹਾਂ ਦੇ ਮੰਦੇ ਦਿੱਤੀਆਂ ਬਾਗਾਂ ਤੋਂ ਨਾ ਜਾਗਦੇ।
ਸਦਾ ਕਹਿੰਦਿਆਂ ਮੱਤੀ ਦਿੰਦਿਆਂ ਨਿਤ ਚਾਰੇ ਵੇਦ ਸਿਮਰਤੀਆਂ ਸ਼ਾਸਤਰ ਉਪਨਿਸ਼ਦਾਂ ਕੁਰਾਨ ਸ਼ਰੀਫ ਤੌਰੇਤ ਅੰਜੀਲ ਜ਼ਬੂਰ ਬਾਈਬਲ ਸਾਰੇ ਧਰਮ ਗ੍ਰੰਥ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਰੇ ਅਮਰ ਅਵਸਥਾ ਨੂੰ ਪਹੁੰਚੇ ਹੋਏ ਬੀਤਰਾਗ ਪੁਰਸ਼ ਦੇ ਮਹਾਂਪੁਰਸ਼ ਇਸ ਨੂੰ ਸਮਝਾਉਣ ਦਾ ਯਤਨ ਕਰਦੇ ਨੇ, ਲੇਕਿਨ ਇਹ ਬੰਦੇ ਨੂੰ ਜਾਗ ਨਹੀਂ ਆਉਂਦੀ। ਸੋ ਕਹਿਣ ਲੱਗੇ ਰਾਜਨ ਆਪ ਵਿਚਾਰ ਕਰੀ ਜਾਓ ਮੇਰੀ ਜੋ ਮੈਂ ਤੁਹਾਨੂੰ ਅਰਜ਼ ਕਰਦਾ, ਆਪਣੇ ਮਨ ਦੇ ਅੰਦਰ ਨਿਰਣਾ ਕਰੀ ਜਾਓ ਜਿੱਥੇ ਮੈਂ ਗਲਤ ਕਹਿੰਦਾ ਉੱਥੇ ਮੇਰੇ ਨਾਲ ਗੱਲ ਕਰ ਲਓ। ਕਹਿਣ ਲੱਗੇ ਭਾਈ ਮਨਸੁਖ ਤੇਰੇ ਵਚਨ ਮੈਨੂੰ ਸ਼ਾਂਤੀ ਦਿੰਦੇ ਤੁਰੇ ਜਾ ਰਹੇ, ਐਸੀ ਸ਼ਾਂਤੀ ਕਿ ਜੋ ਮੈਂ ਅੱਜ ਤੱਕ ਨਹੀਂ ਸੀ ਦੇਖੀ। ਮੇਰਾ ਮਨ ਅੰਦਰ ਨੂੰ ਜੁੜਦਾ ਜਾ ਰਿਹਾ ਅਤੇ ਕੋਈ ਰਸ ਜਿਹਾ ਮੇਰੇ ਉੱਤੇ ਤਾਰੀ ਹੋ ਰਿਹਾ। ਤੂੰ ਕਹੋ ਜੀ ਭਰ ਕੇ ਵਚਨ ਕਹਿ, ਮੈਂ ਤੇਰਾ ਇੱਕ ਇੱਕ ਵਚਨ ਹਿਰਦੇ 'ਚ ਤੋਲ ਰਿਹਾ, ਤੋਲ ਕੇ ਅੰਦਰ ਤਾਰ ਰਿਹਾ। ਜਿੰਨੇ ਹੁਣ ਸਹੀ ਤੈਂ ਵਚਨ ਕਰੇ ਨੇ ਉਹ ਸਾਰੇ ਮੈਂ ਆਪਣੇ ਹਿਰਦੇ 'ਚ ਤਾਰਨ ਕਰ। ਕਹਿਣ ਲੱਗੇ ਰਾਜਨ ਹੁਣ ਦਸਵੀਂ ਦਾ ਵਰਤ ਤੈਨੂੰ ਅਸੀਂ ਦੱਸਦੇ ਹਾਂ ਕਿ ਦਸਵੀਂ ਦਾ ਵਰਤ ਅਸੀਂ ਮਨ ਨੂੰ ਕਾਬੂ ਕਰਨ ਵਾਸਤੇ ਰੱਖਦੇ ਹਾਂ। ਐ ਨਹੀਂ ਭੁੱਖੇ ਨਹੀਂ ਅਸੀਂ ਰਹਿੰਦੇ, ਕਿਉਂਕਿ ਭੁੱਖੇ ਰਹਿਣਾ ਸਾਡੇ ਗੁਰੂ ਨੇ ਅੰਨ ਛੋੜ ਕਰੇ ਪਖੰਡ, ਨਾ ਉਹ ਸੁਹਾਗਣ ਨਾ ਉਹ ਰੰਡ। ਉਹ ਕਹਿੰਦੇ ਅੰਨ ਤਾਂ ਸਰੀਰ ਦੀ ਜ਼ਰੂਰਤ ਹੈ, ਇਹਦੀ ਖੁਰਾਕ ਬਦਲ ਦਿਓ, ਇਹ ਮੈਡੀਕਲ ਐਡਵਾਈਸ ਹੈ। ਲੇਕਿਨ ਇਹਨੂੰ ਧਰਮ ਦੇ ਨਾਲ ਕੋਈ ਫਲ ਦੇਣ ਵਾਲੀ ਗੱਲ ਕਹਿ ਦੇਣਾ ਇਹਦਾ ਇੱਕ ਵਹਿਮ ਪ੍ਰਸਤੀ ਹੈ ਨਾ। ਹਿਸਾਬ ਨਾਲ ਚੱਲੋ, ਮੈਡੀਕਲ ਸਿਸਟਮ ਨਾਲ ਚੱਲੋ, ਵਰਤ ਰੱਖੋ। ਡਾਕਟਰ ਕਹਿੰਦਾ ਰੋਟੀ ਨਾ ਖਾਈ, ਫਲ ਖਾ ਲਈ, ਭਾਰੀ ਰੋਟੀ ਨਾ ਖਾਈ, ਤੂੰ ਚੌਲ ਖਾ ਕੇ ਗੁਜ਼ਾਰਾ ਕਰ ਲੈ, ਤੇਰਾ ਮੈਦਾ ਓਵਰਲੋਡਡ ਹੋਇਆ ਹੋਇਆ। ਭਰ ਕੇ ਨਾ ਖਾਈ ਮੈਦੇ ਨੂੰ, ਅਲਪੋਹਾਰ ਸੁਲਭ ਸੀ ਨਿੰਦਰਾ, ਬਹੁਤਾ ਸੌਏਗਾ ਰੋਗੀ ਹੋ ਜਾਏਗਾ, ਤੇਰੀ ਉਮਰ ਘੱਟ ਜਾਏਗੀ। ਬਹੁਤਾ ਪੇਟ ਭਰ ਕੇ ਖਾਏਗਾ ਰੋਗੀ ਹੋ ਜਾਏਗਾ, ਤੇਰੇ ਸਾਰੇ ਚੀਜ਼ਾਂ ਨਹੀਂ ਬਣਨੀਆਂ, ਬੇਅੰਤ ਚੀਜ਼ਾਂ ਬਣਦੀਆਂ। ਜੇਕਰ ਜਿਹੜਾ ਐਡਾ ਬੜਾ ਕਾਰਖਾਨਾ ਪ੍ਰਭੂ ਨੇ ਲਾਇਆ ਕਿ ਕੋਈ ਬੰਦਾ ਇਹਦੀ ਨਕਲ ਕਰੇ ਨਹੀਂ ਸਕਦਾ, ਹਰ ਚੀਜ਼ ਦੇ ਵਿੱਚੋਂ ਤੱਤ ਕੱਢ ਕੇ ਅੱਖਾਂ ਵਾਲਾ ਅੱਖਾਂ ਨੂੰ ਭੇਜਦਾ, ਕੰਨ ਵਾਲਾ ਕੰਨ ਨੂੰ ਭੇਜਦਾ, ਬ੍ਰੇਨ ਵਾਲਾ ਬ੍ਰੇਨ ਨੂੰ ਭੇਜਦਾ, ਖੂਨ ਵਾਲਾ ਖੂਨ ਨੂੰ ਭੇਜਦਾ। ਕਿੱਡਾ ਬੜਾ ਕਾਰਖਾਨਾ ਪਰਮੇਸ਼ਰ ਨੇ ਅੰਦਰ ਲਾਇਆ ਹੋਇਆ ਤੇਰੇ। ਮੈਡੀਕਲ ਐਡਵਾਈਸ ਲੈ ਲੈ, ਇਹਨੂੰ ਧਰਮ ਦੇ ਨਾਲ ਨਾ ਢੰਗ, ਕਿਉਂਕਿ ਤੂੰ ਗੁੰਮਰਾਹ ਹੋ ਜਾਏਗਾ, ਗਲਤ ਹੋ ਜਾਏਗਾ, ਤੈਨੂੰ ਪਤਾ ਨਹੀਂ ਲੱਗਣਾ ਕਿ ਧਰਮ ਦਾ ਰਸਤਾ ਕੀ ਹੈ ਇਹ ਕੀ। ਸੋ ਸਾਰੀ ਗੱਲ ਜਿਹੜੀ ਹੈ, ਕਹਿਣ ਲੱਗੇ ਰਾਜਨ ਰਾਜਾ ਸ਼ਿਵਨਾਭ ਜੀ, ਜਦ ਤੱਕ ਮਨ ਨਹੀਂ ਮੰਨਦਾ ਉਹਨਾਂ ਚਿਰ ਧਰਮ ਦੇ ਰਾਹ 'ਤੇ ਪੈਣਾ ਜਿਹੜਾ ਹੈ ਉਹ ਐਸੇ ਤਰ੍ਹਾਂ ਹੈ ਵੀ ਕੋਈ ਸਫ਼ਰ ਨਹੀਂ ਤੈਅ ਕਰਿਆ, ਕੋਹਲੂ ਦੇ ਬਲਦ ਵਾਂਗੂ ਪੈਰ ਦੇ ਵਿੱਚ ਗੇੜੇ ਕੱਢੇ ਨੇ ਅੱਖਾਂ ਦੇ ਉੱਪਰ ਖੋਪੇ ਦੇ ਕੇ। ਜੇ ਮਨ ਮੰਨ ਜਾਵੇ ਤਾਂ ਗੱਲ ਬਣਦੀ ਹੈ, ਮਨ ਕਹਿਣਾ ਮੰਨ ਜਾਵੇ, ਕਹਿਣਾ ਤਾਂ ਮੰਨੇਗਾ ਜੇ ਬਸ ਆਏਗਾ। ਮੰਮਾ ਮਨ ਸਿਉਂ ਕਾਜ ਹੈ, ਮਨ ਸਾਧੇ ਸਿੱਧ ਹੋਏ, ਮਨ ਹੀ ਮਨ ਸਿਉਂ ਕਹੇ ਕਬੀਰਾ, ਮਨ ਸਾ ਮਿਲਿਆ ਨਾ ਕੋਈ। ਕਹਿੰਦੇ ਮਨ ਦੇ ਨਾਲ ਸਾਰੀ ਬਾਤ ਚੱਲਦੀ ਹੈ, ਅਤੇ ਇਹ ਮਨ ਅੜੀ ਕਰਦਾ, ਜੀਵ ਨੂੰ ਥੱਲੇ ਕਾਬੂ ਕਰੀ ਬੈਠਾ, ਬੁੱਧੀ ਦੇ ਉੱਤੋਂ ਦੀ ਛਾਇਆ ਹੋਇਆ, ਚਿੱਤ ਦੇ ਉੱਤੋਂ ਦੀ ਛਾਇਆ ਹੋਇਆ, ਬਾਗੀ ਹੋਇਆ ਬੈਠਾ, ਅਤੇ ਇਹਨੇ ਮਿੱਤਰਤਾ ਕਿਹਨਾਂ ਨਾਲ ਪਾਈ ਹੋਈ ਹੈ? ਕ੍ਰੋਧ ਦੇ ਨਾਲ, ਲੋਭ ਨਾਲ, ਮੋਹ ਨਾਲ, ਹੰਕਾਰ ਨਾਲ, ਨਿੰਦਿਆ, ਚੁਗਲੀ, ਈਰਖਾ, ਵਖੀਲੀ, ਨਾਸਤਿਕਤਾ, ਇਹ ਭੈੜੀਆਂ ਚੀਜ਼ਾਂ, ਆਸ਼ਾ, ਤ੍ਰਿਸ਼ਨਾ, ਅੰਦੇਸ਼ਾ, ਇਹਨਾਂ ਦੇ ਨਾਲ ਮਿੱਤਰਤਾ ਪਾਈ ਬੈਠਾ। ਸਤ, ਸੰਤੋਖ, ਧੀਰਜ, ਖਿਮਾ, ਦਇਆ, ਕੋਮਲ ਵਚਨ, ਕੋਮਲ ਹਿਰਦਾ, ਅਲਪਹਾਰ, ਸੁਲਭ ਸੀ ਨਿੰਦਰਾ, ਇਹ ਚੀਜ਼ਾਂ ਦੇ ਨਾਲ ਮਨ ਦੀ ਮਿੱਤਰਤਾ ਨਹੀਂ ਹੈ, ਦੂਰ ਰਹਿੰਦਾ। ਸੋ ਮਨ ਬਸ ਆਉਣਾ ਚਾਹੀਦਾ। ਕਹਿਣ ਲੱਗੇ ਭਾਈ ਮਨਸੁਖ ਜੀ, ਜਿੱਥੇ ਤੁਸੀਂ ਇੰਨੇ ਵਚਨ ਦੱਸੇ ਨੇ, ਕਿਰਪਾ ਕਰਕੇ ਇਹ ਵੀ ਦੱਸ ਦਿਓ ਕਿ ਮਨ ਕਿਵੇਂ ਬਸ ਆ ਜਾਂਦਾ, ਕਿਉਂਕਿ ਤੁਹਾਡੀ ਗੱਲ ਠੀਕ ਹੈ, ਅਸੀਂ ਇੱਕ ਸੈਕਿੰਡ ਵਾਸਤੇ ਵੀ ਨਹੀਂ ਟਿਕਦੇ, ਪੂਜਾ ਕਰਦੇ ਵੀ ਨਹੀਂ ਟਿਕਦੇ। ਕਹਿਣ ਲੱਗੇ ਰਾਜਨ, ਮੇਰੇ ਸਤਿਗੁਰੂ ਨੇ ਜਦ ਪਹਿਲੀ ਉਦਾਸੀ ਧਾਰਨ ਕਰੀ ਉਸ ਵੇਲੇ ਆਪਨੇ ਇੱਕ ਬਚਨ ਕਿਹਾ ਜਦੋਂ ਬੇਈ ਨਦੀ 'ਚੋਂ ਨਿਕਲੇ, ਕਿ ਨਾ ਕੋਈ ਹਿੰਦੂ ਨਾ ਮੁਸਲਮਾਨ, ਅੱਲਾ ਰਾਮ ਕੇ ਪਿੰਡ ਪੁਰਾਣ। ਹਿੰਦੂਆਂ ਨੇ ਨੋਟਿਸ ਨਾ ਲਿਆ ਕਿਉਂਕਿ ਗੁਲਾਮ ਸੀ, ਮੁਸਲਮਾਨ ਇਸਲਾਮ ਦਾ ਰਾਜ ਹੋਣ ਕਰਕੇ ਉਹਨਾਂ ਨੇ ਮੇਰੇ ਸਤਿਗੁਰੂ ਨੂੰ ਪੁੱਛਿਆ ਤੂੰ ਇਹ ਗੱਲ ਕੀ ਕਹਿੰਦਾ, ਸ਼ਰ੍ਹਾਂ ਦੇ ਖਿਲਾਫ਼ ਬੋਲ ਰਹੇ। ਗੁਰੂ ਨਾਨਕ ਕਹਿੰਦੇ ਹੈ ਨਹੀਂ ਕੋਈ ਇਸਲਾਮ ਦੀ ਬਾਤ, ਤਾਂ ਸਮਝੋ ਕਹਿੰਦਾ ਕੀ ਹੈ, ਨਮਾਜ਼ਾਂ ਦਾ ਅਰਥ ਤਾਂ ਸਮਝੋ ਕਹਿੰਦੇ ਕੀ ਨੇ, ਤੁਸੀਂ ਉੱਥੇ ਚੱਲਦੇ ਹੋ, ਤੁਸੀਂ ਤਾਂ ਜ਼ੋਰ ਜ਼ਬਰ ਵਿੱਚ ਪਏ ਹੋ।
ਜੀਵਾਂ ਨੂੰ ਮਾਰੀ ਜਾਂਦੇ ਹੋ, ਤੰਗ ਕਰਦੇ ਹੋ, ਖੁਦਾ ਨੂੰ ਖੁਸ਼ ਕਰਦੇ ਹੋ ਮਾਰ ਮਾਰ ਕੇ ਦੂਸਰਿਆਂ ਨੂੰ। ਸਮਝੋ, ਸਮਝਾਇਆ ਮੇਰੇ ਸਤਿਗੁਰੂ ਨੇ। ਉਹਨਾਂ ਨੇ ਕਿਹਾ, ਹੇ ਨਾਨਕ, ਤੈਨੂੰ ਫਿਰ ਦੋਏ ਇੱਕ ਹੋਏ। ਪੂਜਾ ਅਤੇ ਨਮਾਜ਼ 'ਚ ਤੈਨੂੰ ਕੋਈ ਫਰਕ ਨਹੀਂ ਲੱਗਦਾ, ਮਸਜਿਦ ਅਤੇ ਮੰਦਰ 'ਚ ਤੈਨੂੰ ਕੋਈ ਫਰਕ ਨਹੀਂ ਲੱਗਦਾ, ਦੋਏ ਬਰਾਬਰ ਲੱਗਦੇ ਨੇ, ਫਿਰ ਆ ਚੱਲ ਆਪਾਂ ਨਮਾਜ਼ ਪੜ੍ਹੀਏ। ਕਹਿੰਦੇ ਚਲੋ। ਕਹਿੰਦੇ ਰਾਜਨ, ਨਵਾਬ ਸਾਹਿਬ, ਅਸੀਂ ਹਰ ਵਕਤ ਨਮਾਜ਼ ਪੜ੍ਹਦੇ ਹਾਂ, ਤੁਸੀਂ ਪੰਜ ਪੜ੍ਹਦੇ ਹੋ, ਅਸੀਂ ਹਰ ਵਕਤ ਪੜ੍ਹਦੇ ਹਾਂ, ਇੱਕ ਸੈਕਿੰਡ ਵਾਸਤੇ ਵੀ ਅਸੀਂ ਵਿਹਲੇ ਨਹੀਂ ਹੁੰਦੇ, ਚਲੋ ਤੁਹਾਡੇ ਨਾਲ ਵੀ ਜਿੰਨਾ ਚਿਰ ਹੈ ਪੜ੍ਹ ਲੈਂਦੇ ਹਾਂ। ਮੇਰੇ ਸਤਿਗੁਰੂ ਗਏ, ਇੱਕ ਪਾਸੇ ਹੋ ਕੇ ਬੈਠ ਗਏ, ਨਮਾਜ਼ ਸ਼ੁਰੂ ਹੋ ਗਈ। ਖਤਮ ਹੋਈ ਤਾਂ ਨਵਾਬ ਨੇ ਪੁੱਛਿਆ, ਨਾਨਕ, ਤੂੰ ਨਮਾਜ਼ ਪੜ੍ਹਨ ਆਇਆ ਸੀ, ਨਮਾਜ਼ ਨਹੀਂ ਪੜ੍ਹੀ? ਅਤੇ ਮੇਰੇ ਸਤਿਗੁਰੂ ਨੇ ਪਤਾ ਕਹਿੰਦੇ ਕੀ ਜਵਾਬ ਦਿੱਤਾ? ਸੁਣੋ ਧਿਆਨ ਨਾਲ। ਕਹਿਣ ਲੱਗੇ, ਰਾਜਨ, ਮੇਰੇ ਸਤਿਗੁਰੂ ਨੇ ਇਹ ਗੱਲ ਕਹੀ, ਨਵਾਬ ਸਾਹਿਬ, ਮੈਂ ਤਾਂ ਨਮਾਜ਼ ਪੜ੍ਹਦਾ ਰਿਹਾ, ਤੈਂ ਨਹੀਂ ਪੜ੍ਹੀ। ਕਹਿਣ ਲੱਗੇ, ਹੈਰਾਨੀ ਦੀ ਗੱਲ ਹੈ, ਦੇਖੋ ਲੋਕੋ, ਮੈਂ ਨਮਾਜ਼ ਪੜ੍ਹੀ ਹੈ ਅਤੇ ਮੈਨੂੰ ਨਾਨਕ ਕਹਿੰਦਾ ਨਮਾਜ਼ ਨਹੀਂ ਪੜ੍ਹੀ। ਕਿਉਂ ਕਾਜੀ ਸਾਹਿਬ, ਮੈਂ ਨਮਾਜ਼ ਨਹੀਂ ਪੜ੍ਹੀ? ਕਾਜੀ ਕਹਿੰਦਾ, ਜੀ ਮੈਂ ਵੀ ਪੜ੍ਹੀ ਹੈ, ਤੁਸੀਂ ਵੀ ਪੜ੍ਹੀ ਹੈ। ਕਹਿੰਦੇ, ਮੇਰੇ ਸਤਿਗੁਰੂ ਨੇ ਕਿਹਾ, ਦੌਲਤ ਖਾਨ, ਨਵਾਬ ਸਾਹਿਬ ਫਿਰ ਘੋੜੇ ਕੌਣ ਖਰੀਦਦਾ ਸੀ ਕੰਧਾਰ ਵਿੱਚ? ਕੌਣ ਛਾਂਟ ਰਿਹਾ ਸੀ ਵੀ ਇੰਨੇ ਕਮੈਤ ਘੋੜੇ ਲੈਣੇ ਆ, ਇੰਨੇ ਸੁਰੰਗ ਲੈਣੇ, ਇੰਨੇ ਬੇ ਲੈਣੇ ਨੇ, ਇੰਨੇ ਬੈਲਰ ਘੋੜੇ ਲੈਣੇ, ਇੰਨੇ ਤੋਪਾਂ ਵਾਲੇ ਲੈਣੇ, ਇੰਨੇ ਭਾਰਵਰਦਾਰੀ ਵਾਲੇ, ਇੰਨੇ ਸਵਾਰੀ ਵਾਲੇ, ਤੂੰ ਤਾਂ ਰੰਗ ਛਾਂਟਦਾ ਫਿਰਦਾ ਸੀ ਉੱਥੇ? ਨਵਾਬ ਨੇ ਚਰਨੀ ਹੱਥ ਲਾਤਾ, ਹੇ ਨਾਨਕ, ਬਲੀ ਅੱਲਾ, ਤੂੰ ਗੱਲ ਸਮਝ ਗਿਆ, ਮੇਰੇ ਅੰਦਰ ਦੀ ਜਾਣਦਾ, ਤੇਰੇ ਅਤੇ ਅੱਲਾ 'ਚ ਕੋਈ ਭੇਦ। ਕਾਜੀ ਕਹਿਣ ਲੱਗਿਆ, ਫਿਰ ਮੈਂ ਪੜ੍ਹਦਾ ਸੀ? ਕਾਜੀ ਸਾਹਿਬ, ਤੁਸੀਂ ਤਾਂ ਵਛੇਰ ਹੀ ਮੋੜਦੇ ਸੀ ਘਰ ਵਿੱਚ। ਕਹਿਣ ਲੱਗੇ, ਮੇਰਾ ਸਤਿਗੁਰੂ ਇਹ ਕਹਿੰਦਾ ਵੀ ਭਜਨ ਬੰਦਗੀ ਜੇ ਮਨ ਸਾਥ ਨਹੀਂ ਦਿੰਦਾ ਤਾਂ ਐਵੇਂ ਹੀ ਇੱਕ ਐਕਸਰਸਾਈਜ਼ ਹੈ, ਇੱਕ ਦਿਖਾਵਾ ਹੈ, ਇੱਕ ਸੁੱਤੇ ਪਏ ਦੀ ਬਾਤ ਹੈ, ਜਿੰਨਾ ਚਿਰ ਮਨ ਨਹੀਂ ਸਾਥ ਦਿੰਦਾ। ਸੋ ਕਹਿਣ ਲੱਗੇ, ਠੀਕ ਹੈ, ਤੁਸੀਂ ਜੋ ਬਾਤ ਕਹਿ ਰਹੇ ਹੋ ਮੈਂ ਬਿਲਕੁਲ 100% ਇਹਦੇ ਨਾਲ ਸਹਿਮਤ ਹਾਂ। ਇਹ ਜੋ ਅਸੀਂ ਕਰਦੇ ਹਾਂ, ਜਿੰਨੇ ਵੀ ਕਰਮ ਧਰਮ ਵਰਤ ਵੀ ਰੱਖਦੇ ਹਾਂ, ਸਾਡਾ ਮਨ ਤਾਂ ਇੱਥੇ ਨਹੀਂ ਰਹਿੰਦਾ, ਮਨ ਤਾਂ ਉਹੀ ਚੀਜ਼ਾਂ ਸੋਚਦਾ ਜਿਹੜੀਆਂ ਪਹਿਲਾਂ ਸੋਚਦੇ ਹਾਂ। ਕਿਰਪਾ ਕਰਕੇ ਦੱਸ ਵੀ ਮਨ ਬਸ ਆਉਣ ਦੀ ਵੀ ਕੋਈ ਯੋਗਤਾ ਹੈ? ਉਸ ਵੇਲੇ ਆਪ ਨੇ ਇਸ ਤਰ੍ਹਾਂ ਨਾਲ ਫਰਮਾਨ ਕੀਤਾ, ਮਨ ਵਸਿਆ ਵੇ ਨਾਨਕਾ ਜੇ ਪੂਰਨ ਕਿਰਪਾ ਹੋਏ, ਮਨ ਵਸਿਆ ਵੇ ਨਾਨਕਾ ਪੂਰਨ ਕਿਰਪਾ ਹੋਏ।
ਆਦਮੀ ਕਰਮ ਵੀ ਕਰਦਾ, ਧਰਮ ਵੀ ਕਰਦਾ, ਵਰਤ ਵੀ ਰੱਖਦਾ, ਸਤਸੰਗ 'ਚ ਵੀ ਜਾਂਦਾ, ਤੀਰਥ ਯਾਤਰਾ ਵੀ ਕਰਦਾ, ਦੂਰ ਦਰਾਜ ਦੇ ਗੁਰਦੁਆਰਿਆਂ ਦੇ ਤੀਰਥਾਂ ਦੇ ਹੋਰ ਧਾਮਾਂ ਦੇ ਦਰਸ਼ਨ ਵੀ ਕਰਦਾ, ਦਾਨ ਵੀ ਕਰਦਾ, ਸਭ ਨੇਕ ਕੰਮ ਕਰਦਾ, ਲੇਕਿਨ ਆਪਣੇ ਸੁਭਾਅ ਤੋਂ ਬਾਹਰ ਨਹੀਂ ਹੁੰਦਾ, ਸੁਭਾਅ ਉਹੀ ਰਹਿੰਦਾ। ਕਹਿੰਦੇ ਕੁੱਤੇ ਦੀ ਪੂੰਛ ਵਰਗਾ ਸੁਭਾਅ ਹੁੰਦਾ, 12 ਸਾਲ ਨਲਕੀ 'ਚ ਪਾਤੀ ਪੂੰਛ, ਜਦੋਂ ਕੱਢੀ ਨਲਕੀ ਫਿਰ ਵਿੰਗੀ ਦੀ ਵਿੰਗੀ। ਇਸੇ ਤਰ੍ਹਾਂ ਜੋ ਆਦਮੀ ਦਾ ਬੇਸਿਕ ਸੁਭਾਅ ਹੁੰਦਾ ਹੈ, ਜਿਹੜੇ ਪਰਮਾਣੂਆਂ ਦੇ ਨਾਲ ਇਹਦਾ ਸੁਭਾਅ ਬਣਿਆ ਹੁੰਦਾ, ਉਹ ਸੁਭਾਅ ਬਦਲਿਆ ਨਹੀਂ ਕਰਦਾ, ਉਹ ਸੁਭਾਅ ਫਿਰ ਆ ਜਾਂਦਾ, ਚੋਰ ਚੋਰੀ ਕਰਦਾ। ਸਾਧੂ ਬਣ ਜਾਵੇ ਫਿਰ ਵੀ ਉਹਦੇ ਮਨ ਦੇ ਅੰਦਰ ਕਦੇ ਨਾ ਕਦੇ ਉਹ ਖਿਆਲ ਪੈਦਾ ਹੀ ਹੋ ਜਾਂਦਾ। ਵਿਕਾਰੀ ਆਦਮੀ ਚੰਗਾ ਬਣ ਜਾਵੇ, ਲੁਕ ਜਾਵੇ ਚੰਗਾ ਬਣਿਆ ਹੋਇਆ ਵੀ, ਫਿਰ ਵੀ ਵਿਕਾਰ ਅੰਦਰ ਉੱਠਦਾ, ਕਹਿੰਦੇ ਸੁਭਾਅ ਨਹੀਂ ਜਾਇਆ ਕਰਦਾ। ਸੋ ਸਾਰਿਆਂ ਦਸਾਂ ਦਿਸ਼ਾਵਾਂ ਦੇ ਸਾਧਨ ਕਰਦਾ ਹੋਇਆ ਮਨ ਉਹ ਜਿਹਦਾ ਉਹ ਅਜਿਹਾ ਰਹਿੰਦਾ। ਜਿੰਨਾ ਚਿਰ ਪੂਰਨ ਸਮਰੱਥ ਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦਾ ਅਤੇ ਮਨ ਵਿੱਚ ਇਹ ਪ੍ਰਤੀਤੀ ਨਹੀਂ ਲਿਆਉਂਦਾ ਕਿ ਮੇਰਾ ਗੁਰੂ ਵਾਹਿਗੁਰੂ ਆਪ ਹੈ, ਗੁਰਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਪਾਈ, ਅਤੇ ਉਹਦੇ ਬਚਨ ਦੀ ਕਮਾਈ ਨਹੀਂ ਕਰਦਾ, ਅਤੇ ਦੁਨੀਆਂ ਦੇ ਕਰਮ ਧਰਮ ਸਾਰੇ ਲਕੀਰ ਦੇ ਫਕੀਰ ਵਾਲੀ ਗੱਲ ਕਰਦੇ ਚਲੇ ਜਾਂਦੇ ਨੇ। ਗੁਰੂ ਵੀ ਧਾਰਦੇ ਨੇ, ਚਿੰਨ ਵੀ ਧਾਰਨ ਕਰਦੇ ਨੇ, ਪਰ ਆਦਮੀ ਬਦਲਦਾ ਨਹੀਂ, ਉਹ ਅਜਿਹਾ ਹੀ ਰਹਿੰਦਾ। ਕਹਿੰਦੇ ਕਿਉਂ? ਕਿਉਂਕਿ ਪੂਰੇ ਗੁਰੂ ਦੀ ਇਹਦੇ 'ਤੇ ਮਿਹਰ ਨਹੀਂ ਹੋਈ, ਮਨ ਵਸ ਨਹੀਂ ਆਇਆ, ਮਨ ਆਪਣੀਆਂ ਗੱਲਾਂ ਛੱਡਦਾ ਨਹੀਂ। ਦਸ ਦਿਸ ਖੋਜਤ ਮੈਂ ਫਿਰਿਓ, ਜਦ ਦੇਖੋ ਤਦ ਸੋਏ, ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਸੋ ਕਹਿੰਦੇ ਸਾਨੂੰ ਗੁਰੂ ਮਹਾਰਾਜ ਦਸਵੀਂ ਦਾ ਵਰਤ ਰਖਾਉਂਦੇ ਨੇ ਕਿ ਦਸਵੀਂ ਦਾ ਵਰਤ ਰੱਖ ਕੇ ਭਾਈ ਭੁੱਖੇ ਨਹੀਂ ਰਹਿਣਾ, ਦਸਵੀਂ ਵਾਲੇ ਦਿਨ ਤੁਸੀਂ ਆਪਣੇ ਮਨ ਦੇ ਨਾਲ ਜੂਝਣਾ। ਦਸਵੀਂ ਦਸ ਦੁਆਰ ਬਸ ਕਿੰਨੇ, ਦਸੇ ਦੁਆਰ ਬਸ ਕਰਦੇ ਹਾਂ, ਨੌ ਤਾਂ ਬਸ ਹੁੰਦੇ ਹੀ ਨਹੀਂ ਹੈ, ਦਸਵਾਂ ਗੁਪਤ ਹੈ। ਜਿਹੜਾ ਦਸਵੇਂ ਦੁਆਰ ਨੂੰ ਬਸ ਕਰ ਲੈਂਦਾ ਉਹਦੀ ਰਹਿਤ ਉੱਥੇ ਹੋ ਜਾਂਦੀ ਹੈ। ਸੱਚ ਤਾਂ ਪਰ ਜਾਣੀ ਹੈ, ਜਾਂ ਆਤਮ ਤੀਰਥ ਕਰੇ ਨਿਵਾਸ, ਸਤਿਗੁਰੂ ਨੂੰ ਪੁੱਛ ਕੇ ਬਹਿ ਰਹੇ ਕਰੇ ਨਿਵਾਸ, ਉੱਥੇ ਦਾ ਵਾਸਾ ਨਿਜ ਘਰ ਦਾ ਵਾਸਾ ਉਸਨੂੰ ਮਿਲ ਜਾਂਦਾ ਹੈ ਜਿਹਨੇ ਦਸਵਾਂ ਦੁਆਰ ਬਸ ਕਰ ਲਿਆ। ਨੌ ਦੁਆਰੇ ਜਿਹੜੇ ਨੇ, ਅੱਖਾਂ ਨੱਕ ਕੰਨ ਆਦਿ ਜ਼ਬਾਨ ਆਦਿ, ਅਤੇ ਨੌਏ ਇੰਦਰੀਆਂ ਬਸ ਕਰਨ ਦਾ ਕਹਿੰਦੇ ਤਰੱਦਦ ਕਰਦੇ ਹਾਂ ਅਸਵੀਂ। ਦਸਵੀਂ ਦਸ ਦੁਆਰ ਬਸ ਕੀਨੇ, ਮਨ ਸੰਤੋਖ ਨਾਮ ਜਪ ਲਈ। ਨਾਮ ਜਪਣ ਦੇ ਨਾਲ ਸਾਡੇ ਮਨ ਦੀ ਜੋ ਦੌੜ ਭੱਜ ਸੀ ਉਹ ਸੰਤੋਖ ਦੇ ਵਿੱਚ ਬਦਲ ਗਈ, ਟਿਕ ਗਿਆ ਇਹ। ਕਰਨੀ ਸੁਣੀ ਹੈ ਜਸ ਗੋਪਾਲ, ਕੰਨਾਂ ਦੇ ਨਾਲ ਹਰੀ ਦਾ ਜਸ ਸਰਵਣ ਕਰਕੇ ਅਸੀਂ ਕੰਨਾਂ ਨੂੰ ਬਸ ਵਿੱਚ ਕਰਦੇ ਹਾਂ। ਨੈਣੀ ਪੇਖਤ ਸਾਹ ਦਿਆਲ, ਨੈ ਅੱਖਾਂ ਦੇ ਨਾਲ ਅਸੀਂ ਗੁਰੂ ਦੇ ਦਰਸ਼ਨ ਕਰਦੇ ਹਾਂ, ਦਿਆਲ ਗੁਰੂ ਦੇ ਦਰਸ਼ਨ ਕਰਦੇ ਹਾਂ, ਅਤੇ ਉਹਦੇ ਨਾਲ ਸਾਡੀਆਂ ਅੱਖਾਂ ਉਹਦੇ ਦਰਸ਼ਨ ਦੇ ਨਾਲ ਭਿੱਜ ਜਾਂਦੀਆਂ ਨੇ, ਰਸ ਵਿੱਚ ਆ ਜਾਂਦੀ। ਫਿੱਕਾ ਦੇਖਣਾ ਫਿਰ ਸਾਨੂੰ ਚੰਗਾ ਨਹੀਂ ਲੱਗਦਾ। ਰਸਨਾ ਗੁਣ ਗੁਣ ਗਾਵੇ ਬੇਅੰਤ, ਰਸਨਾ ਦੇ ਨਾਲ ਅਸੀਂ ਨਿੰਦਿਆ ਚੁਗਲੀ ਕਰਦੇ, ਜਦ ਹਰੀ ਦਾ ਜਸ ਕਰਦੇ ਹਾਂ ਸਾਡੀ ਰਸਨਾ ਰਸ ਨਾਲ ਭਰ ਜਾਂਦੀ ਹੈ, ਗੀਧੀ ਹੋ ਜਾਂਦੀ ਹੈ, ਬੋਲਣ ਨੂੰ ਜੀ ਨਹੀਂ ਕਰਦਾ, ਫਿੱਕੀ ਗੱਲ ਜਵਾਨ 'ਚੋਂ ਕੱਢਣ ਨੂੰ ਜੀ ਨਹੀਂ ਕਰਦਾ। ਸੋ ਅਸੀਂ ਹਰੀ ਦਾ ਜਸ ਗਾ ਕੇ ਰਸਨਾ ਬਸ ਕਰਦੇ ਹਾਂ, ਮਨ ਵਹਿ ਚਿਤ ਵਹਿ ਪੂਰਨ ਭਗਵੰਤ, ਮਨ ਦੇ ਅਸੀਂ ਪੂਰਨ ਭਗਵਾਨ, ਜਿਹੜਾ ਅੰਗ ਸੰਗ ਹੈ ਉਹਦੀ ਚਿਤਬਨੀ ਕਰਦੇ ਹਾਂ। ਹਸਤ ਚਰਨ ਸੰਤ ਟਹਿਲ ਕਮਾਈ ਹੈ, ਹੱਥਾਂ ਅਤੇ ਚਰਨਾਂ ਦੇ ਨਾਲ ਸਾਧੂਆਂ ਦੀ ਸੇਵਾ ਕਰਦੇ ਹਾਂ, ਸੰਗਤ ਦੀ ਸੇਵਾ ਕਰਦੇ ਹਾਂ, ਪੱਖੇ ਚੱਲਦੇ ਹਾਂ, ਜਲ ਪਿਲਾਉਂਦੇ ਹਾਂ, ਦਰੀਆਂ ਵਿਛਾਉਂਦੇ ਹਾਂ, ਬਰਤਨ ਮਾਜਦੇ ਹਾਂ, ਪ੍ਰਸ਼ਾਦੇ ਲਾਉਂਦੇ ਹਾਂ, ਐਂ ਸੰਗਤਾਂ ਦੀ ਸਾਧੂਆਂ ਦੀ ਸੇਵਾ ਕਰਦੇ ਹਾਂ। ਨਾਨਕ ਇਹ ਸੰਜਮ ਪ੍ਰਭ ਕਿਰਪਾ ਪਾਈ ਹੈ, ਇਹ ਸੰਜਮ ਜਦੋਂ ਅਸੀਂ ਰੱਖਣੇ ਸ਼ੁਰੂ ਕਰ ਦਈਏ ਫਿਰ ਕੀ ਹੁੰਦਾ, ਫਿਰ ਪ੍ਰਭੂ ਇਹਦੇ 'ਤੇ ਕਿਰਪਾ ਕਰ ਦਿੰਦਾ, ਜਦੋਂ ਕਿਰਪਾ ਕਰ ਦਿੱਤੀ ਫਿਰ ਮਨ ਬਸ ਵਿੱਚ ਆ ਜਾਂਦਾ। ਸੋ ਇਸ ਤਰ੍ਹਾਂ ਦੇ ਨਾਲ ਇਹ ਅਸੀਂ ਦਸਵੀਂ ਦਾ ਵਰਤ ਦੱਸਦੇ ਹਾਂ। ਬਾਕੀ ਆ ਗਈ ਇਕਾਦਸ਼ੀ, ਜਿਹਦੇ ਵਾਸਤੇ ਤਾਂ ਮੈਨੂੰ ਫੜਕੇ ਮੰਗਾਇਆ, ਅਸੀਂ ਇਹਦਾ ਵੀ ਵਰਤ ਰੱਖਦੇ ਹਾਂ ਰਾਜਨ, ਪਰ ਸਾਡੇ ਰੱਖਣ ਦਾ ਤਰੀਕਾ ਹੋਰ ਹੈ। ਤੁਸੀਂ ਅੰਨ ਨਹੀਂ ਖਾਂਦੇ, ਅਸੀਂ ਹਰ ਰੋਜ਼ ਵਰਤ ਰੱਖਦੇ ਹਾਂ ਕਿ ਜਿੰਨੀ ਭੁੱਖ ਹੈ, 4 ਪ੍ਰਸ਼ਾਦਿਆਂ ਦੀ ਭੁੱਖ ਹੈ ਤਾਂ ਅਸੀਂ 3 ਛਕਦੇ ਹਾਂ, ਅਲਪ ਆਹਾਰ ਦਾ ਵਰਤ ਰੱਖਦੇ ਹਾਂ, ਬੋਲਣ ਦਾ ਵਰਤ ਰੱਖਦੇ ਹਾਂ, ਥੋੜ੍ਹਾ ਬੋਲਦੇ ਹਾਂ, ਸੌਣ ਦਾ ਵਰਤ ਰੱਖਦੇ ਹਾਂ, ਅਲਪ ਆਹਾਰ ਸੁਲਭ ਸੀ ਨਿੰਦਰਾ ਦਿਆ ਛੇਵਾਂ ਤਨ ਪ੍ਰੀਤ, ਅਤੇ ਅੰਦਰਲਾ ਵਰਤ ਦਸਾਂ ਦੁਆਰਿਆਂ ਨੂੰ ਬਸ ਕਰਨ ਦਾ ਰੱਖਦੇ ਹਾਂ। ਮਨ ਨੂੰ ਵਾਰ ਵਾਰ ਰੋਕਦੇ ਹਾਂ, ਮਨ ਦੌੜਦਾ ਹੈ ਫਿਰ ਰੋਕ ਕੇ ਲਾਉਂਦੇ ਹਾਂ, ਫਿਰ ਭਜਨ 'ਤੇ ਬੈਠਦੇ ਹਾਂ, ਫਿਰ ਮਨ ਦੌੜਦਾ ਫਿਰ ਰੋਕ ਕੇ ਲਾਉਂਦੇ ਹਾਂ, ਫਿਰ ਗੁਰੂ ਧਿਆਨ 'ਚ ਲਾਉਂਦੇ ਹਾਂ, ਫਿਰ ਗੁਰ ਸ਼ਬਦ ਦੀ ਧੁਨੀ ਵਿੱਚ ਲਾਉਂਦੇ ਹਾਂ, ਅਤੇ ਇਸ ਤਰ੍ਹਾਂ ਰੋਕ ਰੋਕ ਕੇ ਜਿਹਨੂੰ ਪ੍ਰਤਿਹਾਰ ਤੁਸੀਂ ਕਹਿੰਦੇ ਹੋ,
ਇਹ ਅਸੀਂ ਅਭਿਆਸ ਕਰਦੇ ਹਾਂ, ਵਿਸ਼ੇ ਭਾਵਨਾ ਨੂੰ ਅੰਦਰੋਂ ਅਸੀਂ ਖਤਮ ਕਰਦੇ ਹਾਂ, ਜਾਲ ਦਿੰਦੇ, ਵਿਸ਼ਿਆਂ ਦੇ ਭਾਵਨਾ ਦੇ ਵਿੱਚ ਮਨ ਨੂੰ ਜਾਣ ਨਹੀਂ ਦਿੰਦੇ। ਜਦ ਜਾਂਦੇ ਹਾਂ ਤਾਂ ਗੁਰਬਾਣੀ ਦਾ ਆਸਰਾ ਲੈ ਕੇ ਉਹਨੂੰ ਰੋਕਦੇ ਹਾਂ ਕਿ ਮਨਾ, ਇਹ ਗੱਲ ਦਾ ਨਤੀਜਾ ਨਿਕਲਣਾ, ਦੇਖ ਲੈ ਤਿਆਰ ਹੈ ਫਿਰ ਤੂੰ ਇਹ ਤਕਲੀਫਾਂ ਝੱਲਣ। ਲਾਇਫ ਆਏ ਰਾਤੀ ਤੁਰੇ ਪ੍ਰਭ ਜਾਣੇ ਪ੍ਰਾਣੀ, ਤੱਕੇ ਨਾਰ ਪਰਾਈਆਂ ਲੁੱਕ ਅੰਦਰ ਠਾਣੀ, ਸੰਨੀ ਦੇਨ ਬਿਖੰਮ ਥਾਏ ਮਿੱਠੇ ਮਦਮਾਣੀ, ਕਰਮੀ ਆਪੋ ਆਪਣੀ ਆਪੇ ਪਛਤਾਣੀ, ਅਜ਼ਰਾਈਲ ਫਰੇਸ਼ਤਾ ਤਿਰ ਪੀੜੇ ਕਾਣੀ। ਕਹਿੰਦੇ ਐਂ ਅਸੀਂ ਮਨ ਨੂੰ ਫਿਰ ਸਮਝਾਉਂਦੇ ਹਾਂ, ਇਹ ਪ੍ਰਤਿਹਾਰ ਹੈ ਸਾਡਾ, ਰੋਕ ਰੋਕ ਕੇ ਗੁਰਸ਼ਬਦ ਨਾਲ ਲਾਉਂਦੇ ਹਾਂ, ਵਿਸ਼ੇ ਭਾਵਨਾ ਨੂੰ ਅੰਦਰ ਨਹੀਂ ਜਾਣ ਦਿੰਦੇ। ਅਤੇ ਸਾਰੇ ਸਰੀਰਾਂ ਦੇ ਵਿੱਚ ਪੰਜ ਤੱਤ ਦਾ ਅਸੀਂ ਪੂਤਲਾ ਨਹੀਂ ਦੇਖਦੇ, ਅਸੀਂ ਇਹਦੇ ਅੰਦਰ ਜੋਤ ਦੇਖਦੇ ਹਾਂ ਪਰਮੇਸ਼ਰ ਦੀ, ਪੰਜ ਤੱਤਾਂ ਨੂੰ ਨਹੀਂ ਦੇਖਦੇ। ਕਿਸੇ ਨੂੰ ਅਸੀਂ ਬੁਰਾ ਨਹੀਂ ਕਹਿੰਦੇ, ਜੇ ਕਹਿੰਦੇ ਹਾਂ ਬੁਰਾ ਰਾਜਨ, ਅਸੀਂ ਕਹਿੰਦੇ ਵੀ ਹਾਂ ਬੁਰਾ, ਕਹਿੰਦੇ ਤੁਸੀਂ ਵੀ ਬੁਰਾ ਕਹਿ ਦਿੰਦੇ ਹੋ ਇੰਨੇ ਚੰਗੇ ਬੰਦੇ ਹੋ ਕੇ, ਕਹਿੰਦੇ ਹਾਂ ਅਸੀਂ ਬੁਰਾ ਕਹਿੰਦੇ ਹਾਂ, ਸਾਡੇ ਸਤਿਗੁਰੂ ਨੇ ਸਿਖਾਇਆ ਸਾਨੂੰ ਵੀ ਜੇ ਬੁਰਾ ਕਹਿਣਾ ਤਾਂ ਇਹਨੂੰ ਬੁਰਾ ਕਿਹੋ। ਕਹਿੰਦੇ ਕਿਹਨੂੰ ਕਹਿੰਦੇ ਹੋ? ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ। ਅਸੀਂ ਸਾਰਿਆਂ ਨਾਲੋਂ ਭਾਈ ਮੈਂ ਬੁਰਾ, ਮੈਨੂੰ ਛੱਡ ਦਿਉ, ਬਾਕੀ ਸਾਰੇ ਭਲੇ ਹੀ ਭਲੇ ਨੇ। ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ। ਦੱਸੋ ਨਿੰਦਿਆ ਕਿਹਦੀ ਕਰ ਦਾਂਗੇ ਜਦ ਅਸੀਂ ਚੰਗੇ ਹੀ ਨਹੀਂ ਹੈਗੇ? ਨਿੰਦਿਆ ਤਾਂ ਕਰਾਂਗੇ, ਪਹਿਲਾਂ ਸਾਡੇ ਮਨ 'ਚ ਗੁਮਾਨ ਆਏਗਾ ਕਿ ਮੈਂ ਚੰਗਾ, ਫਿਰ ਅਸੀਂ ਕਹਾਂਗੇ। ਕਹਿੰਦੇ ਜਿੰਨਾ ਚਿਰ ਨਿੰਦਿਆ ਨੁੰਦਿਆ ਕਰਦਾ ਬੰਦਾ, ਉਨਾ ਚਿਰ ਦੋਹਾਂ ਦੇ ਵਿੱਚ ਹੈ। ਸੋ ਬਾਕੀ ਅਸੀਂ ਹਰੀ ਦਾ ਜਸ ਕਰਦੇ ਹਾਂ। ਹਰੀ ਦਾ ਜਸ ਜਿਹੜਾ ਹੈ ਕਲਯੁਗ ਮੈਂ ਕੀਰਤਨ ਪ੍ਰਦਾਨਾ, ਗੁਰਮੁਖ ਜਪੀਆ ਲਾਏ ਧਿਆਨਾ, ਆਪ ਤਰੇ ਸਗਲੇ ਕੁਲ ਤਾਰੇ, ਦਰਗੇ ਪਤਸ਼ਾਹ ਜਾਂਦਾ। ਇਹ ਸਾਡਾ ਵਰਤ ਜਿਹੜਾ ਹੈ ਇਕਾਦਸ਼ੀ ਦਾ ਵਰਤ ਹੈ। ਇਕਾਦਸ਼ੀ ਨਿਕਟ ਪੇਖੋ ਹਰ ਰਾਮਾ, ਕਹਿੰਦੇ ਸਾਰੀਆਂ ਘਟਾਂ 'ਚ ਅਸੀਂ ਪਰਮੇਸ਼ਰ ਨੂੰ ਦੇਖਦੇ ਹਾਂ। ਸਭਨੀ ਕਟੀ we'll be right back.
देखना ਗੁਰੂ ਨੇ ਦੱਸਿਆ ਵੀ ਸਾਰਿਆਂ ਸਰੀਰਾਂ ਦੇ ਅੰਦਰ ਵਾਹਿਗੁਰੂ ਦੇਖੋ ਸਭਨੀ ਕਟਿਓ ਰਾਮ ਵੇਖਣਾ ਸਭਨੀ ਕਟਿਓ ਰਾਮ ਵੇਖਣਾ ਨਹੀਂ ਰਾਮ ਵੇਖਣਾ ਵੇਖਦਾ ਨਹੀਂ ਹੈ। ਗੁਰੂ ਨੇ ਇਹ ਗੱਲ ਦੱਸੀ ਹੈ ਵੀ ਸਾਰਿਆਂ ਘਟਾਂ ਦੇ ਵਿੱਚ ਰੱਬ ਦੇਖਣਾ। ਇਹ ਵਰਤ ਸਾਨੂੰ ਗੁਰੂ ਨੇ ਗੁਰੂ ਨਾਨਕ ਪਾਤਸ਼ਾਹ ਨੇ ਦੱਸਿਆ, ਕਹਿੰਦੇ ਰਾਜਨ ਅਸੀਂ ਇਕਾਦਸ਼ੀ ਦਾ ਜਦ ਵਰਤ ਦੱਸਦੇ ਹਾਂ, ਇਕਾਦਸ਼ੀ ਨਿਕਟ ਭੇਖੋ ਹਰਨਾ, ਹਰੇਕ ਦੇ ਅੰਦਰ ਵਾਹਿਗੁਰੂ ਨੂੰ ਦੇਖੋ, ਇੰਦਰੀ ਵਸ ਕਰ ਸੁਣੋ ਹਰਨਾ, ਸਾਰੀਆਂ ਇੰਦਰੀਆਂ ਨੂੰ ਵਸ ਕਰਕੇ ਮਨ ਨੂੰ ਇਕਾਗਰਤਾ ਦੇ ਘਰ 'ਚ ਲਿਜਾ ਕੇ ਪਰਮੇਸ਼ੁਰ ਦਾ ਨਾਮ ਸੁਣ। ਨਾਮ ਅੰਦਰ ਵੀ ਹੈ, ਨਾਮ ਬਾਹਰ ਵੀ ਹੈ। ਜਦ ਸੰਗਤ ਨਾਮ ਜਪਦੀ ਹੈ, ਬਾਹਰ ਨਾਮ ਹੈ, ਚਾਹੇ ਹਰੀ ਦਾ ਜਸ ਹੈ, ਕੀਰਤਨ ਹੈ, ਚਾਹੇ ਬਾਣੀ ਪੜ੍ਹਦੇ ਹਾਂ, ਚਾਹੇ ਸੁਣਦੇ ਹਾਂ, ਇਹ ਸਭ ਨਾਮ ਕਹਾਉਂਦਾ। ਜਦ ਅੰਦਰ ਅਸੀਂ ਬਿਰਤੀ ਇਕਾਗਰ ਕਰਦੇ ਹਾਂ ਤਾਂ ਨਾਮ ਦੀ ਧੁਨ ਵਿੱਚ ਜਾਂਦੇ ਹਾਂ, ਧੁਨਵੇਂ ਧਿਆਨ, ਧਿਆਨਵੇਂ ਜਾਂਦੇ ਹਾਂ ਗੁਰਮੁਖ ਕਤ ਕਹਾਣੀ, ਉਸ ਵੇਲੇ ਅੰਦਰ ਅਸੀਂ ਨਾਮ ਸਰਵਣ ਕਰਦੇ ਹਾਂ। ਅਤੇ ਅਨੁਭਵ ਸਾਡਾ ਇਹ ਹੁੰਦਾ ਕਿ ਚਾਰੇ ਹੀ ਪਾਸੇ ਅੰਦਰ ਬਾਹਰ ਵਾਹਿਗੁਰੂ ਜੀ ਲਹਿਰਾਂ ਮਾਰ ਰਹੇ ਨੇ। ਮਨ ਸੰਤੋਖ ਸਰਬ ਜੀ ਦਿਆ, ਮਨ ਵਿੱਚ ਸੰਤੋਖ ਕਰਦੇ ਹਾਂ ਅਤੇ ਸਾਰੇ ਜੀਆਂ 'ਤੇ ਅਸੀਂ ਦਿਆ ਕਰਦੇ ਹਾਂ। ਇਨ ਵਿਦ ਵਰਤ ਸੰਪੂਰਨ ਪਿਆ, ਅਸੀਂ ਐਂ ਨਿਰਾਰਥਕ ਵਰਤ ਨਹੀਂ ਰੱਖਦੇ ਵੀ ਰੋਟੀ ਨਾ ਖਾਓ, ਭੁੱਖੇ ਮਰੀ ਜਾਓ, ਪਹਿਲਾਂ ਹੀ ਰੱਜ ਕੇ ਖਾ ਲਓ, ਇੱਕ ਦਿਨ ਪਹਿਲਾਂ 2 ਦਿਨ ਦੀਆਂ ਰੋਟੀਆਂ, ਵੀ ਕੱਲ੍ਹ ਨੂੰ ਨਹੀਂ ਖਾਣੀ, ਹੁਣ ਰੱਜ ਕੇ ਹੀ ਖਾ ਲਓ, ਚਾਹੇ ਸਾਰੀ ਰਾਤ ਔਖਾ ਹੀ ਰਹੇ, ਚੂਰਨ ਲੈਂਦਾ ਵੀਰੇ, ਕੱਲ੍ਹ ਨੂੰ ਖਾਣੀ ਨਹੀਂ ਹੈ ਭਾਈ, ਵਰਤ ਰੱਖਣਾ। ਕਹਿੰਦੇ ਇਹੋ ਜਿਹੇ ਅਸੀਂ ਵਰਤ ਨਹੀਂ ਰੱਖਦੇ, ਅਸੀਂ ਵਰਤ ਇਹ ਰੱਖਦੇ ਹਾਂ ਵੀ ਮਨ ਵਿੱਚ ਸੰਤੋਖ, ਸਾਰੇ ਜੀਆਂ 'ਤੇ ਦਿਆ, ਵਾਹਿਗੁਰੂ ਨੂੰ ਹਰ ਥਾਂ 'ਤੇ ਦੇਖਣਾ, ਅਤੇ 9 ਇੰਦਰੀਆਂ, ਕਰਮ ਇੰਦਰੀਆਂ, ਗਿਆਨ ਇੰਦਰੀਆਂ, 10 ਇੰਦਰੀਆਂ ਨੂੰ ਅਸੀਂ ਬਸ ਵਿੱਚ ਕਰਕੇ ਰੱਖਦੇ। ਤਾਬਤ ਮਨ ਰੱਖਾ ਇੱਕ ਠਾਏ, ਇਸ ਮਨ ਦੌੜਦੇ ਨੂੰ ਅਸੀਂ ਪ੍ਰਭੂ ਦੇ ਚਰਨਾਂ 'ਚ ਰੱਖਦੇ, ਇੱਕ ਸਕਿੰਟ ਵਾਸਤੇ ਵੀ ਬਾਹਰ ਭੁੱਲਣ ਦੇ ਨਹੀਂ ਹਾਂ ਵੀ ਵਾਹਿਗੁਰੂ ਹਾਜ਼ਰ ਨਾਜ਼ਰ ਨਹੀਂ, ਐਂ ਰਹਿੰਦੇ ਹਾਂ ਜਿਵੇਂ ਸਮੁੰਦਰ 'ਚ ਮੱਛੀ ਨੂੰ ਗਿਆਨ ਹੋਵੇ ਵੀ ਮੈਂ ਪਾਣੀ ਵਿੱਚ ਫਿਰਦੀ। ਮਨ ਤਨ ਸ਼ੁੱਧ ਜਪ ਤਹਾਰਨਾ ਹੈ, ਅਤੇ ਇਹਦਾ ਫਲ ਕੀ ਹੋਏਗਾ ਕਿ ਮਨ ਵੀ ਅਤੇ ਤਨ ਵੀ ਸ਼ੁੱਧ ਹੋ ਜਾਣਗੇ ਜਦੋਂ ਨਾਮ ਦਾ ਜਾਪ ਕਰਾਂਗੇ। ਸਭੇ ਪੂਰ ਰਹੇ ਪਾਰ ਬ੍ਰਹਮ, ਸਾਰਿਆਂ ਦੇ ਅੰਦਰ ਵਾਹਿਗੁਰੂ ਪਰਿਪੂਰਨ ਹੋਇਆ ਹੈ। ਨਾਨਕ ਹਰ ਕੀਰਤਨ, ਅਸੀਂ ਹਰ ਦਾ ਹਰੀ ਦਾ ਕੀਰਤਨ ਕਰਦੇ ਹਾਂ ਅਤੇ ਸਾਡਾ ਇਹ ਅਟੱਲ ਧਰਮ ਹੈ ਜਿਹੜਾ ਨਾ ਟਲਿਆ ਟਾਲਿਆ ਜਾਵੇ। ਸੋ ਇਸ ਤਰ੍ਹਾਂ ਦੇ ਨਾਲ ਇੰਨੇ ਜਦ ਵਚਨ ਉਸਨੇ ਸਰਵਣ ਕੀਤੇ ਤਾਂ ਉਸਨੇ ਕਿਹਾ ਵੀ ਦੁਆਦਸ਼ੀ 'ਚ ਵੀ ਰੱਖਦੇ ਹੋ? ਕਹਿੰਦੇ ਹਾਂ, ਦੁਆਦਸ਼ੀ ਦਾ ਅਸੀਂ ਵਰਤ ਇਸ ਤਰ੍ਹਾਂ ਨਹੀਂ ਰੱਖਦੇ ਵੀ ਹੁਣ ਰੋਟੀ ਰੱਜ ਕੇ ਖਾ ਲਓ, ਪੂਜਾ ਕਰ ਲਓ, ਕਿਉਂਕਿ ਅਸੀਂ ਤਾਂ ਪੂਜਾ ਰੋਜ਼ ਹੀ ਕਰਦੇ ਹਾਂ। ਦੁਆਦਸ਼ੀ ਦਾ ਵਰਤ ਸਾਨੂੰ ਗੁਰੂ ਨਾਨਕ ਪਾਤਸ਼ਾਹ ਨੇ ਇਸ ਤਰ੍ਹਾਂ ਦੇ ਨਾਲ ਦੱਸਿਆ। ਗੁਰਮੁਖ ਨਾਮ ਦਾਨ ਇਸ਼ਨਾਨ, ਗੁਰਮੁਖ ਨਾਮ ਦਾਨ ਇਸ਼ਨਾਨ, ਨਾਮ ਦਾਨ ਇਸ਼ਨਾਨ, ਗੁਰਮੁਖ ਨਾਮ ਦਾਨ ਇਸ਼ਨਾਨ, ਗੁਰਮੁਖ ਨਾਮ ਦਾਨ ਇਸ਼ਨਾਨ।
ਗੁਰਮੁਖ ਨਾਮ ਦਾਨ ਇਸ਼ਨਾਨ, ਗੁਰਮੁਖ ਨਾਮ ਦਾਨ ਇਸ਼ਨਾਨ। ਗੁਰਮੁਖ ਨਾਮ ਦਾਨ ਇਸ਼ਨਾਨ, ਗੁਰਮੁਖ ਨਾਮ ਦਾਨ ਇਸ਼ਨਾਨ। ਨਾਮ ਦਾਨ ਇਸ਼ਨਾਨ। ਰਾਜਨ, ਤੁਸੀਂ ਦੁਆਦਸ਼ੀ ਦਾ ਵਰਤ ਉਪਾਰਨ ਕਰਕੇ ਉਸ ਦਿਨ ਮੰਦਰ ਜਾਂਦੇ ਹੋ, ਉੱਥੇ ਫਿਰ ਸਾਲਗ੍ਰਾਮ ਦੀ ਪੂਜਾ ਕਰਕੇ ਚਰਨਾ ਮ੍ਰਿਤ ਲੈਂਦੇ ਹੋ, ਤੁਲਸੀ ਦੀ ਪੂਜਾ ਕਰਦੇ ਹੋ, ਫਿਰ ਆ ਕੇ ਘਰ ਪ੍ਰਸ਼ਾਦੇ ਛਕਦੇ ਹੋ। ਇਹਦੇ ਨਾਲ ਤੁਹਾਡਾ ਵਰਤ ਉਪਾਰਨ ਹੋ ਗਿਆ। ਸਾਡਾ ਜੋ ਵਰਤ ਹੈ, ਗੁਰੂ ਮਹਾਰਾਜ ਫਰਮਾਨ ਕਰਦੇ ਹੈ ਕਿ ਦੁਆਦਸ਼ੀ ਦਾਨ ਨਾਮ ਇਸ਼ਨਾਨ, ਦਾਨ ਕਰਨਾ, ਨਾਮ ਜਪਣਾ ਅਤੇ ਇਸ਼ਨਾਨ ਕਰਨਾ, ਕਿੰਨਾ ਕਿੰਨਾ ਫਲ ਹੈ। ਇੱਥੇ ਮੈਂ ਦੇਖਿਆ ਤੁਹਾਡੇ ਦੇਸ਼ ਦੇ ਅੰਦਰ ਅੰਮ੍ਰਿਤ ਵੇਲੇ ਕੋਈ ਨਹੀਂ ਉੱਠਦਾ, ਦਿਨ ਚੜੇ ਜਾ ਕੇ ਆਹ ਸਮੁੰਦਰ ਦੇ ਕਿਨਾਰੇ ਨਦੀਆਂ ਦੇ ਵਿੱਚ ਇਸ਼ਨਾਨ ਕਰਦੇ ਦੇਖੀਦੇ। ਸਾਡੇ ਸਤਿਗੁਰੂ ਜਿਹੜੇ ਨੇ, ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠਰ ਨਾਮ ਤੇ ਆਵੇ, ਉੱਦਮ ਕਰੇ ਭਲਕੇ ਪ੍ਰਵਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਵਿਖ ਪਾਪ ਦੋਖ ਲੈ ਜਾਵੇ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਨਾਮ ਤਿਆ। ਅਤੇ ਕਿੰਨਾ ਫਲ ਹੈ, ਪਾਤਸ਼ਾਹ ਦੱਸਦੇ ਨੇ ਕਿ ਜੇ ਕੋਈ ਪ੍ਰੇਮੀ ਪਹਿਰ ਰਾਤ ਰਹਿੰਦੀ ਉੱਠੇ, 3 ਘੰਟੇ ਦਿਨ ਚੜ੍ਹਨ ਤੋਂ ਪਹਿਲਾਂ, ਸੂਰਜ ਚੜ੍ਹਨ ਤੋਂ ਪਹਿਲਾਂ, ਤਾਂ ਉਹਦਾ ਜੋ ਫਲ ਹੈ 1000 ਗਊ ਪੁੰਨ ਕਰਨਾ ਜਾਂ 1.25 ਮਣ ਸੋਨਾ ਪੁੰਨ ਕਰਨ ਦਾ, ਉਹਦੀ ਵਿਧੀ ਹੋਇਆ ਕਰਦੀ ਹੈ ਵੀ ਇਸ਼ਨਾਨ ਕਿਵੇਂ ਕਰੀਦਾ। ਪਹਿਲੇ ਮਹਾਂਪੁਰਸ਼ ਦੱਸਿਆ ਕਰਦੇ ਸੀ ਵੀ ਇਸ਼ਨਾਨ ਕਰਨ ਦੀ ਆਹ ਵਿਧੀ ਹੁੰਦੀ ਆ ਭਾਈ, ਇਹ ਤਰੀਕੇ ਨਾਲ ਇਸ਼ਨਾਨ ਕਰਿਆ ਕਰੋ। ਇਹਦੇ ਨਾਲ ਹੁੰਦਾ ਕੀ ਹੈ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗ, ਮਨ ਵੀ ਅਰੋਗ ਹੋ ਜਾਏਗਾ ਅਤੇ ਤਨ ਵੀ ਅਰੋਗ ਹੋ ਜਾਏਗਾ, ਕਿਉਂਕਿ ਇੰਨਾ ਪੁੰਨ ਉਹਦੇ ਹਿੱਸੇ 'ਚ ਆ ਜਾਂਦਾ। ਭਾਵੇਂ ਗੁਰਮੁਖ ਜਿਹੜੇ ਨੇ ਨਿਸ਼ਕਾਮ ਕਰਮ ਕਰਦੇ ਨੇ, ਕਿਉਂਕਿ ਸਕਾਮ ਜੇ ਕਰਮ ਕਰਨ ਤਾਂ ਇਹ ਲੱਖਾਂ ਗੁਣਾਂ ਥੱਲੇ ਆ ਜਾਂਦੇ ਨੇ। ਕਿੱਥੇ ਆ ਜਾਂਦੇ ਨੇ, ਸਵਰਗਾਂ ਚਲੇ ਜਾਂਦੇ, 11-12 ਸਵਰਗ ਨੇ। ਜਿਹਾ ਜਿਹਾ ਕੋਈ ਪੁੰਨਦਾਨ ਕਰਦਾ, ਪੁੰਨਦਾਨ ਜੋ ਬੀਜਦੇ ਸਭ ਧਰਮ ਰਾਏ ਕੇ ਜਾ ਹੀ, ਉਹਨਾਂ ਨੂੰ ਫਲ ਭੋਗਣਾ ਹੀ ਪੈਣਾ। ਫਲ ਜਦ ਭੋਗਣ ਤੋਂ ਮੁੱਕ ਜਾਏਗਾ, ਚਾਹੇ 1 ਲੱਖ ਸਾਲ ਤੋਂ ਬਾਅਦ ਹੈ, ਚਾਹੇ 1 ਕਰੋੜ ਤੋਂ ਬਾਅਦ ਹੈ, ਮੁੜ ਕੇ ਇੱਥੇ ਹੀ ਫੇਰ ਆਉਣਾ ਪੈਂਦਾ, ਫਿਰ ਉਹੀ ਪੁੱਠਾ ਲੜਕਣਾ ਪੈਂਦਾ। ਜਿਹੜਾ ਨਿਸ਼ਕਾਮ ਕਰਮ ਕਰਕੇ ਗਿਆਨ ਦੀ ਪ੍ਰਾਪਤੀ ਕਰਕੇ ਆਪਣੀ ਆਤਮ ਸਥਿਤੀ 'ਚ ਆਤਮ ਸਰੂਪ ਨੂੰ ਜਾਣ ਕੇ ਪ੍ਰਭੂ ਦੇ ਨਾਲ ਜਿਹੜਾ ਇੱਕ ਵਿੱਕ ਹੋ ਗਿਆ, ਉਹ ਸੱਚਖੰਡ ਵਸੇ ਨਿਰੰਕਾਰ, ਕਰ ਕਰ ਵੇਖਾ ਨਦਰ ਨਿਹਾਲ, ਸੱਚਖੰਡ ਦੇ ਅੰਦਰ ਉਹਦਾ ਵਾਸਾ ਹੋ ਜਾਂਦਾ। ਅੰਤਰ ਗੁਰ ਆਰਾਧਣਾ, ਜੇਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰ ਨਾਉ, ਸਤਿਗੁਰ ਸੇਤੀ ਰਤਿਆ ਦਰਗੇ ਪਾਈ ਹੇਠਾਂ। ਜੋ ਨਿਰੰਕਾਰ ਦੀ ਦਰਗਾਹ ਹੈ ਉੱਥੇ ਵਾਸਾ ਹੋ ਜਾਂਦਾ। ਭਾਵੇਂ ਅਸੀਂ ਸਾਰੇ ਕਰਮ ਨਿਸ਼ਕਾਮ ਕਰਦੇ ਹਾਂ, ਪਰ ਫਿਰ ਵੀ ਜੇ ਪੁੰਨ ਕਿਸੇ ਨੇ ਲੈਣੇ ਨੇ, ਕਿਸੇ ਦੇ ਮਨ ਵਿੱਚ ਚਾਅ ਹੈ ਵੀ ਮੈਂ ਸਕਾਮ ਕਰਮ ਕਰਨੇ ਹੈ, ਤਾਂ 1.25 ਮਣ ਸੋਨੇ ਦਾ ਪੁੰਨ ਪਹਿਰ ਰਾਤ ਰਹਿੰਦੀ, 5 ਪਾਠ ਮੂਲ ਮੰਤਰ ਦੇ, 1 ਚਿੱਤ ਹੋ ਕੇ ਜਿਹੜਾ ਕਰਕੇ ਇਸ਼ਨਾਨ ਕਰਦਾ, ਮਨ ਇੱਧਰ ਉੱਧਰ ਦੌੜ ਨਹੀਂ ਦਿੰਦਾ, ਇੰਨੇ ਨਾਲ ਇੰਨਾ ਪੁੰਨ ਪ੍ਰਾਪਤ ਹੋ ਜਾਂਦਾ। 2 ਘੜੀ 50 ਮਿੰਟ ਬਾਅਦ ਜਿਹੜਾ ਫਿਰ ਇਸ਼ਨਾਨ ਕਰਦਾ, ਇਸੇ ਵਿਧੀ ਦੇ ਨਾਲ ਉਹਨੂੰ 1.25 ਮਣ ਚਾਂਦੀ ਦਾ ਪੁੰਨ ਪ੍ਰਾਪਤ ਹੋ ਜਾਂਦਾ। ਉਸ ਤੋਂ ਬਾਅਦ ਜਿਹੜਾ ਫਿਰ 2 ਘੜੀ ਬਾਅਦ ਇਸ਼ਨਾਨ ਕਰਦਾ, 1 ਘੜੀ ਬਾਅਦ ਉਹਨੂੰ 1.25 ਮਣ ਤਾਂਬੇ ਦਾ, ਜਿਹੜਾ 2 ਘੜੀਆਂ ਸੂਰਜ ਚੜ੍ਹਨ ਤੋਂ ਪਹਿਲਾਂ 48 ਮਿੰਟ ਪਹਿਲਾਂ ਇਸ਼ਨਾਨ ਕਰਦਾ, ਉਹਨੂੰ ਪ੍ਰਾਤਾ ਕਾਲ ਕਹਿੰਦੇ ਨੇ। ਉਸ ਵੇਲੇ ਜਿਹੜਾ ਇਸ਼ਨਾਨ ਕਰਦਾ, ਉਹਨੂੰ 1.25 ਮਣ ਅੰਨ ਪੁੰਨ ਕਰਨ ਦਾ ਜਾਂ ਦੁੱਧ ਪੁੰਨ ਕਰਨ ਦਾ ਫਲ ਪ੍ਰਾਪਤ ਹੋ ਜਾਂਦਾ ਇਸ ਵਿਧੀ ਦੇ ਨਾਲ ਜਿਹੜਾ ਇਸ਼ਨਾਨ ਕਰਦਾ। ਰਾਮਦਾਸ ਸਰੋਵਰ ਨਾਤੇ ਕੋਈ ਇਹ ਸ਼ਬਦ ਪੜ੍ਹਦਾ, ਕੋਈ 5 ਮੂਲ ਮੰਤਰ ਦੇ ਪਾਠ ਕਰਦਾ, ਚਿੱਤ ਨੂੰ ਇਕਾਗਰ ਕਰਨਾ, ਮਨ ਨੂੰ ਦੌੜਨ ਨਾ ਦੇਣਾ, ਇਹ ਸ਼ਰਤ ਹੋਇਆ ਕਰਦੀ। ਇਹ ਚੀਜ਼ ਔਖੀ ਹੈ ਥੋੜ੍ਹੀ ਜਿਹੀ, ਕਿਉਂਕਿ ਮਨ ਨਹੀਂ ਟਿਕਿਆ ਕਰਦਾ, ਦੌੜਦਾ। ਸੋ ਇਸ ਤਰ੍ਹਾਂ ਦੇ ਨਾਲ ਜਿਹੜਾ ਦਿਨ ਚੜ੍ਹੇ ਇਸ਼ਨਾਨ ਕਰਦਾ, ਉਹਨੂੰ ਨਾ ਪਾਪ ਹੈ ਨਾ ਪੁੰਨ ਹੈ, ਸਰੀਰ ਦੀ ਸਫਾਈ ਕਰਦਾ। ਸੋ ਇਸ ਤਰ੍ਹਾਂ ਦੇ ਨਾਲ ਕਹਿੰਦੇ ਇਸ਼ਨਾਨ
ਸਾਨੂੰ ਗੁਰੂ ਮਹਾਰਾਜ ਦੱਸਦੇ ਨੇ ਕਿ ਕਰ ਇਸ਼ਨਾਨ ਸਿਮਰ ਪ੍ਰਭਵ। ਅਸੀਂ ਫਲ ਨਹੀਂ ਚਾਹੁੰਦੇ, ਅਸੀਂ ਪਰਮੇਸ਼ਰ ਦੀ ਯਾਦ ਵਾਸਤੇ, ਸਰੀਰ ਨੂੰ ਸਾਵਧਾਨ ਕਰਨ ਵਾਸਤੇ ਇਸ਼ਨਾਨ ਕਰਦੇ, ਉਹਦੇ ਬਾਅਦ ਪ੍ਰਭੂ ਦੀ ਯਾਦ ਵਿੱਚ ਬਹਿ ਜਾਂਦੇ, ਫਿਰ ਸਾਡੇ ਅੰਦਰ ਪ੍ਰਭੂ ਦੀ ਖਿੱਚ ਪੈਦਾ ਹੁੰਦੀ ਹੈ, ਦਿਨ ਦਾ ਥਕੇਵਾ ਖਤਮ ਹੁੰਦਾ, ਉਸ ਵੇਲੇ ਸਾਡੀ ਬਿਰਤੀ ਰੱਬ ਦੇ ਪਰਮੇਸ਼ਰ ਵੱਲ ਨੂੰ ਐਂ ਜਾਂਦੀ ਹੈ ਜਿਵੇਂ ਚਮਕ ਪੱਥਰ ਨੂੰ ਲੋਹਾ ਧੂ ਧੂ ਕੇ ਦੌੜ ਦੌੜ ਕੇ ਜਾਂਦਾ, ਐਂ ਅਸੀਂ ਜਾ ਕੇ ਉਹਦੇ ਨਾਮ ਦੀ ਧੁੰਨ ਦੇ ਨਾਲ ਲੱਗ ਜਾਂਦੇ ਹਾਂ, ਫਿਰ ਸਾਡਾ ਮਨ ਉਹਦੇ ਨਾਲ ਚਿੰਬੜ ਜਾਂਦਾ, ਫਿਰ ਅਸੀਂ ਬਾਹਰ ਨਹੀਂ ਆਉਂਦੇ। ਦੂਸਰਾ ਹੈ ਦਾਨ। ਦਾਨ ਆਪਣੀ ਕਿਰਤ ਕਰਕੇ, ਸ਼ੁਭ ਕਿਰਤ ਦੇ ਕੁਰਤ ਦੇ ਕਿਰਤ ਦੇ ਵਿੱਚੋਂ ਦਸਵੰਧ ਅਸੀਂ ਗੁਰੂ ਦੇ ਲੇਖੇ ਦਿੰਦੇ। ਖੇਤੀ ਕਰਨ ਵਾਲਾ ਬੰਦਾ ਹੈ, ਦੁਕਾਨ ਕਰਨ ਵਾਲਾ, ਖੇਤੀ ਕਰਨ ਵਾਲਾ 100 ਰੁਪਈਏ 'ਚੋਂ 1 ਰੁਪਈਆ ਕੱਢੇ, ਉਹਦਾ ਦਸਵੰਧ ਹੋ ਜਾਂਦਾ, ਕਿਉਂਕਿ 10% ਤੋਂ ਵੱਧ ਖੇਤੀ 'ਚ ਬਚਿਆ ਨਹੀਂ ਕਰਦਾ, ਉਹ ਵੀ ਆਪਣੀ ਮਿਹਨਤ 'ਤੇ ਬਚਦੀ ਹੈ। ਉਹਦਾ ਕਾਰਨ ਇਹ ਹੈ ਕਿ ਚੀਜ਼ਾਂ ਖਾਣ ਵਾਲੇ ਭਾਅ ਬਣਦੇ ਨੇ, ਵੇਚਣ ਵਾਲਿਆਂ ਦੇ ਹੱਥ ਵਿੱਚ ਨਹੀਂ ਹੈ ਭਾਅ ਬਣ। ਬਾਕੀ ਜਿੰਨੀਆਂ ਚੀਜ਼ਾਂ ਨੇ, ਜਿੰਨੀਆਂ ਦੁਕਾਨਾਂ ਨੇ, ਜਿੰਨੀਆਂ ਇੰਡਸਟਰੀਆਂ ਨੇ, ਇਹ ਪੈਦਾ ਕਰਨ ਵਾਲਾ ਤਾਂ ਭਾਅ ਬਣਦਾ, ਖਾਣ ਵਾਲਾ ਵਰਤਣ ਵਾਲਾ ਨਹੀਂ ਕਹਿੰਦਾ ਵੀ ਮੈਂ ਗੱਡੀ ਇੰਨੇ ਦੀ ਲੈਣੀ ਹੈ, ਉੱਥੋਂ ਲਿਖਿਆ ਲਿਖਾਇਆ ਆਉਂਦਾ ਵੀ ਇੰਨੇ ਦੀ ਗੱਡੀ ਅਸੀਂ ਵੇਚਣੀ ਹੈ, ਉਹ ਸਿਆਣੇ ਨੇ, ਕੰਟਰੋਲ ਹੈ ਉਹਨਾਂ ਕੋਲ। ਸੋ ਉਹਨਾਂ ਦਾ ਜਿੰਨੇ ਪਰਸੈਂਟ ਪ੍ਰੋਫਿਟ ਲੈਂਦੇ ਨੇ, ਉਹਦੇ ਵਿੱਚੋਂ ਇਮਾਨਦਾਰੀ ਨਾਲ 10ਵਾਂ ਹਿੱਸਾ ਕੱਢਣਾ, ਉਹਨਾਂ ਦਾ ਦਸਵੰਧ ਹੋਇਆ ਕਰਦਾ। ਜਿਹੜਾ ਦਸਵੰਧ ਗੁਰੂ ਦਾ ਦਿੰਦਾ ਨਹੀਂ ਹੈ, ਉਦੋਂ ਫਿਰ ਬਿਮਾਰੀਆਂ, ਰਾਜ ਦੰਡ, ਟੈਕਸ ਪੈ ਜਾਣੇ, ਰਾਜੇ ਦਾ ਦੰਡ ਪੈ ਜਾਣਾ, ਚੋਰ ਲੱਗ ਆ ਜਾਣੇ, ਕੋਈ ਐਕਸੀਡੈਂਟ ਹੋ ਜਾਣੇ, ਮਸ਼ੀਨਾਂ ਟੁੱਟ ਜਾਣੀਆਂ, ਹੋਰ ਵੀ ਸਿਆਪੇ ਹੁੰਦੇ ਨੇ, ਉਹ ਫਿਰ ਲੈ ਜਾਂਦੇ ਨੇ, ਨਾਲੇ ਦੁਖੀ ਕਰਦੇ ਨੇ। ਸੋ ਸਾਡੇ ਗੁਰੂ ਨੇ ਕਿਹਾ ਕਿ ਭਾਈ ਸ਼ੁੱਧ ਕਮਾਈ ਦਾ 10ਵਾਂ ਹਿੱਸਾ ਕੱਢੋ, ਕਾਲ ਖਾਏ ਕਿ ਛੇਤੋਂ ਦੇ, ਨਾਨਕ ਰਾਹ ਪਛਾਣੇ ਸੀ, ਉਹਨੂੰ ਰਾਹ ਦੀ ਪਛਾਣ ਆਏਗੀ। ਦੂਸਰਾ ਦਾਨ ਸਾਡਾ ਹੁੰਦਾ, ਅਸੀਂ ਸਤੋ ਗੁਣ ਦਾਨ ਕਰਦੇ ਹਾਂ, ਤਮੋ ਗੁਣ ਅਤੇ ਰਜੋ ਗੁਣੀ ਦਾਨ ਨਹੀਂ ਕਰਦੇ। ਤਮੋ ਗੁਣੀ ਹੁੰਦਾ ਮਜਬੂਰੀ ਨਾਲ ਪੈਸਾ ਕਢਾਇਆ ਹੋਇਆ, ਕਹਿ ਕੇ ਵੀ 500 ਰੁਪਈਆ ਦੇ ਅਤੇ ਨਹੀਂ ਮੈਂ ਤੈਨੂੰ ਸ਼ਰਾਬ ਦੇ ਦੂੰ, ਤੇਰਾ ਕੰਮ ਨਹੀਂ ਚੱਲਣਾ, ਡਰਾ ਕੇ ਕੱਢ ਲੈਣਾ ਪੈਸਾ, ਇਹ ਤਮੋ ਗੁਣ ਦਾਨ। ਇਹ ਲੈਣ ਵਾਲਾ ਵੀ ਦੋਸ਼ੀ, ਦੇਣ ਵਾਲਾ ਵੀ ਦੋਸ਼ੀ, ਇਹਦਾ ਕੋਈ ਫਲ ਨਹੀਂ ਹੋਇਆ ਕਰਦਾ, ਖੇਚਲ ਪੱਲੇ ਪੈਂਦੀ। ਰਜੋ ਗੁਣ ਦਾਨ ਹੁੰਦਾ ਆਪਣੀ ਪ੍ਰਸਿੱਧੀ ਵਾਸਤੇ, ਪੱਥਰ ਲਵਾਉਣੇ, ਅਰਦਾਸਾਂ ਕਰਾਉਣੀਆਂ, ਪਤਾ ਲੱਗ ਜਾਵੇ ਵੀ ਮੈਂ ਇੰਨੇ ਪੈਸੇ ਦਿੱਤੇ। ਸੋ ਇਹਦਾ ਫਲ ਜਿਹੜਾ ਉਨੀ ਕੁ ਖੁਸ਼ੀ ਹੁੰਦੀ ਹੈ ਵੀ ਪਤਾ ਲੱਗ ਗਿਆ ਵੀ ਮੈਂ 10,000 ਰੁਪਈਆ ਦਿੱਤਾ, ਲੋਕਾਂ ਨੇ ਕਿਹਾ ਵਾਹ ਵਾਹ ਵਾਹ। ਸਤੋ ਗੁਣ ਦਾਨ ਉਹ ਹੁੰਦਾ ਹੈ ਵੀ ਖੱਬੇ ਹੱਥ ਨੂੰ ਨਾ ਪਤਾ ਲੱਗੇ ਵੀ ਸੱਜੇ ਹੱਥ ਨੇ ਕੀ ਦਿੱਤਾ, ਜੇਬ ਨੂੰ ਨਾ ਪਤਾ ਲੱਗੇ ਮੈਂ ਕਿੰਨਾ ਦੇ ਤਾ, ਇਹ ਸਹਿਜ ਦਾਨ ਹੋਇਆ ਕਰਦਾ। ਸੋ ਅਸੀਂ ਆਪਣੀ ਕਮਾਈ 'ਚੋਂ ਦਾਨ ਕੱਢਦੇ ਹਾਂ। ਦੂਸਰਾ ਦਾਨ ਹੁੰਦਾ ਸਾਡਾ ਸੋ ਬਚਨਾਂ ਦਾ, ਵਾਹਿਗੁਰੂ ਨੇ ਕਿਸੇ ਨੂੰ ਮੱਤ ਦਿੱਤੀ ਹੈ, ਉਹ ਬਚਨਾਂ ਦੇ ਨਾਲ ਦੂਸਰਿਆਂ ਦਾ ਅੰਧਕਾਰ ਦੂਰ ਕਰੇ, ਸ਼ੁੱਧ ਰਸਤੇ 'ਤੇ ਪਾਵੇ, ਦੱਸੇ ਵੀ ਇਹ। ਤੀਸਰਾ ਹੁੰਦਾ ਹੈ ਸਾਡਾ ਮਾਨਸਿਕ ਦਾਨ, ਮਨ ਦੇ ਨਾਲ ਅਸੀਂ ਚਾਹੁੰਦੇ ਹਾਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਕਾ ਭਲਾ ਮੰਗਦੇ ਹਾਂ, ਸੰਸਾਰ ਦਾ ਬੁਰਾ ਕਿਸੇ ਦਾ ਨਹੀਂ ਮੰਗਦੇ, ਫੁਰਨਾ ਕਰਦੇ ਹਾਂ ਵੀ ਵਾਹਿਗੁਰੂ ਇਹਦਾ ਭਲਾ ਕਰ, ਦੁਖੀ ਹੈ। ਬੁੱਧੀ ਦੇ ਨਾਲ ਅਸੀਂ ਭਲਾ ਕਰਦੇ ਹਾਂ, ਬੁੱਧੀ ਦਿੱਤੀ ਹੈ ਪਰਮੇਸ਼ਰ ਨੇ, ਬੇਅੰਤ ਕੰਮ ਨੇ, ਕੋਈ ਇੰਜੀਨੀਅਰ ਹੈ, ਕੋਈ ਡਾਕਟਰ ਹੈ, ਕੋਈ ਮਾਸਟਰ ਹੈ, ਕੋਈ ਹੋਰ ਹੈ, ਜਿਹੀ ਜੀ ਬੁੱਧੀ ਦਿੱਤੀ ਹੈ ਉਹ ਬੁੱਧੀ ਦੇ ਨਾਲ ਸੇਵਾ ਕਰਨੀ, ਉਹ ਬੁੱਧੀ ਦਾ ਦਾਨ ਹੋਇਆ ਕਰਦਾ। ਇਹਦੇ ਉੱਤੇ ਹੁੰਦਾ ਹੈ ਜਿਸ ਨੂੰ ਆਤਮਕ ਦਾਨ ਕਹਿੰਦੇ ਨੇ, ਜੀ ਦਾਨ ਕਹਿੰਦੇ ਨੇ, ਉਹ ਸਾਧੂ ਸੰਤ ਕਰਦੇ ਹੁੰਦੇ ਨੇ, ਜੀ ਦਾਨ ਦੇ ਭਗਤੀ ਲਾਇਨ ਹਰ ਸਿਓ ਲਾਇਨ ਮਿਲਾਏ, ਪਰਮੇਸ਼ਰ ਦੇ ਨਾਲ ਮਿਲਾ ਦਿੰਦੇ। ਸੋ ਇਸ ਤਰ੍ਹਾਂ ਬਾਕੀ ਨਾਮ ਹੈ, ਨਾਮ ਦੀ ਜੋ ਜੁਗਤ ਸਾਨੂੰ ਸਤਿਗੁਰੂ ਦੱਸਦੇ ਹੈ ਕਿ ਪਹਿਲਾਂ ਵਿਸ਼ਵਾਸ ਕਰੋ ਕਿ ਵਾਹਿਗੁਰੂ ਹਾਜ਼ਰ ਨਾਜ਼ਰ ਹੈ, ਉਹ ਦੇਖਦਾ। ਜਦ ਤੁਸੀਂ ਇਸ ਵਿਸ਼ਵਾਸ 'ਚ ਆਓਗੇ ਤੁਹਾਡਾ ਮਨ ਕਿਵੇਂ ਨੱਠ ਜਾਏਗਾ, ਡਰ ਨਹੀਂ ਲੱਗੇਗਾ। ਇੱਕ ਮਹਾਤਮਾ ਦੇ ਸਾਹਮਣੇ ਬੈਠੇ ਤੁਸੀਂ ਇੱਧਰ ਉੱਧਰ ਝਾਕੀ ਜਾਂਦੇ ਹੋ, ਡਰ ਲੱਗਦਾ ਹੈ ਵੀ ਸੰਤ ਕੀ ਕਹਿਣਗੇ, ਜਦੋਂ ਕਰੋੜਾਂ ਬ੍ਰਹਮੰਡਾਂ ਦੇ ਮਾਲਕ ਵਾਹਿਗੁਰੂ ਦੀ ਹਜ਼ੂਰੀ 'ਚ ਬੈਠ ਗਏ, ਫਿਰ ਮਨ ਦੌੜਦਾ, ਫਿਰ ਤਾਂ ਬੇਅਦਬੀ ਕਰ ਰਹੇ ਹਾਂ, ਉਸਦੀ ਕੋਰਟ ਵਿੱਚ ਬੈਠ ਕੇ ਅਸੀਂ ਕੰਟੈਂਪਟ ਆਫ ਕੋਰਟ ਕਰ ਰਹੇ ਹਾਂ, ਕਿਉਂਕਿ ਇਹ ਤਾਂ ਕਰ ਰਹੇ ਹਾਂ, ਅਸੀਂ ਮੰਨਿਆ ਨਹੀਂ ਵੀ ਅਸੀਂ ਸਾਨੂੰ ਵਾਹਿਗੁਰੂ ਦੇਖ ਰਹੇ। ਪੇਖਤ ਸੁਨਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ। ਪਹਿਲਾਂ ਸਾਨੂੰ ਵਿਸ਼ਵਾਸ ਕਰਾਉਂਦੇ ਨੇ ਗੁਰੂ ਵੀ ਭਾਈ ਬੰਦਗੀ ਕਰਨੀ ਹੈ, ਪਹਿਲਾਂ ਵਿਸ਼ਵਾਸ ਚਾ ਵਾਹਿਗੁਰੂ ਮੇਰੇ ਨਾਲ ਹੈ, ਇਹ ਉਹਦਾ ਨਾਮ ਹੈ, ਇਸ ਨਾਮ ਦੇ ਰਾਹੀਂ ਮੈਂ ਉਹਦੇ ਕੋਲ ਪਹੁੰਚਣਾ, ਇਹ ਪੌੜੀ ਹੈ। ਸੋ ਇਸ ਕਰਕੇ ਅਸੀਂ ਸ਼ੌਕ ਦੇ ਨਾਲ ਫਿਰ ਨਾਮ ਜਪਦੇ ਹਾਂ, ਆਪ ਜਪਦੇ ਹਾਂ ਅਤੇ ਦੂਸਰਿਆਂ ਨੂੰ ਵੀ ਜਪਾਉਂਦੇ ਹਾਂ। ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੇ ਅਵਰਾ ਨਾਮ ਜਪ। ਸੋ ਇਸ ਤਰ੍ਹਾਂ ਦੇ ਨਾਲ ਦੁਆਦਸੀ ਦਾਨ ਨਾਮ ਇਸ਼ਨਾਨ, ਹਰ ਕੀ ਭਗਤ ਕਰੋ ਤਜ ਮਾਨ, ਮਾਨ ਤੱਜ ਕੇ ਭਗਤੀ ਕਰਦੇ, ਹਰ ਅੰਮ੍ਰਿਤ ਪਾਨ ਕਰੋ ਸਾਧ ਸੰਗ, ਸੰਗਤ ਚਾ ਕੇ ਗੁਰੂ ਦੀ ਸੰਗਤ ਚਾ ਕੇ ਅਸੀਂ ਨਾਮ ਦਾ ਅੰਮ੍ਰਿਤ ਪੀਂਦੇ ਹਾਂ, ਫਿਰ ਮਨ ਤ੍ਰਿਪਤਾਸਾ ਕੀਰਤਨ ਪ੍ਰਭ ਰੰਗ।
ਜਦੋਂ ਪ੍ਰਭੂ ਦਾ ਪਿਆਰ ਦੇ ਨਾਲ, ਪ੍ਰਭੂ ਦੇ ਪਿਆਰ ਨਾਲ ਅਸੀਂ ਕੀਰਤਨ ਕਰਦੇ ਹਾਂ, ਫਿਰ ਸਾਡਾ ਮਨ ਜਿਹੜਾ ਇਹਦੀ ਪਿਆਸ ਮਿਟ ਜਾਂਦੀ ਹੈ। ਕਮਲ ਬਾਣੀ ਸਭ ਕੋ ਸੰਤੋਖ, ਕੋਮਲ ਬਾਣੀ ਜਿਹੜੀ ਅਸੀਂ ਕੋਮਲ ਬਾਣੀ ਬੋਲਦੇ ਹਾਂ, ਸਾਡੇ ਨਾਲ ਕ੍ਰੋਧ ਵਿੱਚ ਵੀ ਕੋਈ ਆਇਆ ਹੋਵੇ ਉਹਦੇ ਮਨ ਵਿੱਚ ਵੀ ਸੰਤੋਖ ਆ ਜਾਂਦਾ। ਪੰਚਮੂ ਆਤਮਾ ਹਰ ਨਾਮ ਰਸ ਸੁੱਖ, ਸੋ ਗੁਰਪੂਰੇ 'ਤੇ ਨਿਚੋ ਪਾਈਐ ਨਾਨਕ ਰਾਮ ਰਮਤ ਫਿਰ ਜੋਨ ਨਾ ਆਈਏ। ਸੋ ਅਸੀਂ ਇਹ ਜਿਹੜਾ ਤੁਸੀਂ ਵਰਤ ਉਪਾਰਨ ਕਰਦੇ ਹੋ, ਚਰਨਾ ਮ੍ਰਿਤ ਲੈ ਕੇ ਅਸੀਂ ਵਰਤ ਇਸ ਤਰ੍ਹਾਂ ਦੇ ਨਾਲ ਉਪਾਰਨ ਕਰਦੇ ਹਾਂ। ਸੋ ਗੁਰਮੁਖ ਨਾਮਦਾਨ ਇਸ਼ਨਾਨ, ਇਹਨੂੰ ਅਸੀਂ ਦ੍ਰਿੜ ਕਰਦੇ ਹਾਂ, ਮਾਨ ਤੋਂ ਰਹਿਤ ਹੋ ਕੇ ਭਗਤੀ ਕਰਦੇ ਹਾਂ, ਸੰਗਤ ਵਿੱਚ ਆ ਕੇ ਬਾਣੀ ਦਾ ਅੰਮ੍ਰਿਤ ਹਿਰਦੇ 'ਚ ਪਾਨ ਕਰਦੇ, ਹਰੀ ਦਾ ਜਸ ਕਰਕੇ ਮਨ ਨੂੰ ਤ੍ਰਿਪਤ ਕਰਦੇ ਹਾਂ। ਜੀਵ ਆਤਮਾ ਹਰਨਾਮ ਰਸ ਦੇ ਵਿੱਚ ਮਸਤ ਹੋ ਜਾਂਦੀ ਹੈ, ਸੰਤੋਖ ਧਾਰਨ ਕਰਕੇ ਕੋਮਲ ਬਾਣੀ ਬੋਲਦੇ ਹਾਂ। ਸੋ ਇਹ ਫਲ ਕਿ ਸਾਰੇ ਵਾਹਿਗੁਰੂ ਹੈ, ਇਹ ਸਾਨੂੰ ਗੁਰੂ ਤੋਂ ਪ੍ਰਾਪਤ ਹੁੰਦਾ ਹੈ, ਅਤੇ ਇਹਦਾ ਨਤੀਜਾ ਕੀ ਹੁੰਦਾ ਰਾਜਨ, ਫਿਰ ਅਸੀਂ ਜਨਮ ਮਰਨ ਵਿੱਚ ਨਹੀਂ ਆਉਂਦੇ। ਸੋ ਇਸ ਤਰ੍ਹਾਂ ਦਾ ਜਦੋਂ ਉਪਦੇਸ਼ ਦਿੱਤਾ, ਕਹਿਣ ਲੱਗੇ ਤੁਹਾਡੇ ਜੋ ਬਚਨ ਨੇ, ਇੱਕ ਇੱਕ ਬਚਨ ਮੇਰੇ ਹਿਰਦੇ 'ਚ ਲਹਿੰਦਾ ਤੁਰਿਆ ਜਾਂਦਾ। ਤੂੰ ਕਿਰਪਾ ਕਰਕੇ ਮਨਸੁਖ ਜੀ ਤੁਸੀਂ ਇਹ ਦੱਸ ਸਕਦੇ ਹੋ ਕਿ ਇਹ ਜਿਹੜੇ ਠਾਕੁਰ ਜੀ ਦਾ ਤੁਸੀਂ ਜ਼ਿਕਰ ਕਰਦੇ ਹੋ, ਜਿਸ ਸਾਲਗ੍ਰਾਮ ਦਾ ਤੁਸੀਂ ਜ਼ਿਕਰ ਕਰਦੇ ਹੋ, ਉਹ ਰਹਿੰਦਾ ਕਿੱਥੇ ਹੈ? ਕੋਈ ਥਾਂ ਟਿਕਾਣਾ ਤਾਂ ਉਹਦਾ ਹੋਣਾ ਹੀ ਹੈ। ਸੋ ਉਹਦਾ ਜਵਾਬ ਇਸ ਤਰ੍ਹਾਂ ਦੇ ਨਾਲ ਦਿੰਦੇ, ਬਣਾ ਪਰਬਤਾਂ ਦਰਖਤਾਂ ਵਿੱਚ ਤੂੰ ਹੀ ਹੈ, ਜਾਵਾਂ ਬਲਿਹਾਰ ਮਾਲਕਾ, ਪਰਬਤਾਂ ਦਰਖਤਾਂ ਵਿੱਚ ਤੂੰ ਹੀ ਹੈ, ਜਾਵਾਂ ਬਲਿਹਾਰ ਮਾਲਕਾ। ਘਟ ਘਟ ਵਿਆਪ ਰਿਹਾ ਭਗਵਾਨ, ਧਰਨ ਮਾਹੇ ਆਕਾਸ਼ ਪਿਆਲ, ਸਰਵ ਲੋਕ ਪੂਰਨ ਪ੍ਰਤਪਾਲ, ਬਨ ਤਿੰਨ ਪਰਬਤ ਹੈ ਪਾਰ ਬ੍ਰਹਮ,
ਜੈਸੀ ਆਗਿਆ ਤੈਸਾ ਕਰਮ। ਪੌਣ ਪਾਣੀ ਬੈ ਸੰਤਰ ਮਾਹੇ, ਚਾਰ ਕੁੰਟ ਦੈ ਦਿਸੇ ਸਮਾਏ, ਤਿਸਤੇ ਪਿੰਨ ਨਾਹੀ ਕੋਠੋਂ, ਗੁਰ ਪ੍ਰਸ਼ਾਦ ਨਾਨਕ ਸੁਖ। ਕਹਿੰਦੇ ਰਾਜਨ ਕਿੱਥੇ ਦੱਸੀਏ ਵੀ ਫਲਾਣੇ ਥਾਂ ਨਹੀਂ ਹੈ, ਉਹ ਤਾਂ ਹਰ ਤਾਂ ਦੇ ਉੱਤੇ ਹੈ। ਚਾਰ ਕੁੰਟ ਚੌਦਾ ਭਵਨ ਸਗਲ ਵਿਆਪਤ ਰਾਮ, ਨਾਨਕ ਊਨ ਨਾ ਦੇਖੀਏ ਪੂਰਨਤਾ ਕੇ ਕਾਂ। ਜੇ ਅਸੀਂ ਕਹਿਤਾ ਮਨੁੱਖਾਂ ਸਾਰਿਆਂ 'ਚ ਉਹੀ ਹੈ, ਫਿਰ ਬਾਕੀਆਂ 'ਚ ਤਾਂ ਨਾ ਹੋਇਆ। ਕਹਿੰਦੇ ਸਾਰੇ ਹੀ ਹੈ ਉਹ। ਚੌਦਾਂ ਚਾਰ ਕੁੰਟ ਪ੍ਰਭ ਆਪ, ਸਗਲ ਭਵਨ ਪੂਰਨ ਪ੍ਰਤਾਪ, ਦਸੇ ਦਿਸ਼ਾ ਰਵਿਆ ਪ੍ਰਭੇ। ਇੱਦੂ ਗਾਹਾਂ ਮਹਾਰਾਜ ਸਾਨੂੰ ਕੀ ਦੱਸਦੇ, ਇਹਨੂੰ ਕਹਿੰਦੇ ਆ ਗੁਰ ਕਾ ਸ਼ਬਦ, ਵੀ ਇਹਨੇ ਗੁਰੂ ਦਾ ਸ਼ਬਦ ਕਮਾ ਲਿਆ। ਜਿਹਨੇ ਗੁਰੂ ਦਾ ਸ਼ਬਦ ਕਮਾ ਲਿਆ ਉਹਦੇ ਅਗਿਆਨ ਦੇ ਛੌੜ ਕੱਟੇ ਗਏ ਸਾਸਿੰਗ ਜੀ। ਇਹ ਸ਼ਬਦ ਨੂੰ ਕਮਾਈ ਕਮਾਉਣ ਵਾਸਤੇ ਅਸੀਂ ਭਜਨ ਬੰਦਗੀ ਦਾਨ ਪੁੰਨ ਜਾਗਣਾ ਸੇਵਾ ਸਭ ਇਹ ਸ਼ਬਦ ਨੂੰ ਕਮਾਉਣ ਵਾਸਤੇ ਕਰਦੇ। ਦਸੇ ਦਿਸਾ ਰਵਿਆ ਪ੍ਰਭੇ, ਤਾਰਨ ਆਕਾਸ਼ ਸਭ ਮੈਂ ਪ੍ਰਾਪੇ, ਜਲ ਥਲ ਬਣ ਪਰਬਤ ਪਤਾਲ, ਪਰਮੇਸ਼ਰ ਤੈ ਵਸੇ ਦਿਆਲ। ਹਰ ਥਾਂ ਦੇ ਉੱਤੇ ਕਹਿੰਦੇ ਵਸਦਾ ਸੂਖਮ ਸਥੂਲ ਸਗਲ ਭਗਵਾਨ, ਨਾਨਕ ਗੁਰਮੁਖ ਬਰਮ ਪਛਾਣ। ਕਹਿਣ ਲੱਗੇ ਦੱਸੋ ਕਿੱਥੇ ਕਹੀਏ ਵੀ ਉੱਥੇ ਨਹੀਂ ਹੈ, ਉਹ ਤਾਂ ਸਾਰੇ ਹੈ ਰਾਜਨ। ਕਹਿੰਦੇ ਪੂਰੇ ਗੁਰੂ ਤੋਂ ਬਗੈਰ ਇਹਨੂੰ ਕਹਿੰਦੇ ਨੇ ਇਸ ਅਨੁਭਵ ਨੂੰ ਨਾਮ ਪ੍ਰਾਪਤ ਹੋ ਗਿਆ। ਜਿਹਨੂੰ ਇਹ ਅਨੁਭਵ ਪ੍ਰਾਪਤ ਹੋ ਕੇ ਪੱਕਾ ਹੋ ਗਿਆ ਪੂਰਨ ਪ੍ਰੇਮ ਪ੍ਰਭਾਵ ਬਿਨਾਂ ਪਤ ਸਿਉਂ ਕਿਨ ਸ੍ਰੀ ਪਦਮਾ ਪਤ ਪਾਇਓ, ਉਹਨੂੰ ਸਮਝ ਲਓ ਵੀ ਨਾਮ ਪ੍ਰਾਪਤ ਹੋ ਗਿਆ। ਜਿਹਨੂੰ ਨਾਮ ਪ੍ਰਾਪਤ ਹੋ ਗਿਆ ਉਹਦੇ ਅਗਿਆਨ ਦਾ ਹਨੇਰਾ ਨਾਸ਼ ਹੋ ਗਿਆ, ਦੂਰ ਹੋ ਗਿਆ। ਜਦੋਂ ਅਗਿਆਨ ਦੂਰ ਹੋ ਗਿਆ ਫਿਰ ਸਾਰੀਆਂ ਘਟਾਂ 'ਚ ਉਹਦੇ ਦਰਸ਼ਨ ਆਉਣੇ ਸ਼ੁਰੂ ਹੋ ਗਏ, ਫਿਰ ਬੱਜਰ ਕਪਾਟ ਖੁੱਲ੍ਹ ਗਏ। ਕਈ ਇਸ ਭੁਲੇਖੇ 'ਚ ਰਹਿੰਦੇ ਨੇ ਵੀ ਅੰਦਰ ਖਬਨੀ ਸਾਡੇ ਪੱਥਰ ਦੇ ਦਰਵਾਜ਼ੇ ਲੱਗੇ ਹੋਏ ਨੇ, ਨਾ ਭਰਮ ਦੇ ਦਰਵਾਜ਼ੇ ਨੇ ਸਾਧ ਸਿੰਘ ਜੀ, ਭਰਮ ਪਿਆ ਹੋਇਆ। ਇਹ ਭਰਮ ਦਾ ਨਾਸ਼ ਨਹੀਂ ਹੁੰਦਾ, ਗੁਰੂ ਦੀ ਕਿਰਪਾ ਹੋਵੇ ਤਾਂ ਭਰਮ ਦਾ ਨਾਸ਼ ਹੁੰਦਾ। ਗੁਰੂ ਤੋਂ ਬਗੈਰ ਇਹ ਚੀਜ਼ ਮਿਲਿਆ ਨਹੀਂ ਕਰਦੀ। ਜਿਹਦਾ ਭਰਮ ਨਾਸ਼ ਹੋ ਗਿਆ ਪੂਰੇ ਗੁਰੂ ਨੂੰ ਮਿਲ ਕੇ, ਉਹਨੂੰ ਦਰਗਾਹ ਦੇ ਵਿੱਚ ਫਿਰ ਵਿਸ਼ਰਾਮ ਮਿਲ ਗਿਆ, ਇੱਥੇ ਵੀ ਮਿਲ ਗਿਆ ਅਤੇ ਦਰਗਾਹ ਵਿੱਚ ਵੀ ਮਿਲਿਆ। ਨਗੁਰੇ ਪੁਰਸ਼ ਨੂੰ ਨਹੀਂ ਮਿਲਦਾ, ਇਸ ਕਰਕੇ ਨਗੁਰੇ ਕਾ ਹੈ ਨੌਂ ਵਰਾ, ਮਨੁੱਖ ਦਾ ਜਾਮਾ ਵੀ ਧਾਰਨ ਕਰਿਆ। ਕਹਿੰਦੇ ਰਾਜਨ ਤੁਸੀਂ ਕੋਈ ਗੁਰੂ ਕਰਿਆ? ਕਹਿਣ ਲੱਗੇ ਮਨਸੁਖ ਜੀ ਇਹ ਤਾਂ ਮੈਂ ਪਹਿਲੀ ਵਾਰੀ ਸੁਣੀ ਆ ਅੱਜ ਗੱਲ, ਅਸੀਂ ਤਾਂ ਵਰਤ ਰੱਖ ਲੈਂਦੇ ਹਾਂ, ਇਹ ਆਹੀ ਤਰੀਕਾ ਹੈ ਸਾਡਾ ਜਿਹੜਾ ਤੁਸੀਂ ਸਾਰਾ ਹੀ ਸਾਨੂੰ ਖੋਲ੍ਹ ਕੇ ਦਿਖਾਤਾ, ਉਹ ਤਾਂ ਕੁਛ ਬਣਾ ਰਿਹਾ ਤੁਹਾਡੀਆਂ ਗੱਲਾਂ ਦੇ ਮੂਹਰੇ, ਬਿਲਕੁਲ ਇਹ ਸੱਚਮੁੱਚ ਇਹ ਫੋਕਟ ਕਰਮ ਹੋ ਗਿਆ। ਅਸੀਂ ਤਾਂ ਗੁਰੂ ਧਾਰਨ ਨਹੀਂ ਕਰਿਆ, ਨਾ ਸਾਨੂੰ ਕੁਝ ਪਤਾ ਵੀ ਗੁਰੂ ਕੀ ਹੁੰਦਾ। ਅਸੀਂ ਤਾਂ ਜੋ ਰੀਤ ਚੱਲੀ ਆਉਂਦੀ ਹੈ, ਅਸੀਂ ਦੇਵਤਿਆਂ ਦੀ ਪੂਜਾ ਕਰਦੇ ਹਾਂ, ਉਹਨਾਂ ਤੋਂ ਇਹ ਕਹਿੰਦੇ ਹਾਂ ਕਿ ਇਹਦੀ ਤੂੰ ਪੂਜਾ ਦੇ ਨਾਲ ਧਨ ਆਏਗਾ ਸੁੱਖ ਆਏਗਾ। ਇਹਨੂੰ ਗਾਹਾਂ ਤਾਂ ਅਸੀਂ ਕਦੇ ਪਰਮਾਰਥ ਤਾਂ ਸੋਚਿਆ ਹੀ ਨਹੀਂ ਹੈ, ਵਿਸਰਾਮ ਦੀ ਬਾਤ ਤਾਂ ਸੋਚੀ ਨਹੀਂ ਹੈ। ਕਹਿਣ ਲੱਗੇ ਰਾਜਨ ਵਿਸਰਾਮ ਦਰਗਾਹ 'ਚ ਤਾਂ ਮਿਲਦਾ ਹੁੰਦਾ ਹੈ ਜੇ ਪੂਰੇ ਗੁਰੂ ਦੀ ਪ੍ਰਾਪਤੀ ਹੋ ਜਾਵੇ, ਪੂਰੇ ਗੁਰੂ ਕੋਲ ਨਾਮ ਹੁੰਦਾ ਹੈ। ਜਦੋਂ ਨਾਮ ਦਾ ਅਨੁਭਵ ਅੰਦਰ ਖੁੱਲ੍ਹ ਜਾਵੇ ਤਾਂ ਉਸ ਵੇਲੇ ਸੱਚਖੰਡ ਦਾ ਵਾਸੀ ਇੱਥੇ ਵੀ ਅਤੇ ਦਰਗਾਹ ਵਿੱਚ ਜਾ ਕੇ ਪ੍ਰਭ ਕੀ ਆਗਿਆ ਆਤਮ ਹਿਤਾਵ ਹੈ, ਜੀਵਨ ਮੁਕਤ ਸੋ ਕਹਾਵੈ, ਤੈਸਾ ਹਰਖ ਤੈਸਾ ਉਸ ਸੋਗ ਸਦਾ ਆਨੰਦ ਤੈ ਨਾਹੇ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬੇਖਾਟੀ, ਤੈਸਾ ਮਾਨ ਤੈਸਾ ਅਪਮਾਨ, ਤੈਸਾ ਰੰਕ ਤੈਸਾ ਰਾਜਾਨ, ਜੋ ਪ੍ਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ। ਸੋ ਐਵੇਂ ਗੱਲਾਂ ਨਾਲ ਜੀਵਨ ਮੁਕਤ ਨਹੀਂ ਹੋਇਆ ਕਰਦਾ। ਜੋ ਨਰ ਦੁੱਖਵੇਂ ਦੁੱਖ ਨਹੀਂ ਮਾਨੈ, ਸੁੱਖ ਸੁਨੇਹ ਔਰ ਭੈ ਨਹੀਂ ਜਾ ਕੇ, ਕੰਚਨ ਮਾਟੀ ਮਾਨੈ ਨੈ ਨਿੰਦਿਆ ਨੈ ਉਸਤਤ ਜਾ ਕੇ, ਲੋਹ ਮੋਹ ਮਾਨਾ ਹਰਖ ਸੋਗ ਜੇ ਪਰਸੈ ਨਾਏ, ਨਾ ਏ ਮਾਨ ਅਪਮਾਨ। ਆਸਾ ਮਨਸਾ ਸਗਲ ਤਿਆਗੈ, ਜਗਤੇ ਰਹੇ ਨਿਰਾਸਾ, ਕਾਮ ਕ੍ਰੋਧ ਜੇ ਪਰਸੇ ਨਾਏ, ਤੇ ਘੱਟ ਬਰਮ ਨਿਵਾਸ। ਉਸ ਘੱਟ ਦੇ ਵਿੱਚ ਬਰਮ ਦਾ ਨਿਵਾਸ ਹੁੰਦਾ ਜਿਹਦੀ ਬਾਹਰਲੀ ਕਿਰਿਆ ਇਹ ਬਣ ਜਾਵੇ। ਭੇਖ ਨਾਲ ਨਹੀਂ ਕੋਈ ਵੀ ਗੱਲ ਬਣਦੀ, ਸੰਤ ਕਹਾਉਣ ਨਾਲ ਕੁਛ ਨਹੀਂ ਬਣਦਾ, ਐਵੇਂ ਆਪਣੇ ਆਪ ਨੂੰ ਧੋਖਾ, ਲੋਕਾਂ ਨੂੰ ਧੋਖਾ। ਨਾ ਕਹਾਓ ਸੰਤ, ਨਾ ਕਿਸੇ ਨੂੰ ਸੰਤ ਕਹੋ, ਸੰਤ ਕੋਈ ਬਿਰਲਾ ਹੀ ਹੁੰਦਾ, ਬਹੁਤ ਔਖਾ ਹੈ। ਜਿਹੜਾ ਕਹਾਉਂਦਾ ਉਹਦੇ 'ਤੇ ਵੀ ਬੋਝ ਪੈਂਦਾ, ਜਿਹੜੇ ਕਹਿੰਦੇ ਨੇ ਉਹ ਗਲਤ ਧਾਰਨਾ ਦੇ ਵਿੱਚ ਨੇ, ਕਿਉਂਕਿ ਸੰਤ ਕੋਈ ਨੇੜੇ ਦੀ ਚੀਜ਼ ਨਹੀਂ। ਜਿੰਨਾ ਸਾਸ ਗਰਾਸ ਨਾ ਬਿਸਰੈ, ਹਰਨਾਮਾ ਮਨਵੰਤ ਧੰਨ ਸਿਸੇ ਹੀ ਨਾਨਕਾ ਪੂਰਨ ਸੇ। ਜਿਹਨੂੰ ਕਦੇ ਸੁਪਨੇ ਵਿੱਚ ਵੀ ਅਗਿਆਨ ਨਾਲ ਆਵੇ, ਹਰ ਵਕਤ ਵਾਹਿਗੁਰੂ ਦ੍ਰਿਸ਼ਟੀ 'ਚ ਆਉਂਦਾ ਰਹੇ, ਭਰਮ ਦਾ ਨਾਸ ਹੋ ਜਾਵੇ, ਉਹਨੂੰ ਕਹਿੰਦੇ ਸੰਤ ਕਹਿ ਦਿਉ। ਬਾਕੀ ਤਾਂ ਕੋਈ ਭੇਖ ਲਵਾਸ ਦਾ ਨਾਂ ਤਾਂ ਸੰਤ ਹੈ ਨਹੀਂ। ਸੋ ਇਸ ਕਰਕੇ ਪੂਰਾ ਗੁਰੂ ਸਮਰੱਥ ਗੁਰੂ ਜਦੋਂ ਪ੍ਰਾਪਤ ਹੋ ਗਿਆ ਫਿਰ ਦਰਗਾਹ ਦੇ ਵਿੱਚ ਵਿਸਰਾਮ ਮਿਲਦਾ। ਦਰਗਾਹ ਵਿੱਚ ਵਿਸਰਾਮ ਮਿਲਦਾ ਪੂਰਿਆ ਗੁਰਾਂ ਤੋਂ।
ਹਰੀ ਦੀ ਟਹਿਲ ਕੀ ਹੁੰਦੀ ਹੈ? ਕਹਿੰਦੇ ਜਪੀਏ ਪ੍ਰਭ ਕਾ ਨਾਮ। ਜਿੰਨਾ ਪਰਮੇਸ਼ੁਰ ਦਾ ਨਾਮ ਜਪਾਂਗੇ ਉਹ ਵਾਹਿਗੁਰੂ ਦੀ ਟਹਿਲ ਹੋਇਆ ਕਰਦੀ ਹੈ। ਗੁਰਪੂਰੇ 'ਤੇ ਪਾਇਆ, ਇਹ ਮਿਲਦਾ ਕਿੱਥੋਂ ਹੈ? ਪੂਰੇ ਗੁਰੂ ਤੋਂ ਨਾਨਕ ਸੁੱਖ ਵਿਸਰਾਮ, ਫਿਰ ਪੂਰਨ ਸੁਖੀ ਹੋ ਜਾਏਗਾ ਅਤੇ ਵਿਸਰਾਮ ਮਿਲ ਜਾਏ। ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਅਨੰਦਪੁਰ ਸਾਹਿਬ ਨੂੰ ਛੱਡ ਕੇ ਮੁਕਤਸਰ ਤੋਂ ਹੁੰਦੇ ਹੋਏ ਚਾਰੇ ਸਾਹਿਬਜ਼ਾਦੇ ਪਹਿਲਾਂ ਸ਼ਹੀਦ ਹੋ ਗਏ ਅਤੇ ਆਪ ਤਲਵੰਡੀ ਪਹੁੰਚਦੇ ਨੇ। ਸਾਬੋ ਕੀ ਤਲਵੰਡੀ ਜਿਸਨੂੰ ਆਖਦੇ ਸੀ, ਉੱਥੇ ਇੱਕ ਸਰਦਾਰ ਡੱਲਾ ਨਾਮ ਦਾ, ਹਜ਼ਾਰਾਂ ਏਕੜਾਂ ਦਾ ਮਾਲਕ, 300 ਬੰਦੇ ਦੀ ਫੌਜ ਰੱਖਿਆ ਕਰਦਾ ਸੀ, ਬੜੇ ਜਵਾਨ ਬੰਦੇ ਸੀ। ਸੋ ਗੁਰੂ ਮਹਾਰਾਜ ਦੀ ਉਹਨੇ ਬੜੀ ਸੇਵਾ ਕਰੀ, ਲੇਕਿਨ ਕਦੇ ਕਦੇ ਮਾਣ 'ਚ ਆ ਕੇ ਕਹਿੰਦਾ ਸੀ ਵੀ ਮਹਾਰਾਜ ਤੁਸੀਂ ਮੈਨੂੰ ਯਾਦ ਕਰਨਾ ਸੀ, ਦੇਖੋ ਮੇਰੇ ਬੰਦੇ 6.5-6 ਫੁੱਟ ਦੇ ਨੇ, 45-45 ਇੰਚ ਦੇ ਇੰਚ ਦੀ ਇਹਨਾਂ ਦੀ ਛਾਤੀ ਹੈ, ਡੌਲੇ ਦੇਖੋ ਕਿੰਨੇ ਨੇ, ਮਾੜੇ ਆਦਮੀ ਦੇ ਪੱਟਾਂ ਵਰਗੇ ਨੇ, ਇਹ ਤਾਂ 10-10 ਦੇ ਉੱਤੇ ਭਾਰੀ ਨੇ, ਜੇ ਮਾਰਦੇ ਤਲਵਾਰ ਸਣੇ ਜਰਾ ਬਖਤਰਾਂ ਦੇ ਕੱਟ ਕੇ ਘੋੜੇ ਸਣੇ ਧਰਤੀ 'ਚ ਤਲਵਾਰ ਖੁੱਭ ਜਾਂਦੀ। ਇਹੋ ਜਿਹੀਆਂ ਗੱਲਾਂ ਮਹਾਰਾਜ ਸੁਣਦੇ, ਖੈਰ ਉਹਦਾ ਮਹਾਨ ਮਹਾਰਾਜ ਨੇ ਤੋੜਿਆ ਇੱਕ ਰਾਈਫਲ ਦੀ ਪ੍ਰੀਖਿਆ ਵੇਲੇ। ਸੋ ਉਹ ਸੇਵਾ ਬਹੁਤ ਕਰਿਆ ਕਰਦਾ ਸੀ। ਇੱਕ ਦਿਨ ਮਹਾਰਾਜ ਨੇ 2-3 ਵਾਰੀ ਆਵਾਜ਼ ਦਿੱਤੀ ਰਾਤ ਨੂੰ, ਭਾਈ ਪਹਿਰੇ 'ਤੇ ਕੌਣ ਹੈ? ਤਾਂ ਜਵਾਬ ਆਇਆ ਘਰੇ, ਬਈ ਉਹ ਮੈਂ ਹਾਂ ਜੀ ਡੱਲਾ। ਫਿਰ ਆਵਾਜ਼ ਆਵੇ ਜੀ ਮੈਂ ਡੱਲਾ, ਫਿਰ ਆਵਾਜ਼ ਆਈ ਮੈਂ ਡੱਲਾ। ਮਹਾਰਾਜ ਕਹਿੰਦੇ ਡੱਲਿਆ, ਤੈਂ ਸਾਨੂੰ ਅੱਜ ਸੇਵਾ ਕਰਕੇ ਪ੍ਰਸੰਨ ਕਰ ਲਿਆ, ਅਤੇ ਜੋ ਕੁਛ ਮੰਗਣਾ ਹੈ ਤੈਨੂੰ ਗੁਰੂ ਨਾਨਕ ਪਾਤਸ਼ਾਹ ਤੋਂ ਦਵਾ ਦਾਂਗੇ ਦੁਨੀਆ ਦਾ। ਦਿਨ ਚੜ੍ਹਿਆ ਅਤੇ ਮਹਾਰਾਜ ਦੀ ਸੇਵਾ 'ਚ ਹਾਜ਼ਰ ਹੋਇਆ। ਕਹਿੰਦੇ ਮੰਗ ਕੀ ਮੰਗਦਾ? ਕਹਿੰਦੇ ਸੱਚੇ ਪਾਤਸ਼ਾਹ ਤੇਰਾ ਦਿੱਤਾ ਹੋਇਆ ਤਾਂ ਸਭ ਕੁਛ ਹੈ ਮੇਰੇ ਕੋਲ, ਜੇ ਕੁਛ ਤੁਸੀਂ ਦੇਣਾ ਚਾਹੁੰਦੇ ਹੋ ਤਾਂ ਮੈਨੂੰ ਇੱਕ ਪੀੜ੍ਹੀ ਜੋਗਾ ਥਾਂ ਆਪਣੀ ਦਰਗਾਹ 'ਚ ਦੇ ਦਿਉ। ਮਹਾਰਾਜ ਚੁੱਪ ਕਰਕੇ
ਕਹਿਣ ਲੱਗੇ ਡਲਿਆ ਦੁਨੀਆ ਮੰਗ, ਜੋ ਮੰਗੇਗਾ ਤੈਨੂੰ ਦਵਾ ਦਾਂਗੇ। ਕਹਿੰਦਾ ਮਹਾਰਾਜ ਦੁਨੀਆ ਤਾਂ ਮੇਰੇ ਕੋਲ ਬਹੁਤ ਹੈ, ਆਹ ਦੇ ਦਿਉ। ਮਹਾਰਾਜ ਕਹਿੰਦੇ ਸਿੱਖ 'ਤੇ ਪੁੱਛ ਕਿਸੇ 'ਤੇ ਚਲਿਆ ਗਿਆ। ਕਹਿਣ ਲੱਗਿਆ ਵੀ ਮੈਂ ਆਹ ਗੱਲ ਕਹੀ ਸੀ ਅਤੇ ਮਹਾਰਾਜ ਜੀ ਨੇ ਇਹ ਮੈਨੂੰ ਉੱਤਰ ਦੇ ਤਾ। ਉਹ ਕਹਿੰਦੇ ਡਲਿਆ ਤਾਂ ਅਜੇ ਗੁਰੂ ਇਹ ਨਹੀਂ ਧਾਰਿਆ ਇਹਨਾਂ ਨੂੰ। ਕਹਿੰਦਾ ਫਿਰ ਮੈਂ ਐਵੇਂ ਹੀ ਸੇਵਾ ਕਰਦਾ। ਕਹਿੰਦੇ ਹਾਂ ਸੇਵਾ ਤਾਂ ਤੂੰ ਕਰਦਾ ਹੈ, ਪਰ ਤਾਂ ਗੁਰੂ ਤਾਂ ਧਾਰਨ ਨਹੀਂ ਕਰਿਆ, ਤਾਂ ਨਾਮ ਲਿਆ ਇਹਨਾਂ ਤੋਂ। ਕਹਿੰਦੇ ਨਾਮ ਤਾਂ ਮੈਂ ਆਪੇ ਹੀ ਜਾਣਦਾ, ਵਾਹਿਗੁਰੂ ਵਾਹਿਗੁਰੂ। ਕਹਿੰਦੇ ਆਪੇ ਜਪਿਆ ਹੋਇਆ ਨਾਮ ਫਲੀਭੂਤ ਨਹੀਂ ਹੁੰਦਾ, ਰਾਮ ਰਾਮ ਸਭ ਕੋ ਕਹੇ, ਕਹਿਆ ਰਾਮ ਨਾ ਹੋਏ, ਗੁਰਪੁਰਸ਼ਾਦੀ ਰਾਮ ਮਨ ਵਸੇ ਤਾਂ ਫਲ ਪਾਵੇ ਕੋਈ। ਜਿਸ ਤਰ੍ਹਾਂ ਸਖਤ ਬੀਜ ਹੁੰਦੇ ਨੇ ਜਾਨਵਰ ਦੇ ਪੇਟ 'ਚ ਜਾ ਕੇ ਗਲਦੇ ਨੇ, ਬੋੜ ਦਾ, ਪਿੱਪਲ ਦਾ, ਗੁੱਲਰ ਦਾ, ਇਹ ਗਲ ਕੇ ਇੰਨੀ ਡਿਗਰੀ 'ਤੇ ਜਾ ਕੇ ਗਲ ਜਾਂਦੇ ਨੇ ਵੀ ਜਦ ਬਿੱਠ 'ਚ ਹੀ ਨਿਕਲ ਕੇ ਗਿਰਦੇ ਨੇ ਧਰਤੀ 'ਤੇ, ਉਹ ਜੜ ਫੜ ਕੇ ਹਰੇ ਹੋ ਜਾਂਦੇ। ਇਵੇਂ ਜਿਵੇਂ ਗੁਰਮੁਖ ਦੇ ਮੁੱਖ ਤੋਂ, ਕਮਾਏ ਹੋਏ ਮੁੱਖ ਤੋਂ ਜੇ ਨਾਮ ਦੀ ਪ੍ਰਾਪਤੀ ਹੋਵੇ ਤਾਂ ਡਲਿਆ ਨਾਮ ਚੱਲਦਾ ਹੁੰਦਾ ਹੈ। ਐਵੇਂ ਤਾਂ ਸਭ ਦੁਨੀਆ ਵਾਹਿਗੁਰੂ ਰਾਮ ਰਾਮ ਅੱਲਾ ਅੱਲਾ ਕਰੀ ਜਾਂਦੀ ਹੈ, ਐਂ ਨਹੀਂ ਚੱਲਿਆ ਕਰਦਾ, ਨਾਮ ਤੱਕ ਨਹੀਂ ਕੋਈ ਪਹੁੰਚਦਾ। ਅਤੇ ਜਦੋਂ ਤੂੰ ਨਾਮ ਲੈ ਦੇਗਾ ਉਸ ਵੇਲੇ ਫਿਰ ਤੂੰ ਥਾਂ ਪੀੜ੍ਹੀ ਜੋਗਾ ਕਿਉਂ ਮੰਨਦਾ, ਸਾਰੀ ਦਰਗਾਹ ਖੁੱਲ੍ਹੀ ਹੁੰਦੀ ਹੈ। ਉਹ ਸਤਿਗੁਰ ਸੇਤੀ ਰਤਿਆ ਦਰਗੇ ਪਾਈ ਹੇਠਾ, ਉੱਥੇ ਕੋਈ ਘੱਟ ਹੈ ਜਗ੍ਹਾ ਦਾ। ਸੋ ਇਸ ਤਰ੍ਹਾਂ ਦੇ ਨਾਲ ਕਹਿਣ ਲੱਗੇ ਮਨਸੁਖ ਜੀ ਕਿ ਰਾਜਨ ਇਹ ਚੀਜ਼ਾਂ ਜਿੰਨੀ ਮੈਂ ਤੁਹਾਨੂੰ ਬੇਨਤੀ ਕਰੀ ਹੈ, ਜਦ ਤੱਕ ਤੁਸੀਂ ਪੂਰਨ ਗੁਰੂ ਧਾਰਨ ਨਹੀਂ ਕਰਦੇ, ਸਮਰੱਥ ਗੁਰੂ ਤੁਹਾਡੇ ਪਾਸ ਸੰਪਰਕ 'ਚ ਨਹੀਂ ਆਉਂਦਾ, ਓਨੀ ਦੇਰ ਤੱਕ ਤੁਹਾਨੂੰ ਪ੍ਰਾਪਤੀ ਨਹੀਂ ਹੋਣੀ। ਚਾਹੇ ਫੋਕਟ ਕਰਮ ਜਿੰਨੇ ਜੀ ਕਰਦਾ ਕਰ ਲਓ, ਦੁਨੀਆ ਤਾਂ ਪ੍ਰਾਪਤ ਹੋ ਜਾਂਦੀ ਹੈ, ਮਾਇਆ ਮਿਲ ਜਾਂਦੀ, ਲੇਕਿਨ ਦਰਗਾਹ ਦਾ ਥਾਂ ਮੁਕਤੀ ਨਹੀਂ ਮਿਲਦੀ। ਜੰਮਣ ਵਰ ਨੂੰ ਨਹੀਂ ਇਹ ਕੱਟ ਸਕਦੀਆਂ ਪੂਜਾ। ਕਹਿੰਦੇ ਐਸਾ ਗੁਰੂ ਕੋਈ ਹੈ, ਕੋਈ ਮੈਨੂੰ ਦੱਸ ਪਾਓ। ਕਹਿਣ ਲੱਗੇ ਮੈਂ ਕੀ ਦੱਸਾਂ, ਨੇਤਰਾਂ 'ਚੋਂ ਜਲ ਜਾਣ ਲੱਗ ਗਿਆ, ਪਿਆਰ 'ਚ ਆ ਗਿਆ, ਵਿਰਾਗ 'ਚ ਆ ਗਿਆ। ਵਿਰਾਗ 'ਚ ਆ ਕੇ ਉਸਨੇ ਇਸ ਤਰ੍ਹਾਂ ਦੇ ਨਾਲ ਵਿਚਾਰਨ ਕਰਿਆ, ਆਪ ਮੁਕਤ ਹੋਏ ਤਾਰੇ ਜੀ ਐਸੇ ਗੁਰਾਂ ਤੋਂ ਬਲ ਬਲ, ਆਪ ਮੁਕਤ ਹੋਏ ਤਾਰੇ ਐਸੇ ਗੁਰਾਂ ਤੋਂ ਬਲ ਬਲ, ਜੈ ਨਮਸਕਾਰ ਹੈ, ਐਸੇ ਗੁਰ ਕੋ ਵਲ ਵਲ ਜਾਈਏ ਆਪ ਮੁਕਤ ਹੋਏ ਤਾਰ, ਕਵਨ 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 ਗੁਣ ਕਹੀਏ ਅੰਤ ਨਹੀਂ ਕਛ ਪਾਰੇ। ਕਹਿੰਦੇ ਰਾਜਨ ਕੀ ਗੁਣ ਮੈਂ ਦੱਸਾਂ ਉਹ ਸਤਿਗੁਰੂ ਦੇ, ਮੇਰੀ ਜਵਾਨ ਕਹਿ ਨਹੀਂ ਸਕਦੀ, ਲੱਖ 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 ਕਹੀ ਕੋਲੇ, ਕਰੋੜ ਨੂੰ ਲੱਖ ਨਾਲ ਜਰਬ ਦੇ ਦਿਉ, ਫਿਰ ਲੱਖ ਨਾਲ ਦੇ ਦਿਉ, ਫਿਰ ਲੱਖ ਨਾਲ ਦੇ ਦਿਉ। ਕਹਿੰਦੇ ਇੰਨੇ ਵੀ ਬੰਦੇ ਹੋਣ ਹਜ਼ਾਰ ਖਰਬ ਖਰਬ ਵਿੱਚੋਂ, ਜੇ ਕੋਈ ਸ੍ਰੇਸ਼ਟ ਹੈ ਤਾਂ ਉਹ ਗੁਰੂ ਹੋਇਆ ਕਰਦਾ। ਕਹਿੰਦੇ ਕੋ ਹੈ ਸੋ ਵਿਚਾਰ, ਇਹਦੇ ਮੁਕਾਬਲੇ 'ਤੇ ਕੋਈ ਨਹੀਂ ਹੁੰਦਾ। ਬਿਸਮ 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 ਹੀ ਪਈ ਹੈ, ਲਾਲ ਗੁਲਾਲ ਰੰਗਾ, ਪਿਆਰ ਦੇ ਵਿੱਚ ਲਾਲ ਗੁਲਾਲ ਰੰਗ ਹੋ ਜਾਂਦਾ ਹੈ, ਅਤੇ ਵਿਸਮਾਦ 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 ਹੋ ਜਾਂਦਾ। ਕਹੋ ਨਾਨਕ ਸੰਤਨ ਰਸ ਆਈ ਹੈ ਜਿਉਂ ਚਾਖ ਗੂੰਗਾ ਮਿਸ। ਕਹਿੰਦੇ ਰਾਜਨ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਸੰਸਾਰ ਦਾ ਉਦਾਰਨ ਕਰਨ ਵਾਸਤੇ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਸਾਰੇ ਸੰਸਾਰ ਦਾ ਉਧਾਰ ਕਰਨ ਵਾਸਤੇ ਆਜ ਆਪ ਸੰਸਾਰ ਦਾ ਉਧਾਰ ਕਰਦੇ ਨੇ।
ਅਤੇ ਭਾਰਤ ਵਰਸ਼ ਵਿੱਚ ਦੂਰ ਦੁਰਾਜ ਜਿੱਥੇ ਤੱਕ ਦੁਨੀਆ, ਜਿੱਥੇ ਤੱਕ ਕੋਈ ਜਗਿਆਸੂ ਬੈਠਾ, ਆਪ ਜਾ ਕੇ ਉਹਨਾਂ ਨੂੰ ਰਾਹ ਦੱਸਦੇ। ਅਤੇ ਐਸਾ ਸਤਿਗੁਰ ਜੋ ਹੈ, ਸਮੁੰਦਰ ਬਰੋਲ ਸਰੀਰ ਅਮ ਦੇਖਿਆ, ਇੱਕ ਬਸਤ ਅਨੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਪਾਈ। ਸੋ ਐਸਾ ਜੇ ਸਤਿਗੁਰੂ ਮਿਲ ਜਾਵੇ ਤਾਂ ਫਿਰ ਅੰਦਰ ਵਾਹ ਵਾਹ ਦੀ ਅੰਮ੍ਰਿਤ ਧਾਰ ਸ਼ੁਰੂ ਹੋ ਜਾਂਦੀ, ਬਿਸਮਾਦ ਆ ਜਾਂਦਾ, ਅਤੇ ਉਹ ਫਿਰ ਆਪਣਾ ਹੀ ਰੂਪ ਬਣਾ ਲਿਆ ਕਰਦਾ। ਸੋ ਐਸਾ ਸਤਿਗੁਰੂ ਨਾਨਕ ਪਾਤਸ਼ਾਹ ਸੰਸਾਰ ਦੇ ਅੰਦਰ ਨੇ, ਅਤੇ ਜਿਨ੍ਹਾਂ ਦੀ ਕਿਰਪਾ ਦਾਸ 'ਤੇ ਹੋਈ ਹੈ। ਸੋ ਇਸ ਤਰ੍ਹਾਂ ਦੇ ਬਚਨ ਜਸਵੰਤ ਕਰੇ ਕਹਿੰਦੇ, ਭਾਈ ਮਨਸੁਖ, ਐਸਾ ਜੋ ਸਤਿਗੁਰੂ ਹੈ, ਅਸੀਂ ਤਾਂ ਤੁਹਾਨੂੰ ਦੇਖੋ ਹੁਣ ਦੋਸ਼ੀ ਬਣਾ ਕੇ ਲਿਆਂਦਾ ਸੀ, ਪਤਾ ਹੀ ਨਹੀਂ ਸਾਡੇ ਵਿੱਚ ਕਿੰਨੇ ਦੋਸ਼ ਨੇ। ਰਾਜ 'ਤੇ, ਰਾਜੇ 'ਤੇ ਹਜ਼ਾਰਾਂ ਗਲਤੀਆਂ ਹੁੰਦੀਆਂ, ਅਨਿਆਂ ਹੋ ਜਾਂਦੇ ਨੇ, ਅਤੇ ਸਤਿਗੁਰੂ ਬਖਸ਼ ਦੇਣਗੇ। ਉਹ ਕਹਿੰਦੇ ਸਤਿਗੁਰੂ ਦਾ ਸਵਾ ਏ ਐਸਾ ਹੁੰਦਾ, ਸਾਰੇ ਗੁਣਾਂ ਦਾ ਖਜ਼ਾਨਾ ਸਤਿਗੁਰ ਬਖਸ਼ਣੇ ਔਗਣ ਹਾਰਿਆਂ ਨੂੰ। ਗੁਣਾਂ ਦਾ ਖਜ਼ਾਨਾ ਸਤਿਗੁਰ ਮੇਰਾ ਬਖਸ਼ੇ ਔਗਣ ਹਾਰਿਆਂ ਨੂੰ। ਸਤਿਗੁਰ ਗੁਣੀ ਨਿਧਾਨ ਹੈ, ਗੁਣ ਘਰ ਬਖਸ਼ੇ ਔਗਣ ਹਰ, ਗੁਣ ਦੇ ਦਿੰਦਾ ਔਗਣਾਂ ਦਾ ਨਾਸ਼ ਕਰ। ਸੋ ਇਸ ਤਰ੍ਹਾਂ ਦੇ ਬਚਨ ਹੋ ਰਹੇ ਨੇ ਹੁਣ, ਕਿਉਂਕਿ ਸਮਾਂ ਇਜਾਜ਼ਤ ਨਹੀਂ ਦਿੰਦਾ। ਸੋ ਮੈਂ ਇੱਥੇ ਹੀ ਸਮਾਪਤ ਕਰਦਾ ਇਸ ਤੋਂ।